Hello, 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 hello. Good morning. Good morning, good morning, good morning. <coughs> hello, hello. ਹਾਂਜੀ ਬੱਚੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਕਸੈਸ ਟਰੀ ਪੰਜਾਬ ਤੇ ਵੈਲਕਮ ਟੂ ਅਵਰ ਕਰੰਟ ਅਫੇਅਰ ਅਨਾਲਿਸਿਸ ਸ਼ੋ ਸਿੱਧੂ ਟਾਕਸ ਤੁਹਾਡਾ ਸਾਰਿਆਂ ਦਾ ਥੋੜੇ ਆਪਣੇ ਸ਼ੋ ਤੇ ਬਹੁਤ ਹੀ ਜ਼ਿਆਦਾ ਸਵਾਗਤ ਆ ਬੱਚੋ ਤੁਹਾਡਾ ਸਾਰਿਆਂ ਦਾ ਨਿਗਾ ਸਵਾਗਤ ਹੈ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਫੇਰ ਦੁਬਾਰੀ ਸਤਿ ਸ੍ਰੀ ਅਕਾਲ ਜੀ ਕਿਹੜਾ ਹਾਲ ਚੱਲ ਥੋੜਾ ਸਾਰਿਆਂ ਦਾ ਆਈ ਹੋਪ ਤੁਸੀਂ ਵਧੀਆ ਹੋਵੋਗੇ ਸੋ ਦਿਨ ਕਿਹੜਾ ਆ ਗਿਆ 28 ਹੈ ਹਾਂ 28 ਮਾਰਚ ਦੇ ਸਾਰੇ ਕਰੰਟ ਅਫੇਅਰ ਅੱ ਸਾਰਾ ਕੁਝ ਨਾਲ-ਨਾਲ ਬੱਚਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਸੈਸ਼ਨ ਨੂੰ ਲਾਈਕ ਪਹਿਲੇ ਹੀ ਖੜਕਾ ਦਿਓ ਇਹ ਕੰਮ ਤੁਸੀਂ ਪਹਿਲੇ ਹੀ ਕਰ ਲਿਆ ਕਰੋ ਲੋ ਜੀ ਆਜੋ ਵੀ ਸਾਰੇ ਪਿਆਰ ਭੇ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓਕੇ ਜ਼ੀਨਤ ਰਾਜ ਤੁਸੀਂ ਬਹੁਤ देर बाद ਮੈਂ ਤੁਹਾਨੂੰ ਦੇਖਿਆ ਅੱਜ লাইਵ ਹੈ ਨਾ ਦਿਲਪ੍ਰਿਤ ਕੌਰ ਜੀ ਦਾ ਅੱਜ ਹੈਗਾ ਜਨਮ ਦਿਨ ਦਿਲਪ੍ਰਿਤ ਕੌਰ ਜੀ ਵੈਰੀ ਗੁੱਡ ਮਾਰਨਿੰਗ ਦਿਲਪ੍ਰਿਤ ਕੌਰ ਨੂੰ ਸਾਰੇ ਬੱਚੇ ਜਿਹੜਾ ਹੈ ਉਹਨਾਂ ਦੇ ਬਰਥਡੇ ਉੱਤੇ ਵਿਸ਼ ਜ਼ਰੂਰ ਕਰ ਦਿਓ ਹੈ ਨਾ ਜੀ ਇੱਕ ਮਾੜਾ ਜਿਹਾ ਹੈਪੀ ਬਰਥਡੇ ਲਿਖ ਕੇ ਅਗਲੇ ਦਿਨ ਬਣ ਜਾਊਗਾ ਹੈ ਬਰਥਡੇ ਬਹੁਤ ਜ਼ਰੂਰ ਕਰ ਦਿਓ ਜੀ ਦਿਲਪ੍ਰਿਕੌਰ ਨੂੰ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਹਾਡੇ ਬਰਥਡੇ ਦੀਆਂ ਨੈਨਸੀ ਗੁੱਡ ਮਾਰਨਿੰਗ ਥੈਂਕ ਯੂ ਮਨਪ੍ਰਿਕਾ ਚਾਹਲ ਜੀ ਥੈਂਕ ਯੂ so much ਫੋਰ ਦਾ ਐਪਰੀਸੀਏਸ਼ਨ ਲੋ ਜੀ ਬਫਰਿੰਗ ਹੋ ਰਹੀ ਆ ਪਰਮਪ੍ਰੀਤ ਕੋਲੇ ਬਾਕੀ ਕਿਸੇ ਕੋਲੇ ਨਹੀਂ ਹੋ ਰਹੀ ਆਈ ਥਿੰਕ ਹਨਾ ਜੀ ਲੋ ਜੀ ਹੈਪੀ ਬਰਥਡੇ ਜੀ ਹੈਪੀ ਬਰਥਡੇ ਲੋ ਜੀ ਸਰ ਮੇਰਾ ਇੱਕ ਕੁਐਸਚਨ ਹੈ ਜੀ ਜਰਾ ਇੰਟੀਫੈਕਸ਼ਨ ਲਾ ਆ ਉਹ ਸਿਰਫ ਪਾਰਲੀਮੈਂਟ ਚ ਹੀ ਯੂਜ਼ ਹੁੰਦਾ ਜਾਂ ਸਟੇਟ ਸਟੇਟ ਉੱਤੇ ਵੀ ਹੁੰਦਾ ਬੱਚੇ ਲੋ ਜੀ ਸਟੇਟ ਉੱਤੇ ਵੀ ਹੁੰਦਾ ਅੱਛਾ ਰਿਕਾਰਡਡ ਲਾ ਨੇ ਚਲ ਕੋਈ ਗੱਲ ਨਹੀਂ ओके okay, मेरे मित्रों सो सेशन नु करदे हां स्टार्ट नमस्ते खुशी नंदीवाल सेशन नु स्टार्ट करदे हां ताकि टाइम खोटी ना होवे पूरे आपा करंट अफेयर्स कंप्लीट करी टाइम पे स्ट्रेटजी के नाल एमसीक्यूस नाल लो जी पहली न्यूज़ बच्चे किथों आ रही है पहली न्यूज़ सारीया लेह लद्दाख तो लेह लद्दाख ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਬੰਦਾ ਸੀਗਾ ਜਿਹੜਾ ਨਾਮ ਸੀ सोनू वांगचੂ ਅੰਸ਼ਨ ਉੱਤੇ ਬੈਠਾ ਸੀ ਕਹਿੰਦਾ ਸੀ ਸਟੇਟ ਬਣਾਓ ਜੰਮੂ ਕਸ਼ਮੀਰ ਨੂੰ ਉਹ ਸੌਰੀ ਲਦਾਖ ਨੂੰ ਤੇ 21 ਦਿਨਾਂ ਦਾ ਉਹਨਾਂ ਨੇ ਅੰਸ਼ਨ ਕੀਤਾ ਸਰਕਾਰ ਨੇ ਨਹੀਂ ਸੁਣੀ ਐਟ ਲਾਸਟ ਉਹਨਾਂ ਨੇ ਬੱਚੋ ਜਿਹੜਾ ਹੈ ਆਪਣਾ ਅੰਸ਼ਣ ਜਿਹੜਾ ਹੈ ਉਹਨੂੰ ਖਤਮ ਕਰ ਦਿੱਤਾ ਹੈ ਸੋਨਮ ਵਾਂਗਚੂ ਨੇ ਬੱਚੇ 21 ਦਿਨਾਂ ਦਾ ਫਾਸਟ ਰੱਖ ਕੇ 21 ਦਿਨਾਂ ਦਾ ਜਿਹੜਾ ਫਾਸਟ ਡੈਥ ਜਿਹੜਾ ਇਹਨਾਂ ਨੇ ਰੱਖਿਆ ਸੀ ਅੰਸ਼ਣ ਕੀਤਾ ਸੀਗਾ ਸਰਕਾਰ ਨੇ ਗੱਲਬਾਤ ਨਹੀਂ ਸੁਣੀ ਹੈ ਐਂਡ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੈ ਅੰਸ਼ਣ ਇਹ ਖਤਮ ਕਰ ਦਿੱਤਾ ਹੈ ਇਸ ਗੱਲ ਨੂੰ ਯਾਦ ਰੱਖਿਓ ਪਰ ਇਹਨਾਂ ਨੇ ਆਪਣੇ ਵੋਟਰਸ ਨੂੰ ਆਪਣੇ ਲੇਲ ਅਦਾਖ ਦੇ ਲਦਾਖ ਦੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਇੱਕ ਹਦਾਇਤ ਜ਼ਰੂਰ ਦਿੱਤੀ ਹੈ ਕਹਿੰਦੇ ਥੋੜਾ ਜਿਹੜਾ ਰਾਈਟ ਹੈ ਰਾਈਟ ਟੂ ਵੋਟ ਅਤ ਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਹੀ ਧਿਆਨਪੂਰਵਕ ਪਾਇਓ ਸੋ ਇਹ ਗੱਲ ਇਹਨਾਂ ਨੇ ਕਹੀ ਆ ਸੋਨਮ ਵਾਂਗਚੂ ਜੀ ਨੇ ਇਸ ਗੱਲ ਨੂੰ ਤੁਸੀਂ ਯਾਦ ਰੱਖਿਓ ਜੀ ਵੀ ਇਹਨਾਂ ਦਾ ਜਿਹੜਾ ਹੈ ਹੁਣ ਅੰਸ਼ਨ ਖਤਮ ਹੈ ਚਾਹੁੰਦੇ ਕੀ ਸੀ ਕਹਿੰਦੇ ਸਟੇਟ ਛੋੜ ਬਣਾ ਦਿਓ ਹੋਰ ਕੀ ਚਾਹੁੰਦੇ ਸੀ ਕਹਿੰਦੇ ਲਦਾਖ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਬਣਾ ਲਓ ਦਾਖ ਦੀ ਹੋਈ ਕਹਿੰਦੇ ਹੋਰ ਕੀ ਚਾਹੁੰਦੇ ਸੀਗੇ ਦੋ ਸੀਟਾਂ ਐਮਪੀ ਦੀਆਂ ਦੇ ਦਿਓ ਲੇਹ ਤੇ ਕਾਰਗਿਲ ਦੀਆਂ ਇਹ ਵੀ ਚਾਹੁੰਦੇ ਸੀਗੇ ਉਸ ਤੋਂ ਇਲਾਵਾ ਕਹਿੰਦੇ ਸੀਗੇ ਵੀ ਲਦਾਖ ਨੂੰ 6ਵੇਂ ਸ਼ੈਡਿਊਲ ਚ ਪਾਓ 6ਵੇਂ ਸ਼ੈਡਿਊਲ ਦੇ ਵਿੱਚ ਕੀ ਹੈ ਜੀ ਚੇ ਚੇਮੇ ਸ਼ੈਡਿਊਲ ਦੇ ਵਿੱਚ ਸ਼ੈਡਿਊਲ ਏਰੀਆਜ਼ ਦੀ ਗੱਲ ਕੀਤੀ ਗਈ ਹੈ 인ਦਾ 4 ਸਟੇਟਸ ਉਹ 4 ਸਟੇਟਸ ਕਿਹੜੀਆਂ ਨੇ ਆਪਾਂ ਗੱਲ ਵੀ ਯਾਦ ਕੀਤੀਆਂ ਸੀਗੀਆਂ ਏਟੀ ਐਮ ਸਕੁਅਰ ਹਨਾ ਜੀ ਛੇਵਾਂ ਸ਼ੈਡਿਊਲ ਇਹ ਦੱਸਦਾ ਸਾਨੂੰ ਛੇਵਾਂ ਸ਼ੈਡਿਊਲ ਸਾਡੇ ਸੰਵਿਧਾਨ ਦਾ ਕੀ ਦੱਸਦਾ ਜੀ ਅਸਾਮ ਤ੍ਰਿਪੁਰਾ ਮਿਘਾਲਿਆ ਮਿਜ਼ਰਮ ਦੀਆਂ ਜਿਹੜੇ ਸ਼ੈਡਿਊਲ ਏਰੀਆਜ਼ ਨੇ ਉਹਦੀ ਗੱਲਬਾਤ ਕੀਤੀ ਗਈ ਹੈ ਤੇ ਇਹ ਵੀ ਜਾ ਰਹੀ ਸੀ ਸੋ ਗੱਲ ਨੂੰ ਯਾਦ ਰੱਖੋਗੇ ਚਲੋ ਜੀ ਜੀ ਕਰਦੇ ਮੈਂ ਥੋੜਾ ਨਾ ਕਰਵਾ ਦ ਮਾਈਕ ਮੜ ਚਲ ਕਰਾਈ ਦੇਣਾ 12 ਸ਼ੈਡਿਊਲ ਟियर्स ਆਫ ਓਲਡ ਪੀਐਮ ਯਾਦ ਰੱਖਿਓ ਨੋ ਇਹ ਥੋੜੀ ਟ੍ਰਿਕ ਹੈ 12 ਸ਼ੈਡਿਊਲ ਨੂੰ ਯਾਦ ਕਰਨੇ ਵਾਲੀ ਸਾਰੀਆਂ ਟੈਰੀਟਰੀਜ਼ ਤੇ ਉਹਨਾਂ ਦੇ ਨਾਮ ਪਹਿਲਾ ਸ਼ੈਡਿਊਲ ਫਿਰ ਐਮੂਲੂਮੈਂਟਸ ਐਮੂਲੂਮੈਂਟਸ ਯਾਨੀ ਕਿ ਸੈਲਰੀ ਸਲਰੀ ਵਾਟਐਵਰ ਡੇ ਜਿਹੜੇ ਹੈ ਡਿਗਨਿਟਰੀਜ਼ ਉਹਨਾਂ ਦੀਆਂ ਫਿਰ ਅਫਰਮੇਸ਼ਨ ਐਂਡ ਓਥ ਓਥ ਤੀਜੇ ਚ ਹੈ ਅਫਰਮੇਸ਼ਨ ਕਹਿੰਦੇ ਨੇ ਉਹਨੂੰ ਰਾਜ ਸਭਾ ਦੇ ਚਿੱਠਾ ਸੀਟਾ ਚੌਥੇ ਆ ਚੌਥੇ ਸ਼ੈਡਿਊਲ ਚ ਨੇ ਸ਼ੈਡਿਊਲ ਏਰੀਆਜ਼ ਪੰਜਵੇਂ ਸ਼ੈਡਿਊਲ ਚ ਨੇ ਓ ਤੋਂ ਆ ਗਿਆ ਅਦਰ ਸ਼ੈਡਿਊਲਡ ਏਰੀਆਜ਼ ਛੇਵਾਂ ਸ਼ੈਡਿਊਲ ਅਦਰ ਸ਼ੈਡਿਊਲਡ ਏਰੀ ਚਾਰ ਸਟੇਟਾਂ ਦੀ ਅਦਰ ਸ਼ੈਡਿਊਲ ਏਰੀਆਸ ਆਪ ਸੱਤਵਾਂ ਸ਼ੈਡਿਊਲ ਬੱਚੇ ਹੈਗਾ ਫੈਡਰਲ ਲਿਸਟ ਯਾਨੀ ਕਿ ਯੂਨੀਅਨ ਲਿਸਟ ਸਟੇਟ ਲਿਸਟ ਕਾਨਕੋਰਡੈਂਟ ਲਿਸਟ ਫੈਡਰਲਿਸਟ ਦੇ ਹਿਸਾਬ ਨਾਲ ਯਾਦ ਰੱਖਣਾ ਉਹ ਤੋਂ ਆ ਗਿਆ ਤੁਹਾਡਾ ਅੱਠਵਾਂ ਆਫੀਸ਼ੀਅਲ ਲੈਂਗੁਏਜਸ ਐਲ ਤੋਂ ਆ ਗਿਆ ਤੁਹਾਡਾ ਲੈਂਡ ਰਿਫਾਰਮਸ ਹਨਾ ਜੀ ਨੌਵਾਂ ਸ਼ੈਡਿਊਲ ਲੈਂਡ ਰਿਫਾਰਮਸ ਦਾ ਹੈ ਪਹਿਲੀ ਅਮੈਂਡਮੈਂਟ ਸੀਗੀ ਫਰਸਟ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਸੀਗੀ 1951 ਦੇ ਵਿੱਚ ਫਿਰ ਡੀ ਤੋਂ ਆ ਗਿਆ ਐਂਟੀ ਡਿਫੈਕਸ਼ਨ ਲਾ ਐਂਟੀ ਡਿਫੈਕਸ਼ਨ ਲਾ ਐਂਟੀ ਡਿਫੈਕਸ਼ਨ ਲਾ ਜਿਹੜਾ ਹੈ ਬੱਚੇ 1 ਨਹੀਂ ਨਹੀਂ ਸਾਲ 1985 ਦੇ ਵਿੱਚ ਇਹਨੂੰ ਐਡ ਕੀਤਾ ਸੀ ਆਪਾਂ ਨੇ ਹਨਾ ਸਾਲ 1985 ਦੇ ਵਿੱਚ ਕੀਤਾ ਸੀਗਾ 52ਵੀਂ ਐਮੈਂਡਮੈਂਟ ਸੀ ਫਿਰ ਪੀਐਮ ਤੋਂ ਆ ਗਿਆ ਬੱਚੋ ਤੁਹਾਡਾ 11ਵਾਂ ਤੇ 12ਵਾਂ ਸ਼ੈਡਿਊਲ ਐਮ ਤੋਂ ਆ ਗਿਆ 12ਵਾਂ ਸ਼ੈਡਿਊਲ ਪੀ ਤੋਂ ਹੈਗਾ ਪੰਚਾਇਤ ਤੇ ਬੀ ਤੋਂ ਹੈਗਾ ਸੌਰੀ ਐਮ ਤੋਂ ਹੈਗਾ ਮਿਊਨਿਸਪੈਲਿਟੀਆਂ ਇਹ ਸੀਗੀ ਆਪਣੀ 73ਵੀਂ ਐਮੈਂਡਮੈਂਟ 73ਰਡ ਐਮੈਂਡਮੈਂਟ ਤੇ ਆਹ ਸੀਗੀ ਸਾਡੀ ਮਿਊਨਿਸਪੈਲਿਟੀਆਂ ਵਾਲੀ 74ਥ ਐਮੈਂਡਮੈਂਟ ਦੋਨੇ ਹੀ ਜਿਹੜੀ ਹੈ 1992 ਦੇ ਵਿੱਚ ਕੀਤੀਆਂ ਸੀ ਟियर्स ਆਫ 올ਡ ਪੀਐਮ ਯਾਦ ਰੱਖੋਗੇ ਤੁਸੀਂ ਇਹਨਾਂ ਤੁਹਾਡੇ ਸਾਰੇ 12 ਸ਼ਡਿਊਲ ਯਾਦ ਹੋ ਜਾਣਗੇ ਓਕੇ ਜੀ ਕਈ ਵਾਰੀ ਆਉਂਦੇ ਆਉਂਦੇ ਹੁੰਦੇ ਨੇ ਪਰ ਰਿਵੀਜ਼ਨ ਆਪਾਂ ਕੀਤੀ ਰਹਿੰਦੀ ਮੁੱਕਤੇ ਪੇਪਰ 'ਚ ਟਿੱਡੇ ਹੋ ਜਾਂਦੇ ਆ ਟਾਇਰਸ ਆਫ ਵੋਲਡ ਵੀ ਆਮ ਯਾਦ ਕਰ ਲਿਓ ਕੰਮ ਤੁਹਾਡਾ ਨਿਬੜ ਜਾਊਗਾ ਠੀਕ ਹੈ ਬੱਚਿਓ ਆਜੋ ਬੱਚਿਓ ਅੱਗੇ ਚੱਲੀ ਹੁਣ ਆਪਾਂ ਲੋ ਜੀ ਅੱਗੇ ਚੱਲਦੇ ਆਂ ਜੀ ਦਸੀ ਗੋਟ ਲਈ ਸਤ ਸ੍ਰੀ ਅਕਾਲ ਲੋ ਜੀ ਅਗਲੀ ਨਿਊਜ਼ ਤੇ ਚੱਲਦੇ ਆਂ ਅਗਲੀ ਨਿਊਜ਼ ਕਿੱਥੋਂ ਆ ਰਿਹਾ ਜੀ ਲੋ ਜੀ ਸੀਐਮ ਕੇਜਰੀਵਾਲ ਸਾਹਿਬ ਜੀ ਨੂੰ ਚੱਕ ਲਿਆ ਸੀ ਇਨਫੋਰਸਮੈਂਟ ਡਾਇਰੈਕਟਰ ਇਹਨੇ ਕਿਉਂ ਕਹਿੰਦੇ ਦਿੱਲੀ ਜਿਹੜੀ ਤੁਸੀਂ ਲਿਕਵਰ ਪਾਲਿਸੀ ਉਹਦੇ ਵਿੱਚ ਕੁਝ ਗੜਬੜਾ ਹੋਈਆਂ ਸੀਗੀਆਂ ਠੀਕ ਹੈ ਜੀ ਮੰਨ ਲੈਂਦੇ ਆ ਗੜਬੜਾ ਹੋਈਆਂ ਸੀਗੀਆਂ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਇਕਟਲਾਤਾ ਸੀ ਠੀਕ ਹੈ ਜੀ ਐਨਡੀਏ ਦੇ ਖਿਲਾਫ ਨੈਸ਼ਨਲ ਡੈਮੋਕ੍ਰੈਟਿਕ ਅਲਾਈਐਂਸ ਦੇ ਖਿਲਾਫ ਖਾਸ ਕਰ ਬੀਜਪੀ ਦੇ ਖਿਲਾਫ اپੋਜੀਸ਼ਨ ਪਾਰਟੀਆਂ ਨੇ ਇੱਕ ਇੰਡੀਆ ਬਲਾਕ ਬਣਾਇਆ ਤੁਹਾਨੂੰ ਪਤਾ ਹੈ ਇੰਡੀਆ ਬਲਾਕ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਹੈ ਬੀਜਪੀ ਦੇ ਖਿਲਾਫ ਲੜੂਗਾ 40 ਪਾਰਟੀਆਂ ਉਹਦੇ ਵਿੱਚ ਨੇ ਤੇ ਹੁਣ ਇਨਫੋਰਸਮੈਂਟ ਡਾਇਰੈਕਟਰ ਨੇ ਡਾਇਰੈਕਟੋਰੇਟ ਨੇ ਕਿਹਦੇ ਉੱਤੇ ਕੇਸ ਪਾਤਾ ਕੇਰਲਾ ਦੇ ਸੀਐਮ ਪਿੰਨਰਈ ਵਿਜਯਾਨ ਜੀ ਦੀ ਡਾਟਰ ਉੱਤੇ ਕਹਿੰਦੇ ਉਹਨਾਂ ਨੇ منی ਲਾਂਡਰਿੰਗ ਕੀਤੀ ਹੈ 1.72 ਕਰੋੜ ਰੁਪਇਆ ਉਹਨਾਂ ਨੇ منی ਲਾਂਡਰ ਕੀਤਾ ਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਹੈ ਕੇਸ ਪਾਤਾ ਹੈ ਪਿਨਰੀ ਵਿਗਿਆਨ ਜਿਹੜੇ ਕੇਰਲਾ ਦੇ ਸੀਐਮ ਨੇ ਉਹਨਾਂ ਦੀ ਡਾਟਰ ਉੱਤੇ ਲੋ ਜੀ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਤਾਂ ਬਹੁਤ ਜ਼ਿਆਦਾ ਇਲਜ਼ਾਮ ਲੱਗਦੇ ਰਹਿੰਦੇ ਨੇ ਵੀ ਇਹ ਸੈਂਟਰਾਂ ਦੀਆਂ ਏਜੰਸੀਆਂ ਨੇ ਸੈਂਟਰ ਦੇ ਇਸ਼ਾਰਿਆਂ ਤੇ ਚੱਲਦੀਆਂ ਨੇ ਤੇ ਤੁਸੀਂ ਆਪ ਹੁਣ ਸੋਚ ਲਿਓ ਤੇ ਆਪ ਤੁਸੀਂ ਦੇਖ ਲਿਓ ਹੋ ਤਾਂ ਕੁਝ ਇਹੋ ਜਿਹਾ ਹੀ ਰਿਹਾ ਹਣਾ ਜੀ ਸੋ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਕੇਰਲਾ ਦੇ ਸੀਐਮ ਉੱਤੇ ਜਿਹੜਾ ਹੈ ਅਟੈਕ ਕੀਤਾ ਉਹਦੀ ਡਾਟਰ ਨੂੰ ਜਿਹੜਾ ਹੈ ਉਹ ਮਨੀ ਲਾਂਡਰਿੰਗ ਦੇ ਵਿੱਚ ਫਸਾ ਲਿਆ ਹੈ ਹਣਾ ਜੀ ਤੇ ਅਦਰਵਾਈਜ਼ ਜੇ ਮੈਂ ਇਹਨਾਂ ਦੀ ਗੱਲ ਕਰਾਂ ਇਹਨਾਂ ਦੀ ਪਾਰਟੀ ਹੈਗੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਜ਼ਮ ਹਣਾ ਜੀ ਇਹ ਪਿੰਨਰਈ ਵਿਜੈਣਜੀ ਦੀ ਜਿਹੜੀ ਹੈ ਪਾਰਟੀ ਹੈ ਤਾਂ ਹੁਣ ਇਹਨਾਂ ਦੀ ਡਾਟਰ ਉੱਤੇ ਲੱਗ ਚੁੱਕਿਆ ਕੇਸ ਇਨਫੋਰਸਮੈਂਟ ਡਾਇਰੈਕਟੋਰੇਟ ਹੋ ਗਿਆ ਬਹੁਤ ਜ਼ਿਆਦਾ ਜ਼ਰੂਰੀ ਮੈਂ ਇਥੇ ਪੋਲਿਟੀਕਲ ਗੱਲਾਂ ਨਹੀਂ ਕਰੂੰਗਾ ਕਿਉਂਕਿ ਤੁਸੀਂ ਪੇਪਰ ਦੇਣਾ ਹੈ ਪੇਪਰ ਨਾਲ ਰੈਲੇਵੈਂਟ ਹੀ ਗੱਲ ਕਰੂੰ ਠੀਕ ਹੈ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਹੋ ਗਿਆ ਬਹੁਤ ਹੀ ਜ਼ਿਆਦਾ ਜ਼ਰੂਰੀ ਇਸ ਕਰਕੇ ਇਨਫੋਰਸਮੈਂਟ ਡਾਇਰੈਕਟੋਰੇਟ ਕਦੋਂ ਬਣੀ ਸੀ ਕੌਣ ਉਹਨੂੰ ਹੈਡ ਕਰਦਾ ਹੈ ਕਿੱਥੇ ਉਹਦੇ ਹੈੱਡਕੁਆਟਰ ਨੇ ਉਹ ਸਾਰਾ ਕੁਝ ਫਟਾਫਟ ਆਪਾਂ ਇੱਥੇ ਕਰਾਂਗੇ ਜ਼ਰੂਰੀ ਹੈ ਇਹਦੇ ਵਿੱਚ ਉਹ ਸਵਾਲ ਬਣਨਾ ਬੜਾ ਜ਼ਿਆਦਾ ਹੁਣ ਜਿਹੜਾ ਹੈ ਤੁਸੀਂ ਕਹਿ ਦਿਓ ਵੀ ਜ਼ਰੂਰੀ ਹੋ ਗਿਆ ਲਓ ਜੀ ਕਿਉਂ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਪਹਿਲਾਂ ਅਸੀਂ ਕਹਿੰਦੇ ਸੀਗੇ ਜੀ ਇਨਫੋਰਸਮੈਂਟ ਯੂਨਿਟ 1956 ਦੇ ਵਿੱਚ ਬਣਾਈ ਸੀ ਠੀਕ ਹੈ ਜੀ ਉਦੋਂ ਸਿਰਫ ਦੋ ਹੀ ਬ੍ਰਾਂਚਾਂ ਸੀ ਬੰਬੇ ਤੇ ਕਲਕੱਤਾ ਫਿਰ 1 ਸਾਲ ਬਾਅਦ 1957 ਦੇ ਵਿੱਚ ਇਹਦਾ ਨਾਮ ਜਿਹੜਾ ਤੁਸੀਂ ਅੱਜ ਪੜ੍ਹਦੇ ਹੋ ਇਨਫੋਰਸਮੈਂਟ ਡਾਇਰੈਕਟੋਰੇਟ ਰੱਖਿਆ ਗਿਆ ਰੱਖਿਆ ਗਿਆ ਇੱਕ ਬ੍ਰਾਂਚ ਇਹਦੀ ਚੰਨਈ ਚ ਖੋਲਤੀ ਠੀਕ ਹੈ ਜੀ ਜੇ ਮੈਂ ਇਹਦੇ ਸਟਰਕਚਰ ਦੀ ਗੱਲ ਕਰਾਂ ਹਾਇਰਕੀ ਚੱਲਦੀ ਹੈ ਇਹਦੀ ਪੂਰੀ ਤਕੜੀ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਨੂੰ ਜਿਹੜਾ ਲੀਡ ਕਰਦਾ ਹੈ ਬੱਚੇ ਉਹ ਕੌਣ ਕਰਦਾ ਹੈ ਜੀ ਡਾਇਰੈਕਟਰ ਕਰਦਾ ਹੈ ਡਾਇਰੈਕਟਰ ਆਫ ਇਨਫੋਰਸਮੈਂਟ ਕਰਦਾ ਹੈ ਜੀ ਜਿਹੜਾ ਆਲਮੋਸਟ ਆਈਆਰਐਸ ਅਫਸਰ ਹੀ ਹੁੰਦਾ ਹੈ ਹੈੱਡ ਕੁਆਟਰ ਇਹਦਾ ਜਿਹੜਾ ਹੁਣ ਅੱਜ ਦੀ ਰੇਟ ਵਿੱਚ ਨਈ ਦਿੱਲੀ ਦੇ ਵਿੱਚ ਹੈ ਓਦਰਵਾਇਸ ਇਹਦੇ ਰੀਜਨ ਕਿਹੜੇ ਡਿਪਾਰਟਮੈਂਟ ਦੇ ਅੰਡਰ ਆਉਂਦੀ ਹੈ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਇਨਫੋਰਸਮੈਂਟ ਡਾਇਰੈਕਟਿਡ ਯਾਦ ਰੱਖਿਓ ਹੋਮ ਅਫੇਅਰਸ ਦੇ ਅੰਡਰ ਨਹੀਂ ਆਉਂਦੀ ਇਨਫੋਰਸਮੈਂਟ ਡਾਇਰੈਕਟਿਡ ਖਾਸ ਕਰਕੇ ਜਿਹੜੇ ਹੈ ਕਾਲੇ ਧਨ ਨੂੰ ਮਨੀ ਲਾਂਡਰਿੰਗ ਵਾਲੇ ਕੇਸਿਸ ਨੂੰ ਦੇਖਦੀ ਹੈ ਪੈਸਾ ਦੇਖਦੀ ਹੈ ਤਾਂ ਇਟ ਮੀਨਸ ਇਹ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਆਊਗੀ ਅੰਡਰ ਦਾ ਡਿਪਾਰਟਮੈਂਟ ਆਫ ਰੈਵਨਿਊ ਇਹਦੇ ਅੰਡਰ ਆਉਂਦੀ ਹੈ ਜੀ ਇਹ ਇਨਫੋਰਸਮੈਂਟ ਡਾਇਰੈਕਟਿਡ ਯਾਦ ਰੱਖਿਓ ਜੀ ਐਟ ਪ੍ਰੈਜ਼ੈਂਟ ਇਹਦੇ ਪ੍ਰਧਾਨ ਕੌਣ ਨੇ ਅਧਿਐਕਸ਼ ਕੌਣ ਨੇ ਕੌਣ ਨੇ ਇਹਦੇ ਡਾਇਰੈਕਟਰ ਨੇ ਅੱਜ ਦੀ ਡੇਟ ਵਿੱਚ ਜ਼ਰੂਰੀ ਗੱਲ ਇਹ ਯਾਦ ਰੱਖਣ ਵਾਲੀ ਹੈ ਲੋ ਜੀ ਕੰਪੋਜੀਸ਼ਨ ਦੀ ਗੱਲ ਕਰਾਂ ਇਹਦੇ ਵਿੱਚ ਵਿੱਚ 2000 ਤੋਂ 2020 ਇੰਨੇ 2000 ਤੋਂ ਘੱਟੀ ਜਿਹੜੇ ਦੇ ਵਿੱਚ EMPLOYE ਨੇ ਜ਼ਿਆਦਾਤਰ EMPLOYES ਜਿਹੜੇ ਵਿੱਚ ਡੈਪੂਟੇਸ਼ਨ ਤੋਂ ਚੱਕਦੇ ਆ ਆਈਐਸ ਆਈਆਰਐਸ ਆਈਐਫਐਸ ਆਫਸਰਸ ਤੋਂ ਠੀਕ ਹੈ ਜੀ ਡਾਇਰੈਕਟ ਭਾਰਤੀ ਦੇ ਵਿੱਚ ਬਹੁਤ ਘੱਟ ਹੁੰਦੀ ਹੈ ਡੈਪੂਟੇਸ਼ਨ ਤੋਂ ਹੀ ਚੱਕਿਆ ਜਾਂਦਾ ਜੀ ਇਹ ਵਿੱਚ ਕਿਹੜੇ ਕਿਹੜੇ ਐਕਟ ਨੂੰ ਦੇਖਦੀ ਹੈ ਦੇਖੋ ਪੈਸਾ ਦੇਖੂਗੀ ਇਹ ਪੈਸੇ ਨੂੰ ਪੈਸੇ ਨਾਲ ਇਨਵੋਲ ਕੇਸਿਸ ਨੂੰ ਹੀ ਦੇਖਦੀ ਹੈ ਤਾਂ ਇਹ ਟੋਟਲ ਸਾਡੇ ਕੋਲ 5 ਐਕਟ ਨੇ ਜਿਨ੍ਹਾਂ ਨੂੰ ਇਹ ਔਰ ਐਡਮਿਨਿਸਟਰ ਕਰਦੀ ਹੈ ਦੇਖੋ ਕਿਹੜੇ ਕਿਹੜੇ ਨੇ ਜੀ ਇਹ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 ਚ ਬਣਿਆ ਸੀ ਇਹ ਫੇਮਾ ਐਕਟ ਫਿਰ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ 2002 ਦਾ ਫਿਗਿਟਿਵ ਇਕਨੋਮਿਕ ਅਫੈਂਡਰਸ ਐਕਟ 2018 ਉਹ ਅਫੈਂਡਰਸ ਉਹ ਜਿਹੜੇ ਜਿਹੜੇ ਫਿਗਿਟਿਵ ਇਕਨੋਮਿਕ ਅਫੈਂਡਰਸ ਨੇ ਪੈਸਾ ਲੈ ਕੇ ਭੱਜ ਜਾਂਦੇ ਨੇ ਕਿਸੇ ਹੋਰ ਕੰਟਰੀ ਦੇ ਵਿੱਚ ਖਾਸ ਕਰਕੇ ਜ਼ਿਆਦਾਤਰ ਇੰਗਲੈਂਡ ਵਿੱਚ ਹੀ ਜਾਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਐਕਟ 2018 ਚ ਬਣਾਇਆ ਗਿਆ ਸੀ ਫਿਰ ਫੇਰਾ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਤੇ ਫਿਰ ਇੱਕ ਆ ਐਕਟ ਐਮ ਬੱਡ ਕੰਜ਼ਰਵੇਸ਼ਨ ਆਫ ਫੋਰਨ ਐਕਸਚੇਂਜ ਐਂਡ ਪ੍ਰੀਵੈਂਸ਼ਨ ਆਫ ਸਮਗਲਿੰਗ ਐਕਟੀਵਿਟੀਜ਼ ਐਕਟ ਇਹ ਪੰਜ ਐਕਟਸ ਨੂੰ ਇਹ ਬੱਚਿਓ ਜਿਹੜੀ ਹੈ ਇੰਪਲੀਮੈਂਟ ਕਰਦੀ ਹੈ ਇਹਨਾਂ ਦਾ ਧਿਆਨ ਰੱਖਦੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਯਾਦ ਰੱਖਣਾ ਹੈ ਤੁਹਾਡਾ ਕੁਐਸਚਨ ਪੱਕਾ ਬਣੂਗਾ ਇਹਦੇ ਵਿੱਚੋਂ ਠੀਕ ਹੈ ਜੀ ਸੋ ਦੂਜੀ ਨਿਊਜ਼ ਆਪਣੀ ਇੱਥੇ ਸਮਾਪਤ ਹੋ ਜਾਂਦੀ ਹੈ ਜੀ ਲਓ ਜੀ ਅੱਗੇ ਚੱਲੀਏ ਅਗਲੇ ਨਿਊਜ਼ ਆਰਟੀਕਲ ਉੱਤੇ ਅਗਲੇ ਨਿਊਜ਼ ਆਰਟੀਕਲ ਤੇ ਤੁਹਾਨੂੰ ਸਮਝਾਉਣ ਦੀ ਖਾਤਰ ਮੈਂ 28 ਮਾਰਚ ਦੇ ਦਿਨ ਲੈ ਕੇ ਆਇਆ ਜੇ ਮੈਂ ਤੁਹਾਨੂੰ ਕੱਲ 27 ਮਾਰਚ ਦੇ ਦਿਨ ਲੈ ਕੇ ਆਇਆ ਸੀ ਨਾ ਹੁਣ 28 ਮਾਰਚ ਦੇ ਦਿਨ ਲੈ ਕੇ ਆਇਆ ਵੀ ਇਹ ਨਹੀਂ ਕਰਨੇ ਇਹ ਜੇ ਸਮਝਾਉਣਾ ਕੀ ਹੈ ਵੀ ਇਹ ਨਹੀਂ ਕਰਨੇ ਇਹ ਇੰਪੋਰਟੈਂਟ ਨਹੀਂ ਹੈਗੀ ਕਮੇ ਦੇਖੋ 28 ਮਾਰਚ ਨੂੰ ਕੀ ਮੇਜਰ ਲੀਗ ਓਪਨਿੰਗ ਡੇ ਇੰਪੋਰਟੈਂਟ ਲੱਗਦਾ ਨੋ ਵੀਅਰ ਅ ਹੈਟ ਡੇ ਵੀ ਟੋਪੀ ਪਾਓ ਉਹਦਾ ਵੀ ਦਿਨ ਬਣਾਇਆ ਗਿਆ ਨਹੀਂ ਕਰਨਾ ਇੰਟਰਨੈਸ਼ਨਲ ਊਮਨ ਇਨ 뮤직 ਡੇ ਇੰਟਰਨੈਸ਼ਨਲ ਊਮਨ ਡੇ ਤਾਂ ਜ਼ਰੂਰੀ ਹੈ ਪਰ 뮤직 ਡੇ ਨੋ ਆ ਹੁਣ ਆ ਦੇਖੋ ਕਿੰਨਾ ਖਤਰਨਾਕ ਡੇ ਐ ਰਿਸਪੈਕਟ ਯੂਰ ਕੈਟ ਡੇ ਰਿਸਪੈਕਟ ਯੂਰ ਕੈਟ ਡੇ ਇਹ ਵੀ ਕਰਨਾ ਹੈ ਨਹੀਂ ਠੀਕ ਹੈ ਜੀ ਸੋ ਜਿਹੜੇ ਨਹੀਂ ਕਰਾਉਂਦਾ ਤਾਂ ਟੈਨਸ਼ਨ ਹੀ ਲੈਣੀ ਮੈਨੂੰ ਕਿਹਾ ਨਾ ਕਰੋ ਕਮੈਂਟ ਵਿੱਚ ਸਰ ਜੀ ਅੱਜ ਆਹ ਦਿਨ ਸੀਗਾ ਆ ਨਹੀਂ ਕਰਾਇਆ ਉਹ ਬਾਈ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈ ਉਹਦੀ ਜਗ੍ਹਾ ਆਪਾਂ ਲਰਨ ਕਰੀਏ ਕੁਝ ਇਹੋ ਜੀਆਂ ਚੀਜ਼ਾਂ ਜਿਹੜੇ ਨੰਬਰ ਸਾਨੂੰ ਦਬਾਉਣਗੇ ਹੀ ਦਬਾਉਣਗੇ ਜਿਹੜੇ ਤੁਹਾਨੂੰ ਕਰਾਊਗਾ ਡੇ ਬਸ ਉਹ ਹੀ ਇੰਪੋਰਟੈਂਟ ਨੇ ਇੰਨਾ ਉੱਤੇ ਤਾਂ ਬਸ ਧਿਆਨ ਦੇਣਾ ਹੀ ਕੋਈ ਨਹੀਂ ਤੁਸੀ ਠੀਕ ਹੈ ਜੀ ਟੋਪੀ ਤਾਂ ਸਰ ਰੋਜ਼ ਪਾਈ ਜਾਂਦੇ ਇਹ ਸਰ ਇਹ ਕੀ ਲਿਖਿਆ ਸਰ ਤੁਹਾਡੇ ਕਰਾਇ ਗਰੈਂਟਫੇਸ ਯਾਦ ਬਹੁਤ ਸੌਖੇ ਜਾਂਦੇ ਆ ਜੀ ਸੌਖੇ ਰਹਿ ਜਾਂਦੇ ਥੈਂਕ ਯੂ ਯਰ ਲਵਪ੍ਰੀਤ ਸਿੰਘ ਜੀ ਥੈਂਕ ਯੂ ਸੋ ਮੱਚ किलो किलो दुद्ध पाओ रिस्पैक्ट यूर कैड डे ठीक है जी ये पहली बार देखिए नहीं करने वाले लेके आया कोई है ना चलो जी चलो जी आज मेरे सुपने अज बिल्ली आई सी सर, सर एदा होया ठीक है जी चलो आ जाओ आ जाओ मेरे विरियो अगे चलिए मूव फॉरवर्ड टू द नैक्सट न्यूज आर्टिकल जबरदस्त दिन है जी छब्बी मार्च सॉरी छब्बी हाँ, मार्च ही ना हाँ छब्बी मार्च 26 ਮਾਰਚ ਨੂੰ ਇੱਕ ਦਿਨ ਮਨਾਇਆ ਜਾਂਦਾ ਬੱਚਿਓ ਬੰਗਲਾਦੇਸ਼ ਇੰਡੀਪੈਂਡੈਂਸ ਡੇ 26 ਮਾਰਚ ਨੂੰ ਇਸਕੀ ਮਨਾਉਨੇ ਆ ਬੰਗਲਾਦੇਸ਼ ਇੰਡੀਪੈਂਡੈਂਸ ਡੇ ਹੁਣ ਆਪਾਂ ਇੱਕ ਬੱਚਿਓ ਦਿਨ ਮਨਾਉਨੇ ਆ ਵਿਜੇ ਦਿਵਸ ਇੱਕ ਦਿਵਸ ਮਨਾਉਨੇ ਆ ਵਿਜੇ ਦਿਵਸ ਉਹ ਵੀ ਬੰਗਲਾਦੇਸ਼ ਨਾਲ ਹੀ ਸੰਬੰਧਿਤ ਹੈ ਵਿਜੇ ਦਿਵਸ ਕਦੋਂ ਮਨਾਉਨੇ ਆ ਮੈਨੂੰ ਮੜੀ ਜੀ ਡੇਟ ਦੱਸਿਓ ਮੈਂ ਤੁਹਾਨੂੰ ਕਰਾਇਆ ਹੋਇਆ ਇੱਕ ਆ ਗਿਆ 26 ਮਾਰਚ ਦਾ ਦਿਨ ਇਹ ਸੀਗਾ ਬੱਚੇ ਸਾਡਾ ਬੰਗਲਾਦੇਸ਼ ਦਾ ਇੰਡੀਪੈਂਡੈਂਸ ਡੇ ਇਹ ਬੱਚੇ ਉਹ ਜਿਹੜੀ ਹੈ ਇਹ ਇੰਡੀਪੈਂਡੈਂਸ ਉਹਨਾਂ ਨੇ ਡਿਕਲੇਅਰ ਕੀਤੀ ਸੀ ਹਾਜੀ ਐਕਚੁਅਲ ਚ ਇੰਡੀਪੈਂਡੈਂਟ ਹੋਇ ਨਹੀਂ ਸੀ ਐਕਚੁਅਲ ਚ ਆਜ਼ਾਦ ਨਹੀਂ ਹੋਇਆ ਸੀ ਬੰਗਲਾਦੇਸ਼ ਜਦੋਂ ਇਹਨਾਂ ਨੇ ਬੱਚਿਓ 26 ਮਾਰਚ 1971 ਨੂੰ ਇਹਨਾਂ ਨੇ ਡਿਕਲੇਅਰ ਕੀਤਾ ਸੀ ਆਪਣੇ ਆਪ ਨੂੰ ਵੀ ਐਸੀ ਹੁਣ ਆਜ਼ਾਦ ਆ ਉਹ ਦਿਨ 26 ਮਾਰਚ ਐ ਇਸ ਕਰਕੇ 26 ਮਾਰਚ ਨੂੰ ਬੰਗਲਾਦੇਸ਼ ਦਾ ਇੰਡੀਪੈਂਡੈਂਸ ਡੇ ਮਨਾਇਦਾ ਆਪਾਂ ਨੇ ਠੀਕ ਆ ਜੀ ਵੈਰੀ ਗੁੱਡ ਜੀ 26 ਜੁਲਾਈ ਨਹੀਂ ਹੈਗਾ ਬੱਚਿਓ 26 ਜੁਲਾਈ ਹੋਰ ਹੈ ਹਾਂ ਸੁਖਮਨ ਗਿਲ ਬੱਚੇ ਨੋਟਸ ਬਣਾਉਣ ਦੀ ਕੋਈ ਲੋੜ ਨਹੀਂ ਮੈਂ ਤੁਹਾਨੂੰ ਕਿੰਨੀ ਵਾਰੀ ਦੱਸਿਆ ਕਿ ਕਰੰਟ ਅਫੇਅਰ ਦੇ ਜਿਹੜੀ ਫਾਈਲ ਹੈ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਚੈਨਲ ਦੇ ਵਿੱਚ ਸ਼ੇਅਰ ਕਰਦਾ ਉੱਥੋਂ ਤੁਸੀਂ ਚੱਕਣੀ ਆ ਬਸ ਇਹ ਕੁਝ ਨਹੀਂ ਬਣਾਉਣਾ ਤੁਸੀਂ ਸਾਰਾ ਕੁਝ ਤਾਂ ਬਣਿਆ ਪਿਆ ਲੋ ਜੀ ਸੋ ਯਾਦ ਰੱਖਿਓ 26 ਮਾਰਚ 1971 ਦਾ ਦਿਨ ਸੀਗਾ ਜਦੋਂ ਨੈਸ਼ਨਲ ਚੀਫ ਸੀਗੇ ਜਿਹੜੇ ਉਦੋਂ ਦੇ ਸ਼ੇਖ ਮੁਜੀਬਰ ਰਹਿਮਾਨ ਇਹਨਾਂ ਨੇ ਬੱਚੇ ਇਲੈਕਸ਼ਨ ਬਹੁਤ ਤਕੜੇ ਜਿੱਤੇ ਸੀਗੇ ਤੇ ਇਹਨਾਂ ਨੇ ਡਿਕਲੇਅਰ ਕੀਤਾ ਸੀਗਾ ਵੀ ਅਸੀਂ ਹੁਣ ਇੰਡੀਪੈਂਡੈਂਟ ਹੈ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਜੀ 1970 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਲੀਗ ਸੀ ਆਵਾਮੀ ਲੀਗ ਸ਼ੇਖ ਮੁਜੀਬਰ ਰਹਿਮਾਨ ਉਰਾਨੇ ਇਹਨਾਂ ਨੇ ਬਹੁਤ ਹੀ ਲੈਂਡਸਲਾਈਡ ਵਿਕਟਰੀ ਜਿੱਤੀ ਸੀਗੀ ਤੇ ਉਸ ਤੋਂ ਬਾਅਦ ਫਿਰ 71 ਮਾਰਚ ਦੇ ਵਿੱਚ ਜਿਹੜਾ ਹੈ ਇੱਕ ਜਿਹੜਾ ਮਾਰਚ ਦੇ ਵਿੱਚ ਹੀ ਇਸੇ ਮਹੀਨੇ ਦੇ ਵਿੱਚ ਪਾਕਿਸਤਾਨ ਨੇ ਆਪਰੇਸ਼ਨ ਚਲਾਇਆ ਸੀਗਾ ਜਿਹਦਾ ਨਾਮ ਸੀ ਆਪਰੇਸ਼ਨ ਸਰਚਲਾਈਟ ਜਿਦੇ ਵਿੱਚ ਲੱਭ ਲੱਭ ਕੇ ਇਹਨਾਂ ਨੇ ਬੱਚੋ ਬੰਗਲਾਦੇਸ਼ ਦੇ ਸਿਵਿਲਿਅንስ ਨੂੰ ਮਾਰਿਆ ਸੀ ਬੰਗਲਾਦੇਸ਼ ਦੇ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਸੀ ਸਰਚਲਾਈਟ ਦੇ ਵਿੱਚ ਜਿਹੜੇ ਕਿ ਇੰਟੈਲੈਕਚੁਅਲ ਲੋਕ ਸੀ ਬੰਗਲਾਦੇਸ਼ ਦੇ ਬੰਗਲਾਦੇਸ਼ ਦੇ ਲੇਖਕ ਬੰਗਲਾਦੇਸ਼ ਦੇ ਅਫਸਰ ਉਹਨਾਂ ਨੂੰ ਲੱਭ ਲੱਭ ਕੇ ਮਾਰ ਰਹੇ ਸੀ ਤਾਂ ਕਿ ਜਿਹੜਾ ਦਿਮਾਗ ਹੈ ਦਿਮਾਗ ਬੰਗਲਾਦੇਸ਼ ਦਾ ਜਿਹੜਾ ਹੈ ਉਸ ਬੰਦੇ ਨੂੰ ਜਿਹੜੇ ਚਲਾ ਰਹੇ ਨੇ ਚੀਜ਼ਾਂ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਪਰ ਫਿਰ ਇੰਡੀਆ ਦੀ ਐਂਟਰੀ ਹੋ ਜਾਂਦੀ ਹੈ ਇੰਡੀਆ ਦੀ ਐਂਟਰੀ ਹੋਈ ਤੇ ਇੰਡੀਆ ਨੇ 16 ਦਸੰਬਰ 1971 ਨੂੰ 9 ਮਹੀਨੇ ਲੰਬੀ ਵਾਰ ਰਹੀ ਹੈ ਤੇ ਬੰਗਲਾਦੇਸ਼ ਨੂੰ ਇੰਡੀਪੈਂਡੈਂਟ ਕਰਾਤਾ 16 ਦਸੰਬਰ ਨੂੰ ਅਸੀਂ ਵਿਜੇ ਦਿਵਸ ਮਨਾਉਂਦੇ ਹਾਂ ਯਾਦ ਰੱਖਣਾ ਇਸ ਗੱਲ ਨੂੰ ਜ਼ਰੂਰੀ ਗੱਲ ਬਾਤ ਹੈ ਠੀਕ ਹੈ ਜੀ 26 26 ਮਾਰਚ ਇਸ ਬੰਗਲਾਦੇਸ਼ ਇੰਡੀਪੈਂਡੈਂਸ ਦੇ ਵਿਜੇ ਦਿਵਸ 16 ਦਸੰਬਰ ਲੋ ਜੀ ਅੱਗੇ ਆ ਪਿਆ ਤੁਹਾਡਾ ਬੰਗਲਾਦੇਸ਼ ਦਾ ਮੈਪ ਬੰਗਲਾਦੇਸ਼ ਦਾ ਮੈਪ ਤੁਸੀਂ ਦੇਖ ਪਾ ਰਹੇ ਹੋ ਬੱਚੋ ਇੰਡੀਆ ਦਾ ਜਿਹੜਾ ਸਭ ਤੋਂ ਜ਼ਿਆਦਾ ਲੰਬਾ ਲੈਂਡ ਬਾਰਡਰ ਹੈ ਉਹ ਬੰਗਲਾਦੇਸ਼ ਨਾਲ ਹੀ ਹੈ ਕਿੰਨਾ 4096 ਕਿਲੋਮੀਟਰ ਦਾ ਸਾਡਾ ਬਾਰਡਰ ਹੈ ਤੇ ਗੱਲਬਾਤ ਹੁਣ ਇਹ ਆਉਂਦੀ ਹੈ ਵੀ ਇਹ ਕਿਹੜੀਆਂ ਸਟੇਟਾਂ ਦੇ ਨਾਲ ਬਾਰਡਰ ਲੱਗਦਾ ਤੁਹਾਡਾ ਮੈਪ ਵਰਕ ਵੀ ਤਾਂ ਮੈਂ ਹੀ ਕਰਾਉਣਾ ਕਿਹੜੀਆਂ ਸਟੇਟਾਂ ਦੇ ਨਾਲ ਇਹਦਾ ਬਾਰਡਰ ਲੱਗਦਾ ਬੱਚਿਓ ਤਾਂ ਆਹ ਪਈਆਂ ਨੇ ਉਹ ਚਾਰ ਸਟੇਟਾਂ ਵੈਸਟ ਬੰਗਾਲ ਨਾਲ ਲੱਗਦਾ ਠੀਕ ਹੈ ਜੀ ਅਸਾਮ ਨਾਲ ਲੱਗਦਾ ਠੀਕ ਹੈ ਮਿਘਾਲੇ ਨਾਲ ਲੱਗਦਾ ਠੀ त्रिपुरा ਨਾਲ ਲੱਗਦਾ ਤੇ ਆਪਣਾ ਮਿਜ਼ਰਮ ਨਾਲ ਪੰਜ ਸਟੇਟਾਂ ਨਾਲ ਲੱਗਦਾ ਠੀਕ ਹੈ ਵੈਸਟ ਬੰਗਾਲ ਅਸਾਮ ਮੇਘਾਲਿਆ ਤ੍ਰਿਪੁਰਾ ਤੇ ਮਿਜ਼ਰਮ ਇਹ ਪੰਜ ਸਟੇਟਾਂ ਨਾਲ ਸਾਡਾ ਬੰਗਲਾਦੇਸ਼ ਦਾ ਬਾਰਡਰ ਲੱਗਦਾ ਕਿੰਨੇ ਕਿਲੋਮੀਟਰ ਹੈ 4096 ਹੈ ਯਾਦ ਰੱਖਣਾ ਇਸ ਗੱਲ ਠੀਕ ਹੈ ਬੱਚਿਓ ਡਨ ਹੈ ਮਾਮਲਾ ਚਲੋ ਜੀ ਵੈਰੀ ਗੁੱਡ ਬਹੁਤ ਵਧੀਆ ਲੋ ਜੀ ਅੱਗੇ ਚੱਲਦੇ ਹਾਂ ਹੁਣ ਆਪਾਂ ਲੈਟਸ ਮੂਵ ਫਾਰਵਰਡ ਟੂ ਦਾ ਨੈਕਸਟ ਨਿਊਜ਼ ਆਰਟੀਕਲ ਤੇ ਅੱਗੇ ਦੇਖੀਏ ਅਗਲੀ ਨਿਊਜ਼ ਵਿੱਚ ਕੀ ਹੈ ਆ ਬੱਚੇ ਤੁਸੀਂ ਗੱਡੀ ਦੇਖ ਰਹੇ ਹੋ ਕਿੱਡੀ ਘੰਟ ਹੈ ਇਹ ਇਹ ਬਹੁਤ ਹੀ ਸੋਹਣੀ ਗੱਡੀ ਹੈ ਇਲੈਕਟ੍ਰਿਕ ਗੱਡੀ ਹੈ ਖਾਸ ਗੱਲ ਕੀ ਹੈ ਇਲੈਕਟ੍ਰਿਕ ਗੱਡੀਆਂ ਦਾ ਬੈਥਰੀਆ ਹੁੰਦੀਆਂ ਨੇ ਹਨਾ ਇਲੈਕਟ੍ਰਿਕ ਗੱਡੀਆਂ ਦਾ ਬੈਥਰੀਆ ਆ ਰਹੀਆਂ ਨੇ ਇਹਦੇ ਵਿੱਚ ਕੀ ਖਾਸ ਹੈ ਖਾਸ ਗੱਲ ਇਹ ਹੈ ਜ਼ੀਓਮੀ ਕੰਪਨੀ ਜਿਨ੍ਹਾਂ ਦੇ ਮੋਬਾਈਲ ਫੋਨ ਆਉਂਦੇ ਨੇ ਚਾਈਨੀਜ਼ ਕੰਪਨੀ ਤੁਹਾਨੂੰ ਪਤਾ ਮੋਬਾਈਲ ਫੋਨ ਆਉਂਦੇ ਨੇ ਇਹਨਾਂ ਦੀ ਇਹ ਪਹਿਲੀ ਇਲੈਕਟ੍ਰਿਕ ਗੱਡੀ ਹੈ ਜ਼ੀਓਮੀ ਕੰਪਨੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਗੱਡੀ ਕੱਢੀ ਹੈ ਬੱਚਿਓ ਨਾਮ ਹੈਗਾ SU7 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 ਇਹਦਾ ਨਾਮ ਹੈ ਜੀ SU7 ਇਲੈਕਟ੍ਰਿਕ ਕਾਰ ਹੈ ਇਹ ਕਾਰ ਹੈ ਹੈਨਾ ਜੀ ਤੇ ਚਾਈਨਾ ਦੇ ਵਿੱਚ ਇਹਨੇ ਆਪਣੀ ਪਹਿਲੀ ਇਹ ਕਾਰ ਕੱਢਤੀ ਹੈ ਜ਼ੀਓਮੀ ਦਾ ਆਪਾਂ ਨੇ ਨਾਮ ਬਥੇਰਾ ਸੁਣਿਆ ਹੋਇਆ ਜ਼ੀਓਮੀ ਦੇ ਫੋਨ ਬਹੁਤ ਯੂਜ਼ ਕਰਦੇ ਨੇ ਲੋਕ ਚਾਈਨਾ ਦਾ ਮੋਬਾਈਲ ਹੈ ਇਹ ਤੇ ਹੁਣ ਇਹਨਾਂ ਨੇ ਜਿਹੜੀ ਹੈ ਗੱਡੀ ਕੱਢਤੀ ਹੈ SU7 ਵੈਸੇ ਨਵੰਬਰ 2023 ਦੀ ਇਹ ਨਿਊਜ਼ ਹੈ ਪਰ ਕਿਸੇ ਨੇ ਕਵਰ ਨਹੀਂ ਕੀਤੀ ਸੀ ਮੈਂ ਲੱਭ ਕੇ ਆਪ ਕਵਰ ਕਰਤੀ ਮੈਂ ਕਿਹਾ ਕੀ ਪਤਾ ਪੁੱਛ ਲੈਣ ਜ਼ੀਓਮੀ ਦੀ ਦੱਸ ਦੋ ਜੀ ਪਹਿਲੀ ਇਲੈਕਟ੍ਰਿਕ ਕਾਰ ਕਿਹੜੀ ਉਹਨਾਂ ਨੂੰ ਤਾਂ ਪੁੱਛਣਾ ਹੀ ਹੈ ਤਾਂ SU7 ਤੁਸੀਂ ਯਾਦ ਰੱਖਣਾ ਇਸ ਗੱਲ ਨੂੰ ਠੀਕ ਹੈ ਜੀ ਵੈਸੇ ਦੇਖਣ ਨੂੰ ਬੜੀ ਘੈਂਟ ਹੈ 50000 ਰੁਪਏ ਦੀ 50000 ਰੁਪਏ ਦੀ ਨਹੀਂ 50000 ਡਾਲਰ ਦੀ ਇਹ ਗੱਡੀ ਆ 50000 ਡਾਲਰ ਦੀ ਕਿੰਨੇ ਕ ਬਣ ਗਏ ਲੱਖ ਤੁਸੀਂ ਦੇਖ ਲਿਓ ਨੂੰ ਠੀਕ ਹੈ ਜੀ ਕਹਿੰਦੇ ਇਹ 265 ਕਿਲੋਮੀਟਰ ਦੀ ਸਪੀਡ ਤੱਕ ਜਾ ਸਕਦੀ ਹੈ ਇਲੈਕਟ੍ਰਿਕ ਗੱਡੀ ਸਿਰਾ ਲਵਾਈ ਜਾਂਦੇ ਨੇ ਲੋ ਜੀ ਚਾਈਨਾ ਵਾਲੇ ਦੇ ਵਿੱਚ ਲੋ ਜੀ ਸੋ ਇਹ ਜਿਹੜੀ ਨਿਊਜ਼ ਬੱਚੇ ਤੁਹਾਡੀ ਇੱਥੇ ਸਮਾਪਤ ਹੋ ਜਾਂਦੀ ਨੂੰ ਐਨਾ ਕੀ ਕਰਨਾ ਜ਼ੁਆਮੀ ਦੀ ਜ਼ੀਓਮੀ ਦੀ ਪਹਿਲੀ ਇਲੈਕਟ੍ਰਿਕ ਕਾਰ ਕਿਹੜੀ ਐ ਐਸਯੂ 7 ਹੁਣ ਆਪਾਂ ਅੱਗੇ ਚੱਲਦੇ ਹਾਂ ਬੱਚਿਓ ਅੱਗੇ ਦੋ ਨਿਊਜ਼ ਆਉਣਗੇ ਤੁਹਾਡੀਆਂ ਅਪਾਇੰਟਮੈਂਟ ਨਾਲ ਰਿਲੇਟਡ ਅਪੁਆਇੰਟਮੈਂਟ ਨਾਲ ਰਿਲੇਟਡ ਥੋੜੀਆਂ ਦੋ ਨਿਊਜ਼ ਜਿਹੜੀਆਂ ਨਵੀਆਂ ਅਪੁਆਇੰਟਮੈਂਟਸ ਹੋਈਆਂ ਨੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਅਪੁਆਇੰਟਮੈਂਟ ਹੋਈਆਂ ਨੇ ਉਹਦੀ ਗੱਲ ਕਰਦੇ ਆਂ ਜੀ। ਲਓ ਜੀ। ਆਜੋ ਬੱਚਿਓ। ਆਜੋ ਮੇਰੇ ਵੀਰੋ। ਲਓ ਜੀ ਸੋ ਪਹਿਲਾ ਇੱਥੇ ਜ਼ਿਕਰ ਹੋ ਰਿਹਾ ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਨਵੇਂ ਡਾਇਰੈਕਟਰ ਜਨਰਲ ਆ ਗਏ ਨੇ ਤੇ ਨਾਮ ਕੀ ਆ ਬੱਚਿਓ ਇਹਨਾਂ ਦਾ ਜੀ ਸਦਾਨੰਦ ਵਸੰਤ ਦਾਤੇ। ਸਦਾਨੰਦ ਵਸੰਤ ਦਾਤੇ ਆਈਪੀਐਸ ਆਫਸਰ ਮਹਾਰਾਸ਼ਟਰ ਦੇ ਕੈਡਰ ਦੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਨਵੇਂ ਨਵੇਂ ਕੌਣ ਨੇ ਜੀ ਹੈ ਪ੍ਰਧਾਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜੇ ਇਸ ਏਜੰਸੀ ਦੀ ਗੱਲ ਕਰਾਂ ਤਾਂ ਇਹ ਬੱਚਿਓ 2008 ਦੇ ਵਿੱਚ ਬਣਾਈ ਗਈ ਸੀ ਨੈਸ਼ਨਲ ਏਜੰਸੀ ਜਿਹੜੀ ਹੈ ਇਨਵੈਸਟੀਗੇਸ਼ਨ ਏਜੰਸੀ ਸਾਲ 2008 ਦੇ ਵਿੱਚ ਬਣਾਈ ਗਈ ਸੀ ਬੱਚਿਓ ਸਟੈਬਲਿਸ਼ਮੈਂਟ ਇਹਦੀ ਹੋਈ ਸੀ ਜਦੋਂ ਮੁੰਬਈ ਉੱਤੇ ਟੈਰਰ ਅਟੈਕਸ ਹੋਏ ਸੀਗੇ ਹਨਾ ਜੀ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੀ ਹੈ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਹੈੱਡਕੁਆਟਰ ਆਬਵੀਅਸਲੀ ਦਿੱਲੀ ਦੇ ਵਿੱਚ ਹੀ ਆ ਅਦਰਵਾਈਜ਼ ਬ੍ਰਾਂਚੇਸ ਇਹਦੀ ਕਾਫੀ ਸਟੇਟਾਂ ਦੇ ਵਿੱਚ ਤੁਹਾਨੂੰ ਹੀ ਹੈਗੀਆਂ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈਗੀ ਕੀ ਆ ਕਾਉਂਟਰ ਟੈਰਰਿਜ਼ਮ ਲਾ ਐਨਫੋਰਸਮੈਂਟ ਏਜੰਸੀ ਹੈ ਜੀ ਇਹ ਤੇ ਇਸ ਨੂੰ ਤੁਸੀਂ ਯਾਦ ਰੱਖੋਗੇ ਨਵੇਂ ਡਾਇਰੈਕਟਰ ਜਨਰਲ ਨੇ ਸਾਡੇ ਸਦਾਨੰਦ ਵਸੰਤ ਦਾਤੇ ਓਕੇ ਜੀ ਇਸ ਗੱਲ ਨੂੰ ਯਾਦ ਰੱਖੋਗੇ ਅੱਗੇ ਵਧਾਂ ਮੈਨੂੰ ਫਟਾਫਟ ਦੱਸਿਓ ਨੈਸ਼ਨਲ ਸਕਿਉਰਿਟੀ ਗਾਰਡ ਇਹਦੇ ਨਵੇਂ ਪ੍ਰਧਾਨ ਕੌਣ ਸੀਗੇ ਨਵੇਂ ਡਾਇਰੈਕਟਰ ਕੌਣ ਸੀਗੇ ਬੱਚਿਓ ਆਈਪੀਐਸ ਆਫੀਸਰ ਸੀਗੇ ਦੱਸਿਓ ਮੜਾ ਜਿਆ ਹਿੰਟ ਦੇ ਦੇਣਾ ਸਸ਼ਸਤਰ ਸੀਮਾ ਬਲ ਇਹਦੇ ਵੀ ਤੇ ਦੋਨਾਂ ਦੇ ਸੇਮ ਹੀ ਸੀਗੇ ਕੀ ਨ ਚੌਧਰੀ ਸੀ ਕੋਈ ਉਹ ਕਿਹੜਾ ਚੌਧਰੀ ਸੀ ਤੋਈ ਦੱਸਣਾ ਵੈਰੀ ਗੁੱਡ ਕੌਣ ਸੀ ਦਲਜੀਤ ਸਿੰਘ ਚੌਧਰੀ ਦਲਜੀਤ ਦਲਜੀਤ ਸਿੰਘ ਤੇ ਚੌਧਰੀ ਯਾਦ ਰੱਖ ਲਿਓ ਇਸ ਗੱਲ ਨੂੰ ਵੀ ਠੀਕ ਹੈ ਚਲੋ ਜੀ ਅੱਗੇ ਚੱਲਦੇ ਆਪਾਂ lettes move forward ਇਹਦੇ ਬਾਰੇ ਜਿਹੜੀ ਹੈ ਇੱਕ ਸਟ੍ਰੈਟਜੀ ਕੀ ਤੁਸੀਂ ਸਮਝ ਲਈ ਹੋਣੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਾਰੇ ਅਗਲੀ ਨਿਊਜ਼ ਆਰਟੀਕਲ ਦੇ ਵਿੱਚ ਜ਼ਿਕਰ ਹੋ ਰਿਹਾ ਬੱਚਿਓ ਇੱਕ ਨਵੇਂ ਐਮਬੈਸਡਰ ਦਾ ਇੰਡੀਆ ਦਾ ਨਵਾਂ ਐਮਬੈਸਡਰ ਕਿੱਥੇ ਲਾਉਣਾ ਜੀ ਮਾਇਨਮਾਰ ਦੇ ਵਿੱਚ ਲਾਉਣਾ ਇੰਡੀਆ ਦਾ ਨਵਾਂ ਐਮਬੈਸਡਰ ਮਾਇਨਮਾਰ ਦੇ ਵਿੱਚ ਰੀਸੈਂਟਲੀ ਸੀ ਇਰਾਕ ਦੇ ਵਿੱਚ ਲਾਇਆ ਸੀ ਚਿਚਲੀ ਦੇ ਵਿੱਚ ਲਾਇਆ ਸੀਗਾ ਤੇ ਅਸੀਂ ਰਸ਼ੀਆ ਦੇ ਵਿੱਚ ਲਾਇਆ ਸੀ ਉਹਦੀ ਮੈਂ ਤੁਹਾਨੂੰ ਹੁਣੇ ਰਿਵੀਜ਼ਨ ਕਰਵਾਉਂਗਾ ਤੇ ਆ ਨਵੇਂ ਸਾਡੇ ਪ੍ਰਧਾਨ ਬਣ ਗਏ ਨੇ ਜੀ ਕਿੱਥੇ ਦੇ ਇਹ ਸਾਡੇ ਬਣੇ ਨੇ ਜੀ ਨਵੇਂ ਐਮਬੈਸਡਰ ਟੂ ਦਾ ਮਾਇਨਮਾਰ ਨਾਮ ਕੀ ਇਹਨਾਂ ਦਾ ਜੀ ਅਬੇ ਠਾਕੁਰ ਅਬੇ ਠਾਕੁਰ ਇਹਨਾਂ ਦਾ ਨਾਮ ਹੈ ਯਾਦ ਰੱਖੋਗੇ ਇਸ ਗੱਲ ਨੂੰ ਅਬੇ ਠਾਕੁਰ ਇਹਨਾਂ ਦਾ ਨਾਮ ਹੈ ਯਾਦ ਰੱਖੋਗੇ ਇਸ ਗੱਲ ਨੂੰ ਤੇ ਮਾਇਨਮਾਰ ਆਪਿਆ ਜੀ ਮਾਇਨਮਾਰ ਦਾ ਬਾਰਡਰ ਤੁਸੀਂ ਦੇਖ ਪਾ ਰਹੇ ਹੋ ਮਾਇਨਮਾਰ ਦਾ ਮੈਪ ਦੇਖ ਪਾ ਰਹੇ ਹੋ ਮਾਇਨਮਾਰ ਦੀ ਜਿਹੜੀ ਕੈਪੀਟਲ ਬੱਚੇ ਨੈਪੀਡੇ ਨੈਪੀਡੇ ਦੀ ਕੈਪੀਟਲ ਹੈ ਜੀ ਜਮੀ ਵਿਚਾਲ ਦੀ ਇਹਦੇ ਇੱਕ ਰਿਵਰ ਚੱਲਦੀ ਹੈ ਜਿਹਦਾ ਨਾਮ ਹੈ ਇਰਾਵੜੀ ਰਿਵਰ ਇਰਾਵੜੀ ਰਿਵਰ ਬੜੀ ਕੈਨ ਰਿਵਰ ਹੈ ਯਾਦ ਰੱਖੋਗੇ ਮੇਨ ਰਿਵਰ ਹੈ ਇਹਨਾਂ ਦੀ ਮਾਇਨਮਾਰ ਦਾ ਤੁਸੀਂ ਲੋਕੇਸ਼ਨ ਅਸੀਂ ਦੇਖ ਪਾ ਰਹੇ ਹੋਗੇ ਤੇ ਮਾਇਨਮਾਰ ਦੀਆਂ ਦੋ ਨਿਊਜ਼ ਜਿਹੜੀਆਂ ਆਪਾਂ ਨੇ ਰੀਸੈਂਟਲੀ ਕੀਤੀਆਂ ਸੀਗੀਆਂ ਇੱਕ ਤਾਂ ਬੱਚੋ ਇਹ ਬਲੈਕਲਿਸਟਡ ਕੰਟਰੀ ਹੈ ਬਲੈਕਲਿਸਟਡ ਕੰਟਰੀ ਹੈ ਕਿੱਥੇ ਕਿਹਦੇ ਵਿੱਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਵਿੱਚ ਹਨਾ ਜੀ ਇਹ ਕੀਤਾ ਸੀ ਦੂਜਾ ਆਪਾਂ ਦੇਖਿਆ ਸੀ ਅਫੀਮ ਦੀ ਖੇਤੀ ਹਨਾ ਜੀ ਓਪੀ ਮਾਇਨਮਾਰ ਨੰਬਰ 1 ਤੇ ਆ ਗਿਆ ਜੀ ਮਾਇਨਮਾਰ ਨੰਬਰ 1 ਤੇ ਆ ਗਿਆ ਫਰਸਟ ਆ ਗਿਆ ਕਿਹਨੂੰ ਬੀਟ ਕਰਤਾ ਅਫਗਾਨਿਸਤਾਨ ਨੂੰ ਪਹਿਲਾ ਅਫਗਾਨਿਸਤਾਨ ਅਫੀਮ ਦੀ ਖੇਤੀ ਵਿੱਚ ਨੰਬਰ 1 ਹੁੰਦਾ ਸੀ ਮਾਇਨਮਾਰ ਹੁਣ ਨੰਬਰ 1 ਹੈ ਜੀ ਓਪੀਐਮ ਦੀ ਪ੍ਰੋਡਕਸ਼ਨ ਦੇ ਵਿੱਚ ਯਾਦ ਰੱਖੋਗੇ ਆ ਮੰਡਲੇ ਇੱਕ ਜੇਲ ਹੁੰਦੀ ਸੀ ਬੱਚਿਓ ਕਿਉਂਕਿ ਮਾਇਨਮਾਰ ਵੀ ਪਹਿਲਾਂ ਇੰਡੀਆ ਦਾ ਹੀ ਪਾਰਟ ਹੁੰਦਾ ਸੀ ਬਰਮਾ ਇਹਨੂੰ ਕਹਿੰਦੇ ਸੀਗੇ ਮੰਡਲੇ ਜੇਲ ਦੇ ਵਿੱਚ ਸਾਰੇ ਬੰਦਿਆਂ ਨੂੰ ਲਿਆ ਕੇ ਰੱਖਦੇ ਹੁੰਦੇ ਸੀ ਅੰਗਰੇਜ਼ ਇਹ ਜਿਹੜਾ ਪਹਿਲਾ ਮਾਇਨਮਾਰ ਦਾ ਨਾਮ ਹੁੰਦਾ ਸੀ ਉਹ ਕੀ ਹੁੰਦਾ ਸੀ ਬਰਮਾ ਹੁੰਦਾ ਸੀ ਇਹ ਬਰਮਾ ਇਹ ਮਾਇਨਮਾਰ ਇਨੂੰ ਅਸੀਂ ਇੰਡੀਆ ਵਿੱਚੋਂ ਅਡਡ ਕੀਤਾ ਸਾਲ 2035 ਦੇ ਵਿੱਚ ਉਹ ਸੋ 2035 ਤਾਂ ਆਇਆ ਨਹੀਂ 1935 ਗਵਰਨਮੈਂਟ ਆਫ ਇੰਡੀਆ ਐਕਟ 1935 ਜਿਹਦੇ ਵਿੱਚ ਬਰਮਾ ਅਲੱਗ ਕਰ ਦਿੱਤਾ ਗਿਆ ਅਲੱਗ ਕਰ ਦਿੱਤਾ ਗਿਆ ਕਿਹਦੇ ਨਾਲੋਂ ਇੰਡੀਆ ਨਾਲੋਂ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖੋਗੇ ਤੁਹਾਡੀ ਪਾਲਿਟੀ ਹੈ ਤੁਹਾਡੀ ਹਿਸਟਰੀ ਹੈ ਯਾਦ ਰੱਖੋਗੇ ਜੀ ਲੋ ਜੀ ਸੋ ਡਨ ਹੈ ਮਾਮਲਾ ਇਹ ਵੀ ਤੁਹਾਡਾ ਜਿਹੜਾ ਸਮਾਪਤ ਹੋ ਜਾਂਦਾ ਜੀ ਅੱਗੇ ਚੱਲਦੇ ਹਾਂ ਤੁਹਾਡੀ ਥੋੜੀ ਜੀ ਰਿਵੀਜ਼ਨ ਕਰਵਾ ਦਮਾ ਰੀਸੈਂਟ ਅਪੁਆਇੰਟਮੈਂਟਸ ਜਿਹੜੀਆਂ ਹੋਈਆਂ ਨੇ ਰੀਸੈਂਟ ਅਪੁਆਇੰਮੈਂਟ ਜਿਹੜੀ 2-4 ਦਿਨ ਪਹਿਲਾਂ ਆਪਾਂ ਨੇ ਕੀਤੀਆਂ ਨੇ ਸਾਰੀਆਂ ਪਰ ਰਿਵਾਈਜ਼ ਕਰਾਂਗੇ ਬੱਚਿਓ ਦੇਖੋ ਜੀ ਪ੍ਰਸਾਰ ਭਾਰਤੀ ਦੇ ਚੇਅਰਮੈਨ ਕੌਣ ਲੱਗੇ ਨੇ ਨਵਨੀਤ ਕੁਮਾਰ ਸਹਿਗਲ ਜੀ ਇੰਡੀਆ ਦੇ ਐਮਬੈਸਡਰ ਰਸ਼ੀਆ 'ਚ ਜਿਹੜੇ ਨਵੇਂ ਲੱਗੇ ਨੇ ਨਾਮ ਕੀ ਸੀ ਵਿਨੈ ਕੁਮਾਰ ਪਾਜੀ ਸੀਬੀਐਸਸੀ ਦੇ ਨਵੇਂ ਚੇਅਰਪਰਸਨ ਕੌਣ ਸੀ ਇਹ ਰਾਹੁਲ ਸਿੰਘ ਇੰਡੀਆ ਦੇ ਐਮਬੈਸਡਰ ਇਰਾਕ ਦੇ ਵਿੱਚ ਲੱਗੇ ਨੇ ਕੌਣ ਸੋਮਿੰਦੂ ਬਗਚੀ ਇੰਡੀਆ ਦੇ ਨੈਕਸਟ ਐਮਬੈਸਡਰ ਕਿੱਥੇ ਚਿਲੀ ਕੰਟਰੀ ਵਿੱਚ ਲੱਗੇ ਨੇ ਅਭਿਲਾਸ਼ਾ ਜੋਸ਼ੀ ਨਵੇਂ ਇਲੈਕਸ਼ਨ ਕਮਿਸ਼ਨਰ ਕੌਣ ਨੇ ਸੁਖਬੀਰ ਸਿੰਘ ਸੰਧੂ ਤੇ ਗਿਆਨਿਸ਼ ਕੁਮਾਰ ਤੇ ਪ੍ਰੈਜ਼ੀਡੈਂਟ ਪੈਰਾ অলਪਿਕ ਕਮੇਟੀ ਆਫ ਇੰਡੀਆ ਦੇ ਨਵੇਂ ਲੱਗੇ ਨੇ ਦਵਿੰਦਰ ਜਜਰੀਆ ਜੀ ਸੋ ਇਹ ਰੀਸੈਂਟ ਅਪੁਆਇੰਟਮੈਂਟਸ ਥੋੜੀ ਰਿਵੀਜ਼ਨ ਪਰਪਸ ਵਾਸਤੇ ਮੈਂ ਤੁਹਾਨੂੰ ਕਰਵਾਈ ਨੇ ਠੀਕ ਹੈ ਜੀ ਡਨ ਹੈ ਮਾਮਲਾ ਚਲੋ ਜੀ ਆਓ ਅੱਗੇ ਚੱਲੀਏ ਅੱਗੇ ਚੱਲਦੇ ਹਾਂ ਬੱਚਿਓ ਤੇ ਹੁਣ ਤੁਹਾਡੇ ਤੋਂ ਮੈਂ ਸਵਾਲਾਂ ਦੀ ਝੜੀ ਲਾਉਂਗਾ ਤੇ ਤੁਸੀਂ ਇਹਦਾ ਆਨਸਰ ਲਾਉਂਗੇ ਜੀ ਏਬਲ ਪ੍ਰਾਈਸ ਏਬਲ ਪ੍ਰਾਈਸ ਜਿਹੜਾ ਕਿ ਮੈਥੇਮੈਟਿਸ਼ੀਅਨ ਦਾ ਨੋਬਲ ਪ੍ਰਾਈਸ ਹੈ ਇਹ ਕਿਹਨੂੰ ਦਿੱਤਾ ਗਿਆ ਪਹਿਲਾ ਸਵਾਲ ਤੁਹਾਡੀ ਸਕਰੀਨ ਉੱਤੇ ਆ ਗਿਆ ਹੈ ਫਟਾਫਟ ਇਹਦਾ ਆਨਸਰ ਲਾਓ ਲੋ ਜੀ ਦੂਜਾ ਐਸ ਐਂਡ ਪੀ ਗਲੋਬਲ ਐਸ ਐਂਡ ਪੀ ਗਲੋਬਲ ਕੰਪਨੀ ਨੇ ਕੀ ਕਿਹਾ ਵੀ ਭਾਰਤ ਦਾ ਜਿਹੜਾ ਭਾਰਤ ਦੀ ਜਿਹੜੀ ਇਕਨੋਮਿਕ ਤੁਸੀਂ ਕਹਦੇ ਹੋ ਪ੍ਰੋਗਰੈਸ ਇਕਨੋਮਿਕ ਡਵੈਲਪਮੈਂਟ ਹੈ ਇੰਡੀਆ ਫਾਈਨੈਂਸ਼ੀਅਲ ਇਅਰ 25 ਦੇ ਵਿੱਚ ਕਿੰਨੇ ਪ੍ਰਤੀਸ਼ਤ ਦੀ ਦਰ ਨਾਲ ਵਧੂਗਾ ਦੂਜਾ ਸਵਾਲ ਦੋ ਸਵਾਲ ਤੁਹਾਡੇ ਹੋਗੇ ਨੇ ਤੀਜਾ ਸਵਾਲ ਮੈਨੂੰ ਐਂ ਦੱਸੋਗੇ ਤੁਸੀਂ ਵੀ ਮਾਈਕਰੋਸਾਫਟ ਮਾਈਕਰੋਸਾਫਟ ਦੀ ਦੀ ਜਿਹੜੀ ਏ ਆਈ ਡਿਵੀਜ਼ਨ ਹੈ ਉਸ AI ਡਿਵੀਜ਼ਨ ਦਾ ਨਵਾਂ ਪ੍ਰਧਾਨ ਕੌਣ ਹੈ ਦੱਸੋ ਜੀ ਤਿੰਨ ਸਵਾਲ ਤੁਹਾਡੇ ਉੱਤੇ ਆ ਗਏ ਨੇ ਤਿੰਨਾਂ ਦਾ ਸਵਾਲ ਤੁਸੀਂ ਅਨ ਸਵਾਲਾਂ ਦਾ ਆਨਸਰ ਤੁਸੀਂ ਦੋਗੇ ਮੇਰੇ ਮਿੱਤਰੋ ਲੋ ਜੀ ਲੋ ਜੀ ਸੋ ਪਹਿਲੇ ਦਾ ਆਨਸਰ ਕੀ ਹੈ ਜੀ ਐਬਲ ਪ੍ਰਾਈਸ ਮਿਲਿਆ ਕਿਹਨੂੰ ਮਿਸ਼ੇਲ ਮਿਸ਼ੇਲ ਸੀਗਾ ਇੱਕ ਸੀਗਾ ਨਾਮ ਉਹਦਾ ਟਾਲਾ ਟਾਲਾ ਗ੍ਰੈਂਡ ਮਿਸ਼ੇਲ ਟਾਲਾ ਗ੍ਰੈਂਡ ਇਹ ਨਾਮ ਸੀ ਇਹਨਾਂ ਦਾ ਜੀ ਮੈਥਮੈਟਿਸ਼ੀਅਨ ਨੇ ਫਰਾਂਸ ਦੇ ਨੇ ਫ੍ਰੈਂਚ ਨੇ ਯਾਦ ਰੱਖੋਗੇ ਐਸ ਐਂਡ ਪੀ ਗਲੋਬਲ ਨੇ ਕੀ ਕਿਹਾ ਫਾਈਨੈਂਸ਼ੀਅਲ 2025 ਦੇ ਵਿੱਚ ਇੰਡੀਆ ਵਧੂਗਾ 6.8 ਪ੍ਰਤੀਸ਼ਤ ਦੀ ਦਰ ਨਾਲ ਏ ਬੱਚਿਓ ਕ੍ਰਾਈਸਲ ਵੀ ਸੇਮ ਹੀ ਕਹਿ ਰਿਹਾ ਹੈ ਹਨਾ ਤੇ ਇੱਕ ਈ ਸੀਗਾ ਆਪਣਾ ਮੂਡਿਸ ਮੂਡਿਸ ਵੀ ਆਪਾਂ ਨੂੰ ਸੇਮ ਹੀ ਗੱਲਬਾਤ ਕਹਿ ਰਿਹਾ ਹੈ ਮਾਈਕਰੋਸਾਫਟ AI ਡਿਵੀਜ਼ਨ ਦੇ ਨਵੇਂ ਪ੍ਰਧਾਨ ਕੋਰ ਨੇ ਸੁਲੇਮਾਨ ਅ ਸੁਲੇਮਾਨ ਹਾਂ ਸੁਲੇਮਾਨ ਮੁਹੰਮਦ ਸੁਲੇਮ ਮਸਤਫਾ ਸੁਲੇਮਾਨ ਹਾਂ ਲੱਗ ਰਿਹਾ ਕੁਝ ਗਲਤ ਹੋ ਰਿਹਾ ਮਸਤਫਾ ਸੁਲੇਮਾਨ ਮਸਤਫਾ ਸੁਲੇਮਾਨ ਨੇ ਇਸ ਨਾਮ ਨੂੰ ਤੁਸੀਂ ਯਾਦ ਰੱਖੋਗੇ ਇਹ ਵੀ ਜ਼ਰੂਰੀ ਹੈ ਜੀ ਅੱਗੇ ਮੈਨੂੰ ਦੱਸੋਗੇ ਤੁਸੀਂ ਵੀ ਪੁਰਤਗਾਲ ਕੰਟਰੀ ਦੇ ਪੁਰਤਗਾਲ ਕੰਟਰੀ ਦੇ ਨਵੇਂ ਪ੍ਰਧਾਨ ਕੌਣ ਨੇ ਨਵੇਂ ਪ੍ਰਾਈਮ ਮਿਨਿਸਟਰ ਕੌਣ ਨੇ ਨਿਊ ਪੀ ਐਮ ਕੌਣ ਹੈ ਪੁਰਤਗਾਲ ਕੰਟਰੀ ਦਾ ਪਹਿਲਾ ਸਵਾਲ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਜੀ ਦੂਜੇ ਸਵਾਲ ਦੇ ਵਿੱਚ ਤੁਸੀਂ ਮੈਨੂੰ ਐਂ ਦੱਸੋਗੇ ਇੱਕ ਐਨ ਪੀ ਸੀ ਆਈ ਐਨ ਪੀ ਸੀ ਆਈ ਨੇ ਕਿਹੜੇ ਬੈਂਕ ਦੇ ਨਾਲ ਮਿਲ ਕੇ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਜਿਹਦਾ ਨਾਮ ਹੈ ਫਲੈਸ਼ ਪੇ ਫਲੈਸ਼ ਪੇ ਮੜੀ ਜੀ ਫਲੈਸ਼ ਮਾਰੋਗੇ ਸਿੱਧੀ ਪੇਮੈਂਟ ਹੋ ਜਾਊਗੀ 5000 ਤੱਕ ਦੀ ਪੇਮੈਂਟ ਸਿੱਧੀ ਹੋ ਜਾਊਗੀ ਜੀ ਅੱਗੇ ਮੈਨੂੰ ਤੁਸੀਂ ਐਂ ਦੱਸੋਗੇ ਜੀ ਉਹ ਅੰਗਰੇਜ਼ੀ ਨਾਵਲ ਨਹੀਂ ਨਹੀਂ हां मागी मागी मगदी मगदी हां मगदी भाषा ਦੇ ਵਿੱਚ ਜਾਂ ਫਿਰ ਮਗਹੀ ਭਾਸ਼ਾ ਦੇ ਵਿੱਚ ਉਸ ਨੋਵਲ ਦਾ ਨਾਮ ਦੱਸੋ ਨੋਵਲ ਦਾ ਨਾਮ ਕੀ ਹੈ ਜਿਹੜਾ ਕਿ ਅਭੇ ਕੁਮਾਰ ਨੇ ਜਿਹੜਾ ਕਿ ਅਭੇ ਕੁਮਾਰ ਨੇ ਟ੍ਰਾਂਸਲੇਟ ਕੀਤਾ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਟੂ ਇੰਗਲਿਸ਼ ਤੇ ਪਹਿਲਾ ਪਹਿਲਾ ਮਾਗੀ ਭਾਸ਼ਾ ਦੇ ਦਾ ਇੱਕ ਤੁਸੀਂ ਕਹੋ ਵੀ ਇਹ ਨੋਵਲ ਹੈ ਜਿਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਟ੍ਰਾਂਸਲੇਟ ਟੂ ਇੰਗਲਿਸ਼ ਵਾਟ ਇਜ਼ ਦਾ ਨੇਮ ਆਫ 댓 ਦੱਸੋ ਜੀ ਸੋ ਤਿੰਨ ਸਵਾਲ ਆ ਗਏ ਨੇ ਪੁਰਤਗਾਲ ਦੇ ਨਵੇਂ ਪ੍ਰਾਈਮ ਮਿਨਿਸਟਰ ਦਾ ਨਾਮ ਕੀ ਹੈ ਮੇਰੇ ਵੀਰੋ ਦੱਸੋ ਜੀ ਲੁਇਸ ਮੌਂਟੀਨੇਗਰੋ ਕੀ ਨਾਮ ਹੈ ਦਾ ਲੁਇਸ ਮੌਂਟੀਨੇਗਰੋ ਲੁਇਸ ਮੌਂਟੀਨੇਗਰੋ ਪੁਰਤਗਾਲ ਦੇ ਨਵੇਂ ਅਸੋ ਜੀ ਪੁਰਤਗਾਲ ਦੇ ਨਵੇਂ ਤਾਂ ਹੋ ਗਿਆ ਕੈਪੀਟਲ ਕਿਹੜੀ ਹੈ ਇਹਨਾਂ ਦੀ ਐਲ ਤੋਂ ਆ ਕਿਹੜੀ ਸੀਗੀ ਉਹ ਲਿਸਬਨ ਹਾਂ ਲਿਸਬਨ ਸੋ ਐਨਪੀਸੀਆਈ ਨੇ ਬੱਚਿਓ ਫੈਡਰਲ ਬੈਂਕ ਦੇ ਨਾਲ ਫੈਡਰਲ ਬੈਂਕ ਦੇ ਨਾਲ ਮਿਲ ਕੇ ਫਲੈਸ਼ ਪੇ ਲਾਂਚ ਕੀਤਾ ਸੀ ਮਗਧ ਦੀ ਭਾਸ਼ਾ ਦਾ ਜਿਹੜਾ ਨੋਵਲ ਸੀ ਬੱਚਿਓ ਦਾ ਨਾਮ ਸੀ ਫੂਲ ਬਹਾਦਰ ਕੀ ਨਾਮ ਸੀ ਉਹਦਾ फूल बहादुर फूल बहादुर सीगा जिनु इंग्लिश ਦੇ ਵਿੱਚ ਟ੍ਰਾਂਸਲੇਟ ਕੀਤਾ ਬੱਚਿਓ ਸਾਡੇ ਅਬੇ ਕੁਮਾਰ ਪਾਜੀ ਨੇ ਠੀਕ ਹੈ ਜੀ ਸੋ ਇਸ ਗੱਲਾਂ ਨੂੰ ਸਾਰਿਆਂ ਨੂੰ ਯਾਦ ਰੱਖਣਾ ਤੁਸੀਂ ਨੇ ਆਜੋ ਅੱਗੇ ਚੱਲੀਏ ਬੱਚਿਓ ਮੈਨੂੰ ਦੱਸਿਓ ਜੀ ਫਟਾਫਟ ਵਰਲਡ ਨਹੀਂ ਨਹੀਂ ਅਰਥ ਆੜੇ ਅਰਥ ਆੜੇ ਅਰਥ ਆਵਰ ਡੇ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ ਅਰਥ ਆਵਰ ਡੇ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ ਲਾਓ ਆਨਸਰ ਦਾ ਕੀ ਹੋਊਗਾ ਅਰਥ ਆਵਰ ਡੇ ਕਿਹੜੇ ਦਿਨ ਨੂੰ ਮਨਾਉਂਦੇ ਅਸੀਂ ਵੈਰੀ ਗੁੱਡ ਲਾਓ ਜੀ ਵੈਰੀ ਗੁੱਡ ਜੀ 23 ਮਾਰਚ ਨੂੰ ਮਨਾਉਂਦੇ ਆ ਜੀ 23 ਮਾਰਚ ਨੂੰ ਇਸ ਨੇ ਉਹਨੇ ਰੀਸੈਂਟਲੀ ਅਚੀਵ ਕੀਤਾ ਸੀਗਾ ਜ਼ੀਰੋ ਡੈਬਰਿਸ ਜ਼ੀਰੋ ਡੈਬਰਿਸ ਜਾਂ ਫਿਰ ਤੁਸੀਂ ਕਹਿ ਦਿਓ ਵੀ ਨੋ ਵੇਸਟੇਜ ਨੋ ਡੈਬਰਿਸ ਇਹ ਜਿਹੜਾ ਇੰਡੀਆ ਨੇ ਡੈਬਰਿਸ ਹੈ ਨਾ ਇਹ ਜਿਹੜਾ ਇਸਰੋ ਨੇ ਅਚੀਵ ਕੀਤਾ ਉਸ ਮਿਸ਼ਨ ਦਾ ਨਾਮ ਕੀ ਸੀਗਾ ਹਵਾ ਚ ਛੱਡਿਆ ਆਪਣਾ ਕੰਮ ਕੰਪਲੀਟ ਕੀਤਾ ਰੀ-ਐਂਟਰੀ ਮਾਰੀ ਜਮਾ ਆਰਬਿਟ ਦੇ ਵਿੱਚ ਜਮਾ ਕੋਈ ਜਿਹੜਾ ਹੈ ਵਿਸ਼ੇਸ਼ ਨਹੀਂ ਛੱਡਿਆ ਵਾਟ ਇਜ਼ ਦਾ ਨੇਮ ਆਫ ਦੈਟ ਮਿਸ਼ਨ ਐਕਸਪੋਸ ਐਡਮਿਸ਼ਨ ਦੇ ਨਾਲ ਛੱਡਿਆ ਸੀਗਾ PSLV C58 ਫਲਾਈਟ ਦੇ ਨਾਲ ਨਾਮ ਕੀ ਬੱਚੇ ਪੋਇਮ 3 ਕੀ ਨਾਮ ਹੁੰਦਾ ਪੋਇਮ 3 ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖੋਗੇ ਚਲੋ ਜੀ ਅੱਗੇ ਹੁਣ ਆਪਾਂ ਲੋ ਜੀ ਸੋ ਤੁਹਾਡੀ ਰਿਵੀਜ਼ਨ ਨਾਲ ਚੱਲੀ ਜਾਊਗੀ ਆਓ ਹੁਣ ਅੱਗੇ ਅੱਜ ਦੇ ਕਰੰਟ ਅਫੇਅਰਸ ਵਿੱਚ ਚੱਲੀਏ ਨਵਾਂ ਗਿਨੈਸ ਵਰਲਡ ਰਿਕਾਰਡ ਬਣਿਆ ਜੀ ਨਵਾਂ ਗਿਨੈਸ ਵਰਲਡ ਰਿਕਾਰਡ ਬਣਿਆ ਕਿੱਥੇ ਬਣਿਆ ਹਰਿਆਣੇ ਦੇ ਵਿੱਚ ਕਿਹਨਾਂ ਨੇ ਬਣਾਇਆ ਕਬੱਡੀ ਪਲੇਅਰਸ ਨੇ ਬਣਾਇਆ ਕਿਉਂ ਬਣਾਇਆ ਕਿਉਂਕਿ ਕਬੱਡੀ ਡੇ ਮਨਾਇਆ ਸੀਗਾ 24 ਮਾਰਚ ਨੂੰ ਵਰਲਡ ਕਬੱਡੀ ਡੇ 24 ਮਾਰਚ ਨੂੰ ਮਨਾਉਂਦੇ ਆ ਉਸ ਦਿਨ ਇਕੱਠੇ ਹਰਿਆਣਾ ਦੇ ਵਿੱਚ 128 ਪਲੇਅਰਾਂ ਨੇ ਕਬੱਡੀ ਖੇਡੀ ਹੈ ਕਹਿੰਦੇ ਇਹ ਵੀ ਇੱਕ ਗਿਨੀਸ ਵਿਲਡ ਰਿਕਾਰਡ ਹੈ ਤੇ ਇਹ ਗਿਨੀਸ ਵਿਲਡ ਰਿਕਾਰਡ ਜਿਹੜਾ ਹੈ ਹੋਲਡ ਕਰ ਰਿਹਾ ਹੈ ਹੁਣ ਸਾਡੇ ਕਬੱਡੀ ਪਲੇਅਰਸ ਤੇ ਇਹ ਜਿਹੜਾ ਵਰਲਡ ਰਿਕਾਰਡ ਬਣਿਆ ਇਹ ਕਿਹਨੂੰ ਦਿੱਤਾ ਗਿਆ ਹਰਿਆਣਾ ਦੇ ਗਵਰਨਰ ਨੂੰ ਸੌਂਪਿਆ ਗਿਆ ਹਰਿਆਣਾ ਦੇ ਗਵਰਨਰ ਕੌਣ ਨੇ ਬੰਦਰੂਧ ਤਤਾਰਿਆ ਉਹ ਸਟ੍ਰੈਟਜੀ ਵੀ ਕਰਾ ਦੂੰਗਾ ਸੋ ਵਰਲਡ ਰਿਕਾਰਡ ਬਣਿਆ ਜੀ ਇੰਡੀਆ ਨੇ ਨਵਾਂ ਵਰਲਡ ਰਿਕਾਰਡ ਬਣਾਤਾ ਹੈ ਕਬੱਡੀ ਦਾ ਲੋ ਜੀ 128 ਪਲੇਅਰਾਂ ਨੇ ਇਕੱਠਿਆਂ ਨੇ ਪਾਰਟਿਸਿਪੇਟ ਕੀਤਾ ਵਰਲਡ ਕਬੱਡੀ ਡੇ ਤੇ ਇਹ ਵਰਲਡ ਕਬੱਡੀ ਡੇ ਮਨਾਇਆ ਜਾਂਦਾ ਸਾਡੇ ਅ ਮਾਰਚ 24 ਸਿንስ 2019 2019 ਤੋਂ ਮਾਰਚ 24 ਨੂੰ ਅਸੀਂ ਵਰਲਡ ਕਬੱਡੀ ਡੇ ਮਨਾਈ ਜਾ ਰਹੇ ਹਾਂਗੇ ਤੇ ਇਹ ਗਿਨਿਸ ਵਰਲਡ ਰਿਕਾਰਡ ਐਸੀ ਨੇ ਗਵਰਨਰ ਆਫ ਹਰਿਆਣਾ ਬੰਦਰੂ ਦੱਤਾ ਤਾਰਿਆਂ ਨੂੰ ਦਿੱਤਾ ਲੋ ਜੀ ਆ ਪਿਆ ਹਰਿਆਣਾ ਦਾ ਮੈਪ ਹਰਿਆਣਾ ਦੇ ਨਵੇਂ ਸੀਐਮ ਦਾ ਨਾਮ ਕੀ ਹੈ ਮੈਨੂੰ ਫਟਾਫਟ ਲਾਓ ਹਰਿਆਣਾ ਦੀ ਕੈਪੀਟਲ ਕਿਹੜੀ ਹੈ ਹਰਿਆਣਾ ਦੀ ਕੈਪੀਟਲ ਹੈਗੀ ਆਪਣੀ ਚੰਡੀਗੜ੍ਹ ਹਰਿਆਣਾ ਦਾ ਜਿਹੜਾ ਫਾਊਂਡੇਸ਼ਨ ਦਿਵਸ ਹੈ ਕਦੋਂ ਮਨਾਇਆ ਜਾਂਦਾ ਹੈ ਫਾਊਂਡੇਸ਼ਨ ਦਿਵਸ ਮਨਾਇਆ ਜਾਂਦਾ ਬੱਚਿਓ ਇਹਦਾ 1 ਨਵੰਬਰ 1966 ਨੂੰ ਜਦੋਂ ਪੰਜਾਬ ਨੂੰ ਟਰਾਈਬਲ ਫੈਕੈਡ ਕੀਤਾ ਗਿਆ 1 ਨਵੰਬਰ 1966 ਨੂੰ ਹਰਿਆਣਾ ਕਿੰਨੇਵੇਂ ਨੰਬਰ ਦੀ ਸਟੇਟ ਬਣੀ ਸੀ ਤੁਹਾਡੇ ਆਪਸ਼ਨ ਨੇ 16 17 18 19 ਕਿੰਨੇਵੇਂ ਨੰਬਰ ਦੀ ਸਟੇਟ ਬਣੀ ਸੀ ਇਹ ਵੀ ਤੁਸੀਂ ਲਾਉਂਗੇ ਦਾ ਆਨਸਰ ਲਓ ਜੀ ਨਵੇਂ ਸੀਐਮ ਕੌਣ ਨੇ ਨਯਾਬ ਸਿੰਘ ਸੈਣੀ ਜੀ ਨਯਾਬ ਸਿੰਘ ਸਾਨੀ ਜੀ ਲੋ ਜੀ ਤੁਸੀਂ ਆ ਦੱਸਿਓ ਜੀ ਕਿੰਨੇਵੇਂ ਨੰਬਰ ਦੀ ਸਟੇਟ ਬਣੀ ਸੀ 1 ਨਵੰਬਰ 1966 ਨੂੰ ਤੇ ਇਹ ਜਿਹੜਾ ਪੰਜਾਬ ਨੂੰ ਟ੍ਰਾਈਬਲ ਸਟੇਟ ਕੀਤਾ ਗਿਆ ਕਿਹਾ ਸੀ ਉਹਨੂੰ ਜੇਸੀ ਸ਼ਾਹ ਕਮਿਸ਼ਨ ਨੇ ਜੇਸੀ ਸ਼ਾਹ ਕਮਿਸ਼ਨ ਨੇ ਰეკੋਮੈਂਡ ਕੀਤਾ ਸੀ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖਣਾ ਦੱਸੋ ਕਿੰਨੇਵੇਂ ਨੰਬਰ ਦੀ ਸਟੇਟ ਬਣੀ ਸੀ ਵੈਰੀ ਗੁੱਡ 17ਵੇਂ ਨੰਬਰ ਦੀ ਸ਼ਾਬਾਸ਼ ਜੀ 17ਵੇਂ ਨੰਬਰ ਦੀ ਸਟੇਟ ਬਣੀ ਸੀ 17th ਸਟੇਟ ਬਣੀ ਸੀ ਹਰਿਆਣਾ ਗੱਲ ਨੂੰ ਪੱਲੇ ਬੰਨ ਕੇ ਰੱਖੋਗੇ ਚਲੋ ਜੀ डन ਹੈ ਮਾਮਲਾ ਸੋ ਇਹ ਵੀ ਖਤਮ ਹੋ ਗਿਆ 让我们 ਮੂਵ ਫਾਰਵਰਡ ਟੂ ਦਾ ਨੈਕਸਟ ਨਿਊਜ਼ ਆਰਟੀਕਲ ਜੀਦੇ ਵਿੱਚ ਬੱਚਿਓ ਫੇਰ ਦੁਬਾਰਾ ਇਲੈਕਸ਼ਨ ਕਮਿਸ਼ਨ ਆ ਗਿਆ ਹਾਏ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਹੋਈ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਦੀ ਇੱਕ ਹੋਰ ਐਪ ਵੈਸੇ ਪਹਿਲਾਂ ਦੀ ਐਪ ਲਾਂਚ ਇਹਨਾਂ ਨੇ ਕੀਤੀ ਹੋਈ ਹੈ ਨਿਊਜ਼ ਵਿੱਚ ਇਹ ਆਇਆ ਵੀ ਅਸੀਂ ਇਸ ਐਪ ਨੂੰ ਇਲੈਕਸ਼ਨ ਕਮਿਸ਼ਨ ਵਾਲੇ ਕਹਿੰਦੇ ਅਸੀਂ ਇਸ ਐਪ ਨੂੰ ਪੂਰੇ ਤਰੀਕੇ ਨਾਲ ਮਨ ਨਾਲ ਸੀ ਇਹਨੂੰ ਦੇਖ ਰਹੇ ਹਾਂ ਵੀ ਕੋਈ ਧੱਕਾ ਤਾਂ ਨਹੀਂ ਹੋ ਰਿਹਾ ਕੋਈ ਜਿਹੜੀ ਹੈ ਇਲੀਗਲ ਐਕਟੀਵਿਟੀ ਤਾਂ ਨਹੀਂ ਹੋ ਰਹੀ ਇਹ ਐਪ ਕਿਹੜੀ ਹੈ ਬੱਚਿਓ ਇਹਨਾਂ ਨੇ ਲਾਂਚ ਕੀਤੀ ਸੀਗੀ ਸੀ ਵਿਜ਼ੂਅਲ ਐਪ ਪਹਿਲਾਂ ਦੀ ਚੱਲ ਰਹੀ ਹੈ ਵੈਸੇ ਕਿਹੜੀ ਐਪ ਸੀ ਇਹ ਸੀ ਵਿਜ਼ੂਅਲ ਐਪ ਇਹ ਇਲੈਕਸ਼ਨ ਕਮਿਸ਼ਨ ਨੇ ਸੀ ਵਿਜ਼ੂਅਲ ਐਪ ਲਾਂਚ ਕੀਤੀ ਸੀ ਬਹੁਤ ਪਹਿਲਾਂ ਤੇ ਕਹਿੰਦੇ ਸੀ ਪੂਰੇ ਤਰੀਕੇ ਨਾਲ ਸੀ ਨਜ਼ਰ ਰੱਖ ਰਿਆਂਗੇ ਇਲੈਕਸ਼ਨ ਦੀ ਪ੍ਰੋਸੈਸ ਉੱਤੇ ਬਸ ਇਹੀ ਨਿਊਜ਼ ਹੈ ਜੀ ਹੋਰ ਕੁਝ ਨਹੀਂ ਕਹਿੰਦੇ ਇਹਦੇ ਵਿੱਚ ਸਾਨੂੰ ਆਨਲਾਈਨ ਕੰਪਲੇਂਟਸ ਆ ਰਹੀਆਂ ਨੇ ਹਨਾ ਤੇ ਫੋਟੋਸ ਤੇ ਵੀਡੀਓਸ ਵੀ ਭੇਜ ਰਹੇ ਨੇ ਲੋਕ ਜੇ ਕੋਈ ਪਾਰਟੀ ਜਾਂ ਫਿਰ ਕੋਈ ਪਾਰਟੀ ਦਾ ਕਾਰਕਟਰ ਕੁਝ ਇਲੀਗਲ ਐਕਟੀਵਿਟੀ ਕਰੂਗਾ ਚੋਣ ਜਾਬਤੇ ਦੇ ਖਿਲਾਫ ਕਰੂਗਾ ਤਾਂ ਉਹਨੂੰ ਅਸੀਂ ਸੀ ਵਿਜ਼ੂਅਲ ਦੇ ਐਪ ਦੇ ਰਾਹੀਂ ਪੱਕ ਫੜ ਲਾਂਗੇ ਫੋਟੋ ਭੇਜੋ ਵੀਡੀਓ ਭੇਜੋ ਕਹਿੰਦੇ ਦਿਸ ਇਜ਼ ਦਾ ਨਿਊਜ਼ ਲੋ ਜੀ ਹੁਣ ਇਨਾਂ ਦੇ ਰੀਸੈਂਟਲੀ ਬੱਚੇ ਇਨੀਸ਼ੀਏਟਿਵ ਕਿਹੜੇ ਹੋਏ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਐਨਕੋਰ ਐਪ ਇਹਨਾਂ ਨੇ ਲਾਂਚ ਕੀਤੀ ਹੋਈ ਆ ਐਨਕੋਰ ਐਪ ਸੀ ਵਿਜੀਲ ਐਪ ਹੋਗੀ ਸੀ ਵਿਜੀਲ ਐਪ ਹੋਗੀ ਸੀ ਵਿਜੀਲ ਹਾਂ ਸੀ ਵਿਜੀਲ ਐਪ ਹੋਗੀ ਇੱਕ ਹੋਰ ਐਪ ਕੱਲ ਪਰਸੋ ਕੱਲ ਹੀ ਮੈਂ ਤੁਹਾਨੂੰ ਕਰਾਈਆ ਸਖਸ਼ਮ ਐਪ ਸਖਸ਼ਮ ਐਪ ਯਾਦ ਰੱਖਣਾ ਹੈ ਹਨਾ ਜੀ ਉਸ ਤੋਂ ਇਲਾਵਾ ਇਹਨਾਂ ਨੇ ਲਾਂਚ ਕੀਤਾ ਸੀ ਮਿਸ਼ਨ ਮਿਸ਼ਨ 414 ਮਿਸ਼ਨ 414 ਜਿਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਅਸੀਂ ਨੇ ਕੀ ਲਾਉਣੇ ਸੀਗੇ ਪੋਲਿੰਗ ਸਟੇਸ਼ਨ ਲਾਉਣੇ ਸੀਗੇ ਉਸ ਤੋਂ ਇਲਾਵਾ ਇਹਨਾਂ ਨੇ ਨੈਸ਼ਨਲ ਆਈਕਨ ਚੁਣਿਆ ਸੀ ਨੈਸ਼ਨਲ ਆਈਕਨ ਚੁਣਿਆ ਸੀ ਕਿਹਨੂੰ ਸ਼ੀਤਲ ਦੇਵੀ ਜੀ ਨੂੰ ਸ਼ੀਤਲ ਦੇਵੀ ਜੀ ਨੂੰ ਕਿੰਨਾ ਵਾਸਤੇ ਪਰਸਨਸ ਵਿਦ ਡਿਸੇਬਿਲਟੀਜ਼ ਵਾਸਤੇ ਹਨਾ ਜੀ ਉਸ ਤੋਂ ਇਲਾਵਾ ਬੱਚੋ ਨੈਸ਼ਨਲ ਆਈਕਨ ਤੁਹਾਨੂੰ ਪਤਾ ਹੀ ਨਹੀਂ ਮੈਂ ਕੱਲ ਵੀ ਕਰਾਈ ਸੀ ਚਲ ਮੈਂ ਫੇਰ ਦੁਬਾਰੇ ਕਰਾ ਦਿੰਦਾ ਕੋਈ ਨਹੀਂ ਓਵਰਆਲ ਨੈਸ਼ਨਲ ਆਈਕਨ ਸਚਿਨ ਨੇ ਸਚਿਨ ਐਮ ਐਸ ਧੋਨੀ ਨੇ ਠੀਕ ਹੈ ਜੀ ਤੇ ਤੀਜੇ ਨੇ ਰਾਜਕੁਮਾਰ ਰਾਜ कुमार ਤੇ ਰਾਓ ਰਾਜਕੁਮਾਰ ਰਾਓ ਨੇ ਠੀਕ ਹੈ ਜੀ ਇਸ ਗੱਲ ਨੂੰ ਯਾਦ ਰੱਖੋਗੇ ਹਨਾ ਜੀ ਸੋ ਸ਼ੀਤਲ ਦੇਵੀ ਜਿਹੜੇ ਨੇ ਨੈਸ਼ਨਲ ਆਈਕਨ ਨੇ ਸਾਡੇ ਸੋ ਦੀਸ ਆਰ ਦਾ ਐਪਸ ਦੀਸ ਇਸ ਦਾ ਮਿਸ਼ਨ ਜਿਹੜਾ ਲਾਂਚ ਕੀਤਾ ਸੀ ਨੈਸ਼ਨਲ ਆਈਕਨ ਹੋ ਗਿਆ ਪਰਸਨ ਵਿਦ ਡਿਸੇਬਿਲਿਟੀਜ਼ ਵਾਲਾ ਸ਼ੀਤਲ ਦੇਵੀ ਵਾਲਾ ਤੇ ਇੱਕ ਮੇਰੇ ਦਿਮਾਗ 'ਚ ਕੁਝ ਹੋ ਰਾਇਆ ਸੀ ਤੇ ਹੁਣੇ ਦਿਮਾਗ 'ਚੋਂ ਨਿਕਲ ਗਿਆ ਉਹ ਕੀ ਸੀ ਠੀਕ ਹੈ ਜੀ ਲੋ ਜੀ ਡਨ ਹੈ ਮਾਮਲਾ ਇਹ ਵੈਰੀ ਗੁੱਡ ਜੀ ਹਾਂ ਪੰਜਾਬ ਵਾਲੇ ਪੰਜਾਬ ਵਾਲੇ ਪੰਜਾਬ ਵਾਲੇ ਪੰਜਾਬ ਵਾਲੇ ਸਟੇਟ ਆਈਕਨ ਸਾਡੇ ਕੌਣ ਨੇ ਜੀ ترسےਮ ਭਾਜੀ ترسےਮ ਜਸੜ ਜੀ ਤੇ ਦੂਜੇ ਨੇ ਸਾਡੇ ਸ਼ੁਭਮਨ ਪਾਜੀ ਸ਼ੁਭਮਨ ਗਿੱਲ ਦਵਾਰੇ ਰਿਵੀਜ਼ਨ ਕਰਾਤੀ ਆ ਯਾਦ ਰੱਖ ਲੈਣਾ ਠੀਕ ਹੈ ਜੀ ਪੰਜਾਬ ਦੇ ਸਟੇਟ ਆਈਕਨ ਨੇ ਲੋ ਜੀ ਆਜੋ ਬੱਚੇ ਹੁਣ ਅੱਗੇ ਚਲੀਏ ਹਾਂ ਸੁਖਮਨ ਗਿੱਲ ਸਕਸੈਸ ਟਰੀ ਪੰਜਾਬ ਨਾਮਕ ਸਾਡਾ ਇੱਕ ਟੈਲੀਗ੍ਰਾਮ ਚੈਨਲ ਹੈ ਉਹਨੂੰ ਜੁਆਇਨ ਕਰੋ ਉਹਦੇ ਵਿੱਚ ਤੁਹਾਨੂੰ ਫਾਈਲਸ ਮਿਲ ਜਾਣਗੀਆਂ ਸਿੱਧੀ ਉੱਥੋਂ ਡਾਊਨਲੋਡ ਕਰ ਸਕਦੇ ਹੋ 12:00 ਵਜੇ ਦੇ ਕਰੀਬ ਮੈਂ ਇਹ ਫਾਈਲ ਪਾ ਦੇਣਾ ਹਾਂ ਉੱਥੇ ਇੱਕਦਮ ਨਹੀਂ ਪਾਉਂਗਾ 12:00 ਵਜੇ ਕਿਉਂਕਿ ਮੇਰੀ ਕਲਾਸ ਹੁੰਦੀ ਨਾਲ ਦੀ ਨਾਲ ਉਸ ਤੋਂ ਇਲਾਵਾ ਬੱਚਿਓ ਇੱਕ ਹਾਂ ਯਾਦ ਕਰਾਤਾ ਜਵਾਖ ਨੇ 85 ਸਾਲ ਇਹਨਾਂ ਨੇ ਈਅਰ ਚੇਂਜ ਕੀਤਾ 85 ਸਾਲ ਏਜ ਦਾ ਜਿਹੜੀ ਲਿਮਿਟ ਚੇਂਜ ਕੀਤੀ ਹੈ 80 ਤੋਂ 85 ਕੀਤੀ ਹੈ ਸੀਨੀਅਰ ਸਿਟੀਜ਼ਨਸ ਦੀ ਸੀਨੀਅਰ ਸਿਟੀਜ਼ਨਸ ਦੀ ਇਸ ਗੱਲ ਨੂੰ ਵੀ ਤੁਸੀਂ ਪੱਲੇ ਬੰਨ੍ਹ ਕੇ ਰੱਖੋਗੇ ਚਲੋ ਅੱਗੇ ਵਧਦੇ ਹਾਂ ਬੱਚਿਓ 让我们 ਮੂਵ ਫਾਰਵਰਡ ਟੂ ਦ ਨੈਕਸਟ ਨਿਊਜ਼ ਆਰਟੀਕਲ ਇਹ ਹੈ ਇੱਕ ਵੈਕਸੀਨ ਐਮਟੀਬੀ ਵੀਏਸੀ ਵੈਕਸੀਨ ਇਹਦੇ ਟ੍ਰਾਇਲ ਜਿਹੜੇ ਸਟਾਰਟ ਕਰ ਦਿੱਤੇ ਗਏ ਨੇ ਇੰਡੀਆ ਦੇ ਵਿੱਚ ਐਮਟੀਬੀ ਵੀਏਸੀ ਵੈਕਸੀਨ ਦੀ ਕਿਹਨੇ ਸਟਾਰਟ ਕੀਤੇ ਨੇ ਭਾਰਤ ਬਾਇਓਟੈਕ ਕੰਪਨੀ ਨੇ ਸੋ ਥਿਸ ਇਜ਼ ਦ ਨਿਊਜ਼ ਆਪਾਂ ਕੱਲ ਪਰਸੋਂ ਅਸੀਂ ਕਰਕੇ ਹਟਿਆਂਗੇ ਵਰਲਡ ਟੀਬੀ ਡੇ ਉਹਦੇ ਬਾਰੇ ਵੀ ਤੁਹਾਡੇ ਤੋਂ ਸਵਾਲ ਪੁੱਛੂੰਗਾ ਬਸ ਇਹ ਕਰ ਲਈਏ ਪਹਿਲਾਂ ਇੱਕ ਐਮਟੀਬੀ ਵੈਕਸੀਨ ਹੈ ਜੀ ਇਹ ਐਮਟੀਬੀ ਵੀਏਸੀ ਵੈਕਸੀਨ ਕੌਣ ਬਣਾ ਰਿਹਾ ਭਾਰਤ ਬਾਇਓਟੈਕ ਇਹਦੇ ਕਲੀਨਿਕਲ ਟਰਾਇਲ ਜਿਹੜੇ ਨੇ ਸਟਾਰਟ ਹੋ ਚੁੱਕੇ ਨੇ ਕਲੀਨਿਕਲ ਟਰਾਇਲ ਸਟਾਰਟ ਹੋ ਚੁੱਕੇ ਨੇ ਤੇ ਇਹ ਜਿਹੜੀ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਹੈ ਇੰਡੀਆ ਦੀ ਕੰਪਨੀ ਹੈ ਕਿਹਦੇ ਨਾਲ ਕਿਹੜੀ ਕੰਪਨੀ ਨਾਲ ਮਿਲ ਕੇ ਬਣਾ ਰਹੀ ਹੈ ਬਾਇਓ ਫੈਬਰਿਕ ਕੰਪਨੀ ਨਾਲ ਜਿਹੜੀ ਕਿ ਸਪੇਨ ਦੀ ਕੰਪਨੀ ਹੈ ਇਹ ਸਪੇਨ ਦੀ ਕੰਪਨੀ ਹੈ ਇਹਦੇ ਨਾਲ ਅਸੀਂ ਮਿਲ ਕੇ ਜਿਹੜੀ ਹੈ ক্লোਜ਼ ਕੋਲਾਬੋਰੇਸ਼ਨ ਕਰਕੇ ਭਾਰਤ ਬਾਇਓਟੈਕ ਐਸ ਜਿਹੜੀ ਹੈ ਵੈਕਸੀਨ ਨੂੰ ਬਣਾ ਰਿਆ ਤੇ ਪਹਿਲੀ ਵੈਕਸੀਨ ਹੋਊਗੀ ਟਿਊਬਰਕਲੋਸਿਸ ਦੇ ਅਗੇਂਸਟ ਇਹ ਜਿਹਦੇ ਜਿਹਦਾ ਸੋਰਸ ਐਸੀ ਕਿਸੇ ਹਿਊਮਨ ਤੋਂ ਲੱਤ ਹੈ ਹਨਾ ਜੀ ਹਿਊਮਨ ਦੇ ਸੋਰਸ ਤੋਂ ਬਣਾਈ ਗਈ ਹੈ ਅਦਰਵਾਈਜ਼ ਜਿਹੜੀਆਂ ਵੈਕਸੀਨ ਬਣ ਰਹੀਆਂ ਨੇ ਉਹ ਜ਼ਿਆਦਾਤਰ ਐਨੀਮਲ ਸੋਰਸ ਤੋਂ ਲਈਆਂ ਜਾ ਰਹੀਆਂ ਨੇ ਪਰ ਇਹ ਕਿਸੇ ਹਿਊਮਨ ਸੋਰਸ ਤੋਂ ਬਣੀਆਂ ਨੇ ਤਾਂ ਗੱਲ ਨੂੰ ਤੁਸੀਂ ਯਾਦ ਰੱਖਣਾ ਐਮ ਟੀ ਬੀ ਵੀ ਐਸ ਸੀ ਵੈਕਸੀਨ ਔਨ ਅਡਲਟਸ ਵੈਕਸੀਨ ਦੇ ਜਿਹੜੇ ਟ੍ਰਾਇਲਸ ਨੇ ਸਟਾਰਟ ਕਰ ਦਿੱਤੇ ਗਏ ਨੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਿਡ ਦੇ ਵਿੱਚ ਟੀਬ ਵਰਲਡ ਟੀਵੀ ਡੇ ਕਦੋਂ ਮਨਾਇਆ ਗਿਆ ਸੀ ਵਰਲਡ ਟੀਵੀ ਡੇ ਕਦੋਂ ਮਨਾਇਆ ਗਿਆ ਸੀ ਇਹਦਾ ਥੀਮ ਕੀ ਸੀ ਸਸਟੇਨੇਬਲ ਡਿਵੈਲਪਮੈਂਟ ਗੋਲ ਦੇ ਵਿੱਚ ਇਹਦਾ ਟਾਰਗੇਟ ਕੀ ਹੈ ਇੰਡੀਆ ਦਾ ਟਾਰਗੇਟ ਕੀ ਹੈ ਤੇ ਕਿਹੜੇ ਬੈਕਟੀਰੀਏ ਦੀ ਵਜ੍ਹਾ ਦੇ ਨਾਲ ਇਹ ਹੁੰਦਾ ਹੈ ਸੋ ਆਹ 5 6 ਸਵਾਲ ਨੇ ਤੁਹਾਡੇ ਵਾਸਤੇ ਮਿੰਟ ਤੋਂ ਪਹਿਲਾਂ ਆਨਸਰ ਲਾ ਦਿਓ ਸਕਿੰਟ ਮਿਲਣਗੇ 2 2 ਸਕਿੰਟ ਮਿਲਣਗੇ ਲੋ ਜੀ ਲੋ ਜੀ 24 ਮਾਰਚ 24 ਮਾਰਚ ਇਸ ਦਾ ਕਰੈਕਟ ਆਪਸ਼ਨ ਠੀਕ ਹੈ ਜੀ कैन एंड यस वी कैन एंड टीबी थीम ठीक है जी सस्टेनेबल so डिवेलपमेंट गोल टारगेट दो टारगेट तीह इंडिया काजार 2025 याद रखोंगा बैक्टीरिया के माइको बैक्टीरियम माइको बैक्टीरियम ट्यूबर किलोसिस ट्यूबर कलोसिस सो ये पॉइंट याद रखोंगे बच्चों ठीक है जी सो नवी वैक्सीन आ गई है एम टी बी वी एसी वैक्सीन भारत बायोटैक इंटरनेशनल लिमिटेड ने एड ਜਿਹੜੇ ਹੈ ਕਲੀਨिकल ਟਰਾਇਲ ਸਟਾਰਟ ਕਰਤੇ ਨੇ ਅਲੋਂਗ ਵਿਦ ਬਾਇਓਫੈਬਰੀ ਜਿਹੜੀ ਸਪੇਨ ਦੀ ਕੰਪਨੀ ਹੈ ਆ ਜੋ ਅੱਗੇ ਚੱਲੀਏ 让我们 ਮੂਵ ਫਾਰਵਰਡ ਟੂ ਦਾ ਨੈਕਸਟ ਨਿਊਜ਼ ਆਰਟੀਕਲ ਜੀ ਜਿਹਦੇ ਵਿੱਚ ਦੇਖਨੇ ਹੈ ਕਿ ਪੇਸ਼ ਹੋਊਗਾ ਲੋ ਜੀ ਲੋ ਜੀ ਪਹਿਲਾ ਇੱਕ ਸਵਾਲ ਤੁਹਾਡੇ ਤੋਂ ਪੁੱਛ ਲਾਂ ਜੀ ਸਾਡੀ ਏਸ਼ੀਆ ਦੀ ਏਸ਼ੀਆ ਦੀ ਬਿਲੀਨੀਅਰ ਕੈਪੀਟਲ ਕਿਹੜੀ ਬਣ ਗਈ ਆ ਬਿਲੀਨੀਅਰ ਬਿਲੀਨੀਅਰ ਕੈਪੀਟਲ ਕਿਹੜੀ ਬਣ ਗਈ ਆ ਦੱਸੋ ਜੀ ਮਾੜਾ ਜੀ ਉਸ ਸਿਟੀ ਦੇ ਵਿੱਚ ਬੱਚਿਓ 91 92 92 ਬਿਲੀਨੀਅਰ ਨੇ ਤੇ ਚਾਈਨਾ ਨੂੰ ਪਿੱਛੇ ਛੱਡਦਾ ਉਹਨੇ ਚਾਈਨਾ ਦੀ ਸ਼ੰਘਾਈ ਨੂੰ ਪਿੱਛੇ ਛੱਡਦਾ ਬੀਜਿੰਗ ਨੂੰ ਪਿੱਛੇ ਛੱਡਦਾ ਤੇ ਉਹ ਏਸ਼ੀਆ ਦੀ ਸਭ ਤੋਂ ਵੱਡੀ ਹੈ ਪਹਿਲੇ ਤੇ ਕਿਹੜੀ ਆ ਦੂਜੇ ਤੇ ਕਿਹੜੀ ਆ ਬਿਲੀਨੀਅਰਸ ਦੀ ਕੈਟਾਗਰੀ ਦੇ ਵਿੱਚ ਨਿਊਯਾਰਕ ਪਹਿਲੇ ਤੇ ਆ ਦੂਜੇ ਤੇ ਹੈਗਾ ਜੀ ਲੰਡਨ ਤੇ ਤੀਜੇ ਤੇ ਬੱਚਿਓ ਤੁਹਾਡੀ ਪਹੁੰਚ ਚੁੱਕਿਆ ਫਾਈਨੈਂਸ਼ੀਅਲ ਕੈਪੀਟਲ ਆਫ ਇੰਡੀਆ ਮੁੰਬਈ ਕੌਣ ਹੈ ਮੁੰਬਈ ਯਾਦ ਰੱਖੋਗੇ ਚਲੋ ਜੀ ਆਜੋ ਅੱਗੇ ਨਿਊਜ਼ ਤੇ ਚੱਲੀਏ ਬੱਚਿਓ ਇਹ ਹੈਗਾ ਸਾਡਾ ਇੰਡੀਅਨ ਕੋਸਟ ਗਾਰਡ ਦਾ ਸ਼ਿਪ ਨਾਮ ਹੈ ਸਮੁੰਦਰ ਪਹਿਰੇਦਾਰ ਸਮੁੰਦਰ ਪਹਿਰੇਦਾਰ ਇੰਡੀਅਨ ਕੋਸਟ ਗਾਰਡ ਦਾ ਇਹ ਸ਼ਿਪ ਹੈ ਤੇ ਪਹੁੰਚ ਕਿੱਥੇ ਗਿਆ ਜੀ ਮਨੀਲਾ ਫਿਲੀਪੀਨਸ ਦੇ ਵਿੱਚ ਪਹੁੰਚ ਗਿਆ ਕਿਉਂ ਪਹੁੰਚ ਗਿਆ ਉੱਥੇ ਕਹਿੰਦੇ ਪੋਲੂਸ਼ਨ ਪੋਲੂਸ਼ਨ ਕੰਟਰੋਲ ਕਰਨਾ ਹੋਵੇ ਉਹ ਤੁਹਾਨੂੰ ਸਿਖਾਵਾਂਗੇ ਅਸੀਂ ਏਸ਼ੀਆਨ ਦਾ ਇੱਕ ਮਿਸ਼ਨ ਸੀਗਾ ਜੀ ਇਹ ਏਸ਼ੀਆਨ ਦੇ ਮਿਸ਼ਨ ਦੇ ਅੰਡਰ ਇਹ ਪੂਰੇ ਦੇਸ਼ਾਂ ਵਿੱਚ ਉਹ ਜਿਹੜੇ ਸ਼ਿਪ-ਸ਼ਿਪ ਮੰਗਾਉਂਦੇ ਹੁੰਦੇ ਨੇ ਵੀ ਜੇ ਪੋਲੂਸ਼ਨ ਨੂੰ ਕੰਟਰੋਲ ਕਰਨਾ ਹੈ ਔਇਲ ਸਪਿਲ ਹੋ ਗਿਆ ਵੀ ਉਹ ਕੰਮ ਇਹ ਅਸੀਂ ਸਿੱਖੀਏ ਇਸ ਕਰਕੇ ਫੋਰਨ ਡਿਪਲॉयਮੈਂਟ ਕੀਤੀ ਜਾਂਦੀ ਹੈ ਇੰਡੀਅਨ ਕੋਸਟ ਗਾਰਡ ਦੇ ਸ਼ਿਪਸ ਦੀ ਐਤ ਕੀ ਕੌਣ ਜਾ ਰਿਹਾ ਜੀ ਸਾਡਾ ਇਹ ਸ਼ਿਪ ਦਾ ਨਾਮ ਤੋਂ ਯਾਦ ਰੱਖਣਾ ਹੈ ਨਾਮ ਹੈ ਸਮੁੰਦਰ ਪਹਿਰੇਦਾਰ ਇੰਡੀਅਨ ਕੋਸਟ ਗਾਰਡ ਦਾ ਸ਼ਿਪ ਕਿੱਥੇ ਪਹੁੰਚ ਗਿਆ ਮਨੀਲਾ ਪਹੁੰਚ ਗਿਆ ਫਿਲੀਪੀਨਸ ਦੇ ਵਿੱਚ ਪਹੁੰਚ ਗਿਆ ਲੋ ਜੀ ਲੋ ਜੀ ਐਸ ਪਾਰਟ ਆਫ ਦਾ ਓਵਰਸੀਜ਼ ਡਿਪਲॉयਮੈਂਟ ਟੂ ਏਸ਼ੀਆਨ ਕੰਟਰੀਜ਼ ਠੀਕ ਹੈ ਜੀ ਇੱਕ ਸਪੈਸ਼ਲਾਈਜ਼ਡ ਸ਼ਿਪ ਹੈ ਸਮੁੰਦਰ ਪਹਿਰੇਦਾਰ ਕਾਦੇ ਵਾਸਤੇ ਪੋਲੂਸ਼ਨ ਕੰਟਰੋਲ ਵੈਸਲ ਹੈ ਬੜਾ ਤਕੜਾ ਠੀਕ ਹੈ ਜੀ ਸੋ ਇੰਡੀਅਨ ਕੋਸਟ ਗਾਰਡ ਜਿਹੜਾ ਸ਼ਿਪ ਹੈ ਇਜ਼ ਔਨ ਦਾ ਓਵਰਸੀਜ਼ ਡਿਪਲੋਇਮੈਂਟ ਟੂ ਏਸ਼ੀਅਨ ਕੰਟਰੀਜ਼ ਕਿਹੜੇ ਕਿਹੜੇ ਫਿਲੀਪੀਨ ਵੀਅਤਨਾਮ ਬਰੂਨੇ 12 ਅਪ੍ਰੈਲ ਤੱਕ ਉੱਥੇ ਰਹੋਗਾ ਜੀ ਇਹ ਏਮ ਕੀ ਹੈ ਡੈਮੋਨਸਟ੍ਰੇਟ ਕਰਨਾ ਪ੍ਰਦਰਸ਼ਨੀ ਲਾਉਣੀ ਵੀ ਕਮੇ ਇੰਡੀਅਨ ਕੋਸਟ ਗਾਰਡ ਵੀ ਕਮੇ ਜਦੋਂ ਆਇਲ ਸਪਿਲ ਹੁੰਦਾ ਹੈ ਕਮੇ ਪੋਲੂਸ਼ਨ ਹੁੰਦਾ ਹੈ ਉਹਨੂੰ ਕਮੇ ਕੰਟਰੋਲ ਕਰਦਾ ਸੋ ਇੰਡੀਅਨ ਕੋਸਟ ਗਾਰਡ ਦਾ ਸ਼ਿਪ ਯਾਦ ਰੱਖੋਗੇ ਤੁਸੀਂ ਠੀਕ ਹੈ ਜੀ ਸਮੁੰਦਰ ਪਹਿਰੇਦਾਰ ਪਹੁੰਚ ਚੁੱਕੇ ਏਸ਼ੀਅਨ ਦੇ ਵਿੱਚ ਇੱਥੇ ਏਸ਼ੀਅਨ ਆ ਗਿਆ ਤਾਂ ਏਸ਼ੀਅਨ ਦੀ ਸਾਰੀ ਸਟ੍ਰੈਟੈਜੀ ਕੇ ਕਰਾਏ ਬਿਨਾ ਮਿੱਤੋ ਇੰਡੀਅਨ ਕੋਸਟ ਗਾਰਡ ਦੀ ਸਟੈਬਲਿਸ਼ਮੈਂਟ ਬੱਚੋ ਸਟੈਬਲਿਸ਼ਮੈਂਟ ਜਿਹੜੀ ਹੋਈ ਸੀਗੀ ਜੀ ਆ ਰੀਸੈਂਟਲੀ ਆਪਾਂ ਨੇ 48ਵਾਂ ਰੇਜ਼ਿੰਗ ਡੇ ਮਨਾਇਆ ਸੀ ਦਾ 48th ਰੇਜ਼ਿੰਗ ਡੇ ਮਨਾਇਆ ਸੀ ਕਦੋਂ ਮਨਾਇਆ ਸੀ 1 ਫਰਵਰੀ ਨੂੰ 1 ਫਰਵਰੀ ਨੂੰ 1 ਫਰਵਰੀ ਨੂੰ ਇਹਦਾ ਜਿਹੜਾ ਗਠਨ ਕੀਤਾ ਗਿਆ ਸੀ ਹੁਣ 24 24 ਪਿੱਛੇ 48 ਪਿੱਛੇ ਲਾਓ ਤਾਂ ਕਿੰਨਾ ਹੋ ਗਿਆ 24 ਆ ਗਏ 24 ਹੋਰ ਘਟਾ ਤੇ ਆਪਾਂ ਨੇ 1976 ਹਾਂ 1 ਫਰਵਰੀ 1976 ਨੂੰ ਇਹਦਾ ਗਠਨ ਕੀਤਾ ਗਿਆ ਸੀਗਾ ਸੋ ਡਾਇਰੈਕਟਰ ਜਨਰਲ ਕੌਣ ਨੇ ਬਸ ਇਹ ਗੱਲ ਤੁਸੀਂ ਯਾਦ ਰੱਖਣਾ ਰਕੇਸ਼ ਪਾਲ ਨੇ ਕੌਣ ਨੇ राकेश पॉल लो जी सो ये हो गया इंडियन कोस्ट गार्ड याद रखियो हुन ਗੱਲਬਾਤ ਆਉਂਦੀ ਹੈ ਬੱਚਿਓ ਵੀ ਏਸ਼ੀਅਨ ਕੰਟਰੀ ਦੀ ਏਸ਼ੀਅਨ ਦੀ ਫੁੱਲ ਫਾਰਮ ਕੀ ਹੈ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਏਸ਼ੀਅਨ ਨੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇੰਪੋਰਟੈਂਟ ਹੈ ਲਰਨ ਕਰਨਾ ਪੈਣਾ ਹੈ ਏਸ਼ੀਅਨ ਲੋ ਜੀ ਏਸ਼ੀਅਨ ਦੇ ਬੱਚਿਓ ਆਨੇ 8 ਦੇਸ਼ ਦੋ ਸੌਰੀ 10 ਦੇਸ਼ ਹੁਣ ਤਾਂ 11 ਵੀ ਹੋ ਗਏ ਨੇ 11ਵਾਂ ਤੁਸੀਂ ਮੈਨੂੰ ਦੱਸਣਾ ਕਿਹੜਾ ਜੀ ਸੋ 10 ਦੇਸ਼ ਆਪਏ ਨੇ ਕਿਹੜੇ-ਕਿਹੜੇ ਨੇ ਮਾਇਨਮਾਰ థਾਈਲੈਂਡ ਕੰਬੋਡੀਆ ਸਿੰਗਾਪੁਰ ਇੰਡੋਨੇਸ਼ੀਆ ਮਲੇਸ਼ੀਆ ਵੀਅਤਨਾਮ ਲਾਓਸ ਫਿਲੀਪਾਈਨਸ ਬਰੂਨੇ ਤੇ ਇਹ ਨੇ ਸਾਡੇ 10 ਨੇਸ਼ਨਸ ਜਿਹੜੇ ਏਸ਼ੀਆਨ ਦਾ 파ਟ ਨੇ ਏਸ਼ੀਆਨ ਦਾ 파ਟ ਨੇ ਜਿਵੇਂ ਬਿਮਸਟੈਕ ਹੁੰਦਾ ਹੈ ਉਹ ਵੀ ਏਸ਼ੀਆਨ ਹੈ ਇਹ ਜਿਹੜੀ ਕੰਟਰੀਆਂ ਨੇ ਇਹ ਏਸ਼ੀਆਨ ਬਣਾਇਆ ਸੀ ਨਾ ਇਹ ਸਾਲ 1967 ਦੇ ਵਿੱਚ ਬਣਾਇਆ ਸੀ 8 ਅਗਸਤ 1967 ਦੇ ਵਿੱਚ ਉਦੋਂ ਇੱਕ ਡੈਕਲੇਰੇਸ਼ਨ ਸਾਈਨ ਹੋਈ ਸੀ ਬੈਂਕਾਕ ਡੈਕਲੇਰੇਸ਼ਨ ਬੈਂਕਾਕ ਡੈਕਲੇਰੇਸ਼ਨ ਉਹਦੇ ਵਿੱਚ ਇਹ ਜਿਹੜਾ ਹੈ ਇੱਕ ਰਾਜਨੀਤਿਕ ਤੇ ਆਰਥਿਕ ਆਰਗੇਨਾਈਜੇਸ਼ਨ ਬਣਾਈ ਗਈ ਏਸ਼ੀਅਨ ਹੈੱਡਕੁਆਰਟਰ ਕਿੱਥੇ ਦਾ ਜਕਾਟਾ ਇੰਡੋਨੇਸ਼ੀਆ ਦੇ ਵਿੱਚ ਮੈਂਬਰ ਨੇ ਇਹਦੇ ਵਿੱਚ 10 ਤੇ 11ਵਾਂ ਮੈਂਬਰ ਕਿਹੜਾ ਹੈ ਮੈਨੂੰ ਤੁਸੀਂ ਦੱਸਣਾ ਜੀ 11ਵਾਂ ਮੈਂਬਰ ਕਿਹੜਾ ਹੈ ਏਸ਼ੀਅਨ ਦਾ ਫਟਾਫਟ ਲਾਓ ਤੁਸੀਂ ਇਹਦਾ ਆਨਸਰ ਲਓ ਜੀ ਕਿਹੜਾ ਨੇਸ਼ਨ ਹੈ ਜਿਹੜਾ 11ਵਾਂ ਮੈਂਬਰ ਬਣ ਗਿਆ ਏਸ਼ੀਅਨ ਦਾ ਵਾਟ ਇਜ਼ ਦਾ ਨੇਮ ਆਫ 댓 ਕੰਟਰੀ ਦੱਸੋ ਜੀ ਲੇਟੈਸਟ ਮੈਂਬਰ ਕਿਰਪਾਲਕੰਗ ਕੰਬੋਡੀਆ 1999 ਚ ਬਣਿਆ ਸੀਗਾ ਗੁੱਡ ਮਾਰਨਿੰਗ ਬੜੀ ਲੇਟ ਹੋਏ ਮਾਨਮ ਬਲੂਨੇ ਯਾਰ ਅੱਜ ਈਰਾਨ ਨਹੀਂ ਹੈਗਾ ਬੱਚਿਓ ਈਰਾਨ ਨਹੀਂ ਹੈਗਾ ਈਰਾਨ ਜਿਹੜਾ ਸੀਗਾ ਐਸਈਓ ਦਾ ਸ਼ਿੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਨਵਾਂ ਮੈਂਬਰ ਹੈ ਏਸ਼ੀਆਨ ਦਾ ਨਵਾਂ ਨੇਸ਼ਨ ਜਿਹੜਾ ਹੈਗਾ ਬੱਚਿਓ ਬਣਿਆ ਇਹਦਾ ਮੈਂਬਰ ਈਸਟ ਤਿਮੋਰ ਯਾਦ ਰੱਖਣਾ ਜੀ ਈਸਟ ਤਿਮੋਰ ਨੇਸ਼ਨ ਹੈ ਇਹ ਈਸਟ ਤਿਮੋਰ ਜਿਹਨੂੰ ਅਸੀਂ ਕਹਿੰਦੇ ਆ ਜੀ ਤਿਮੋਰ ਲਿਸਤੇ ਤਿਮੋਰ ਲਿਸਤੇ ਵੀ ਕਹਿ ਦਿੰਦੇ ਨੇ ਇਹਨੂੰ ਈਸਟ ਤਿਮੋਰ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਇਹਦੀ ਕੈਪੀਟਲ ਕਿਹੜੀ ਹੈ ਇਹਦੀ ਕੈਪੀਟਲ ਹੈ ਆਪਣੀ ਦਿੱਲੀ ਵਾਲੀ ਦਿੱਲੀ ਹੈ ਨਾ ਦੀ ਦਿੱਲੀ ਇਹਨਾਂ ਆਪਣੀ ਡੀ ਡੀ ਐਲ ਐਚ ਆਈ ਹੈ ਇਹਨਾਂ ਦੀ ਦਿੱਲੀ ਹੈ ਡੀ ਆਈ ਡਬਲ ਐਲ ਆਈ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਜੀ ਚਲੋ ਜੀ ਸੋ ਡਨ ਹੋ ਗਿਆ ਬੱਚਿਓ ਇਹ ਵੀ 11ਵਾਂ ਮੈਂਬਰ ਤੁਸੀਂ ਯਾਦ ਰੱਖੋਗੇ ਲੋ ਜੀ ਅੱਗੇ ਵਧਿਏ ਜੀ ਅ ਐਸ ਸੀਓ ਜਿਹੜਾ ਹੈਗਾ ਉਹ ਦਾ ਜਿਹੜਾ ਨੌਵਾਂ ਨੇਸ਼ਨ ਹੈ ਬੱਚਿਓ ਨਵਾਂ ਮੈਂਬਰ ਹੈ ਉਹ ਕਿਹੜਾ ਹੈ ਜੀ ਉਹ ਸਾਡਾ ਈਰਾਨ ਹੈ ਹਣਾ ਜੀ ਜੇ ਗੱਲ ਤੁਹਾਡੇ ਤੋਂ ਪੁੱਛ ਲਈ ਜੀ 20 ਦਾ ਨਵਾਂ ਨੇਸ਼ਨ ਜਾਂ ਫਿਰ ਨਵੀਂ ਆਰਗੇਨਾਈਜੇਸ਼ਨ ਜਿਹੜੀ ਦੀ ਪਾਰਟ ਬਣੀ ਹੈ ਉਹ ਕਿਹੜੀ ਹੈ ਤੁਹਾਡੇ ਵਾਸਤੇ ਸਵਾਲ ਹੈ ਜੀ 20 ਦਾ ਨਵਾਂ ਨੇਸ਼ਨ ਕਿਹੜਾ ਬਣਿਆ ਦੱਸਿਓ ਮੜਾ ਜੀ ਜੀ 20 ਦਾ ਵੈਰੀ ਗੁੱਡ ਲਾਓ ਆਨਸਰ ਕੀ ਹੋਗਾ ਇਹਦਾ ਵੈਰੀ ਗੁੱਡ ਐਨਸੀ ਕੀ ਹੈ ਜੀ ਅਫਰੀਕਨ ਯੂਨੀਅਨ ਅਫਰੀਕਨ ਯੂਨੀਅਨ ਬਣਿਆ ਬੱਚਿਓ ਪਾਰਟ ਨਵਾਂ ਕਿਹਦਾ ਜੀ 20 ਦਾ ਜੇ ਮੈਂ ਤੁਹਾਡੇ ਤੋਂ ਪੁੱਛ ਲਾਂ ਨਾਟੋ ਦਾ ਨਾਟੋ ਦਾ 31ਵਾਂ ਤੇ 32ਵਾਂ ਮੈਂਬਰ ਕਿਹੜਾ 31st ਤੇ 32nd ਨਵੇਂ ਮੈਂਬਰ ਕਿਹੜੇ ਨੇ ਨਾਟੋ ਦੇ ਤਾਂ ਤੁਸੀਂ ਕੀ ਆਨਸਰ ਲਾਉਂਗੇ ਦੋਨਾਂ ਦਾ ਨਾਮ ਇੱਥੇ ਮੈਨੂੰ ਤੁਸੀਂ ਲਾਉਂਗੇ ਦੋਨਾਂ ਦਾ ਨਾਮ ਤੁਸੀਂ ਉਹ ਲਿਖਣਾ ਹੈ ਸਕਿੰਟ ਮਿਲਣਗੇ ਦੋ ਇੱਕ ਤੇ ਦੋ ਸ਼ਾਬਾਸ਼ ਇੱਕ ਤਾਂ ਹੋ ਗਿਆ 31ਵਾਂ ਫਿਨਲੈਂਡ ਤੇ 32ਵਾਂ ਆ ਗਿਆ ਸਵੀਡਨ ਸੋ ਇਹਨੂੰ ਵੀ ਯਾਦ ਰੱਖਣਾ ਹੈ ਠੀਕ ਹੈ ਜੀ ਸੋ ਏਸ਼ੀਆਨ ਦਾ ਨਵਾਂ ਕਿਹੜਾ ਜੀ ਏਸ਼ੀਆਨ ਦਾ 11ਵਾਂ ਮੈਂਬਰ ਕਿਹੜਾ ਹੈ 11ਵਾਂ ਮੈਂਬਰ ਹੈਗਾ ਟਿਮੋਰ-ਲਿਸਤੇ ਕਿਹੜਾ ਟਿਮੋਰ-ਲਿਸਤੇ ਠੀਕ ਹੈ ਚਲੋ ਜੀ ਅੱਗੇ ਵਧਦੇ ਆ ਥੋੜਾ ਐਸ਼ੀਅਨ ਹੋ ਗਿਆ ਕੰਪਲੀਟ 让我们 মুভ ফরওয়ার্ড ਬੱਚਿਓ ਇਹ ਜਿਹੜੀ ਇੱਕ ਸਲਾਈਡ ਹੈ ਇਹ ਤੁਹਾਨੂੰ ਦੱਸ ਰਹੀ ਹੈ ਕਿ ਨਾਰਮਲ ਸੈਟੇਲਾਈਟ ਤੇ ਪੋਇਮ ਦੇ ਵਿੱਚ ਫਰਕ ਕੀ ਹੈ ਨਾਰਮਲ ਸੈਟੇਲਾਈਟ ਤੇ ਪੋਇਮ ਦੇ ਵਿੱਚ ਫਰਕ ਕੀ ਹੈ ਇਹ ਸਲਾਈਡ ਤੁਹਾਨੂੰ ਇਹ ਦੱਸ ਰਹੀ ਹੈ ਦੇਖੋ ਜੀ ਨਾਰਮਲ ਸੈਟੇਲਾਈਟ ਜਿਹੜਾ ਹੁੰਦਾ ਇੱਕ ਸਪੈਸ਼ਲਾਈਜ਼ਡ ਸਪੇਸਸ਼ਿਪ ਹੁੰਦਾ ਹੈ ਜਿਹੜਾ ਲੌਂਗ ਟਰਮ ਮਿਸ਼ਨ ਵਾਸਤੇ ਅਸੀਂ ਸੈੱਟ ਕਰਦੇ ਆਂ WeatherData monitoring ਇਹਦੇ ਵਿੱਚ ਕੀਤੀ ਜਾਂਦਾ ਹੈ ਕਮਿਊਨੀਕੇਸ਼ਨ ਹੋ ਸਕਦਾ ਹੈ ਨੈਵੀਗੇਸ਼ਨ ਹੋ ਸਕਦਾ ਹੈ ਪਰ ਜਿਹੜਾ POEM ਹੈ ਜਿਹੜਾ ਰੀਸੈਂਟਲੀ ਇਸ ਨੇ ਛੱਡਿਆ ਸੀ ਤੇ ਹੁਣ ਵਾਪਸ ਵੀ ਆ ਗਿਆ ਉਹ ਥੋੜਾ ਡਿਫਰੈਂਸ ਹੁੰਦਾ ਹੈ ਡਿਫਰੈਂਟ ਹੁੰਦਾ ਹੈ ਟੈਂਪਰੇਰੀ ਪਰਪਸ ਵਾਸਤੇ ਇੱਕ ਲੈਬ ਹੁੰਦੀ ਹੈ ਟੈਂਪਰੇਰੀ অরਬਿਟਲ ਲੈਬ ਹੁੰਦੀ ਆ ਜਿਹਦਾ ਪਰਪਸ ਰਾਕਟ ਦੇ ਜਿਹੜੀ ਫਾਈਨਲ ਸਟੇਜ ਹੁੰਦੀ ਆ ਉਹਨੂੰ ਹੀ ਰੀਪਰਪਸ ਕਰਕੇ ਬਣਾ ਦਿੱਤਾ ਜਾਂਦਾ ਹੈ ਇਹ ਸ਼ਾਰਟ ਟਰਮ ਹੈ ਇਹ ਲੌਂਗ ਟਰਮ ਹੈ ਬਸ ਇਹੀ ਇਹਦੇ ਵਿੱਚ ਜਿਹੜਾ ਮੇਨ ਫਰਕ ਫਰਕ ਹੈ ਇਸ ਗੱਲ ਨੂੰ ਯਾਦ ਰੱਖੋਗੇ ਇਹਦੀ ਆਪਣੀ ਪਾਵਰ ਹੁੰਦੀ ਹੈ ਕਮਿਊਨੀਕੇਸ਼ਨ ਸਿਸਟਮ ਹੁੰਦਾ ਹੈ ਪਰ ਇਨਸਟੈਡ ਇਹਦਾ ਜਿਹੜਾ ਸੀਨ ਹੁੰਦਾ ਬੱਚੇ ਪੋਇਮ ਨੂੰ ਡਿਜ਼ਾਈਨ ਕੀਤਾ ਜਾਂਦਾ ਤਾਂ ਕਿ ਉਹ ਸੇਫਲੀ ਰੀ-ਐਂਟਰ ਕਰ ਸਕੇ ਦੁਬਾਰਾ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਠੀਕ ਹੈ ਜੀ ਤੇ ਕੋਈ ਵੀ ਡੈਵਿਸ ਪਿੱਛੇ ਨਾ ਛੱਡਿਆ ਜਾਵੇ ਸੈਟਲਾਈਟ ਤੇ ਪੋਇਮ ਦੇ ਵਿੱਚ ਆਹ ਫਰਕ ਹੈ ਸੈਟਲਾਈਟ ਲੌਂਗ ਟਰਮ ਪੋਇਮ ਸ਼ਾਰਟ ਟਰਮ ਸੈਟਲਾਈਟ ਕੋਲੇ ਆਪਣਾ ਸਾਰਾ ਸਿਸਟਮ ਹੁੰਦਾ ਇਹਨੇ ਵਾਪਸ ਆਉਣਾ ਹੁੰਦਾ ਥਿਸ ਇਜ਼ ਦਾ ਡਿਫਰੈਂਸ ਯਾਦ ਰੱਖੋਗੇ ਤੁਸੀਂ ਮੈਨੂੰ ਅੱਗੇ ਵਧਾ ਉਸ ਤੋਂ ਪਹਿਲਾਂ ਮੈਨੂੰ ਫਟਾਫਟ ਦੱਸੋਗੇ ਜੀ ਉਹ ਸਾਡਾ ਰੀ-ਯੂਜ਼ੇਬਲ ਲਾਂਚ ਵਹੀਕਲ ਕਿਹੜਾ ਹੈ ਜਿਹੜਾ ਰੀਸੈਂਟਲੀ ਟੈਸਟ ਕੀਤਾ ਗਿਆ ਵ ਵੈਰੀ ਗੁੱਡ ਵੈਰੀ ਗੁੱਡ ਜੀ ਨਾਮ ਸੀ ਉਹਦਾ ਪੁਸ਼ਪਕ ਪੁਸ਼ਪਕ ਵੈਰੀ ਗੁੱਡ ਚਲੋ ਜੀ ਅੱਗੇ ਚੱਲਦੇ ਆਂ ਅਗਲੇ ਨਿਊਜ਼ ਉੱਤੇ ਅਗਲੀ ਨਿਊਜ਼ ਵਿੱਚ ਜ਼ਿਕਰ ਹੋ ਰਿਹਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਆਈਆਈਟੀ ਗੁਹਾਟੀ ਦਾ ਆਈਆਈਟੀ ਗੁਹਾਟੀ ਦਾ ਜ਼ਿਕਰ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਬੱਚਿਓ ਇਹਨਾਂ ਨੇ ਟੈਕਨੋਲੋਜੀ ਟਰਾਂਸਫਰ ਕੀਤੀ ਹੈ ਕਾਦੀ ਵੈਕਸੀਨ ਦੀ ਬਣਾਉਣ ਦੀ ਸਵਾਈਨ ਫੀਵਰ ਇੱਕ ਵੈਕਸੀਨ ਸਵਾਈਨ ਫੀਵਰ ਇੱਕ ਬਿਮਾਰੀ ਹੈ ਜੀ ਉਹਦੀ ਟੈਕਨੋਲੋਜੀ ਟਰਾਂਸਫਰ ਕੀਤੀ ਹੈ ਕਿਨੂੰ ਬਾਇਓਮੈਡ ਪ੍ਰਾਈਵੇਟ ਲਿਮਟਿਡ ਨੂੰ ਏਨੀ ਉਸਾ ਜੀ ਇਹ ਜਿਹੜਾ ਸਵਾਇਨ ਫੀਵਰ ਵੈਕਸੀਨ ਹੈ ਇਹ ਜਿਹੜਾ ਸਵਾਇਨ ਫੀਵਰ ਬਿਮਾਰੀ ਹੈ ਇੱਕ ਵਾਇਰਲ ਡਿਜ਼ੀਜ਼ ਹੈ ਇਹ ਖਾਸ ਕਰਕੇ ਇਹ ਪਿਗਸ ਤੇ ਵਾਈਲਡ ਬੋਰਸ ਦੇ ਵਿੱਚ ਹੁੰਦੀ ਹੈ ਹੈਨਾ ਜੀ ਸੋ ਹੁਣ ਉਹਨੂੰ ਇਸ ਨੂੰ ਖਤਮ ਕਰਨ ਵਾਸਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਗੁਹਾਟੀ ਨੇ ਆਲਰੇਡੀ ਇੱਕ ਵੈਕਸੀਨ ਬਣਾਈ ਸੀ ਉਹਦੀ ਟੈਕਨੋਲੋਜੀ ਬਣਾਈ ਸੀ ਹੈਨਾ ਤੇ ਉਸ ਟੈਕਨੋਲੋਜੀ ਨੂੰ ਇਹ ਟ੍ਰਾਂਸਫਰ ਕਰ ਰਹੇ ਨੇ ਵੈਕਸੀਨ ਟੈਕਨੋਲੋਜੀ ਨੂੰ ਕਿਹਨੂੰ ਬਾਇਓਮੈਡ ਪ੍ਰਾਈਵੇਟ ਲਿਮਟਿਡ ਨੂੰ ਜਿਹੜੀ ਕਿ ਹੁਣ ਇਸ ਵੈਕਸੀਨ ਨੂੰ ਮੈਨੂਫੈਕਚਰ ਕਰੂਗੀ ਇਸ ਗੱਲ ਨੂੰ ਤੁਸੀਂ ਯਾਦ ਰੱਖਣੇ ਇਹ ਦੀ ਜਿਹੜੀ ਵੈਕਸੀਨ ਬਣਾਉਣ ਦੀ ਲੋੜ ਇਸ ਕਰਕੇ ਪੈ ਰਹੀ ਹੈ ਬੱਚਿਓ ਕਿਉਂਕਿ ਰੀਸੈਂਟ ਟਾਈਮ ਦੇ ਵਿੱਚ ਬਿਹਾਰ ਕੇਰਲਾ ਪੰਜਾਬ ਹਰਿਆਣਾ ਗੁਜਰਾਤ ਵਰਗੀਆਂ ਸਟੇਟਾਂ ਦੇ ਵਿੱਚ ਇਸ ਡਿਜ਼ੀਜ਼ ਦੇ ਇਨਸਟੈਂਸਸ ਵਧਦੇ ਜਾ ਰਹੇ ਨੇ ਹਨਾ ਜੀ ਸੋ ਇਸ ਕਰਕੇ ਆਈਆਈਟੀ ਗੁਹਾਟੀ ਨੇ ਇਹਦੇ ਉੱਤੇ ਕੰਮ ਕੀਤਾ ਤੇ ਗੁਹਾਟੀ ਨੇ ਕੰਮ ਕਰਕੇ ਹੁਣ ਬਾਇਓਮੈਡ ਪ੍ਰਾਈਵੇਟ ਲਿਮਟਿਡ ਨੂੰ ਟੈਕਨੋਲੋਜੀ ਦਿੱਤੀ ਹੈ ਵੀ ਤੁਸੀਂ ਹੁਣ ਵੱਡੇ ਸਕੇਲ ਤੇ ਬਣਾਓ ਤੇ ਸਾਰਿਆਂ ਨੂੰ ਇਹ ਵੈਕਸੀਨ ਬਣਾ ਕੇ ਦਿਓ ਚਲੋ ਜੀ ਸੋ ਗੁਹਾਟੀ ਕਿੱਥੇ ਅਸਾਮ ਦੇ ਵਿੱਚ ਹੈ ਅਸਾਮ ਦੀ ਕੈਪੀਟਲ ਕਿਹੜੀ ਹੈ ਦਸਪੁਰ ਹੈ ਅਸਾਮ ਦੇ ਸੀਐਮ ਕੌਣ ਨੇ ਤੇ ਅਸਾਮ ਦੇ ਗਵਰਨਰ ਕੌਣ ਨੇ ਦੋ ਸਵਾਲ ਤੁਹਾਡੇ ਤੋਂ ਪੁੱਛੇ ਜਾ ਰਹੇ ਨੇ ਦੋ ਸਵਾਲ ਤੁਹਾਡੇ ਤੋਂ ਪੁੱਛੇ ਜਾ ਰਹੇ ਨੇ ਅਸਾਮ ਦਾ ਸੀਐਮ ਕੌਣ ਹੈ ਜੀ ਲਓ ਵੀ ਆਨਸਰ ਇਹਦਾ ਕੀ ਹੋਊਗਾ ਅਸਾਮ ਦਾ ਸੀਐਮ ਵੈਰੀ ਗੁੱਡ ਜੀ ਕੌਣ ਹੈ ਜੀ ਅਸਾਮ ਦਾ ਸੀਐਮ ਹੈ ਜੀ ਹਿਮੰਤ ਵਿਸ਼ਵ ਸ਼ਰਮਾ ਹਿਮੰਤ ਵਿਸ਼ਵ ਸ਼ਰਮਾ ਗਵਰਨਰ ਕੌਣ ਹੈ ਗਵਰਨਰ ਕੌਣ ਨੇ ਜੀ ਗੁਲਾਬ ਹਾਂ ਗੁਲਾਬ ਚੰਦ ਕਟਾਰੀਆ ਗੁਲਾਬ ਚੰਦ ਕਟਾਰੀਆ ਗੁਲਾਬਚੰਦ ਕਟਾਰੀਆ ਕੌਣ ਨੇ ਜੀ ਇਹਨਾਂ ਦੇ ਗਵਰਨਰ ਨੇ ਯਾਦ ਰੱਖੋਗੇ ਬਾਕੀ ਅਸਾਮ ਦਾ ਬਾਰਡਰ ਬਚੇ ਸੱਤਾਂ ਸਟੇਟਾਂ ਦੇ ਨਾਲ ਲੱਗਦਾ ਦੇਖੋ ਜੀ ਵੈਸਟ ਬੰਗਾਲ ਦੇ ਨਾਲ ਵੀ ਲੱਗਦਾ ਜਾਦੇ ਨੇ ਸੱਤਾਂ ਨਾਲੋਂ ਜਿਆਦੇ ਨੇ ਵੈਸੇ ਸੱਤ ਹੀ ਨੇ ਸੋਰੀ ਹੈ ਨਾ ਵੈਸਟ ਬੰਗਾਲ ਦੇ ਨਾਲ ਲੱਗਦਾ ਇਧਰਲੇ ਪਾਸੇ ਫਿਰ ਅਰਨਾਚਲ ਨਾਲ ਲੱਗਦਾ ਫਿਰ ਨਾਗਾਲੈਂਡ ਨਾਲ ਲੱਗਦਾ ਮਨੀਪੁਰ ਦੇ ਨਾਲ ਲੱਗਦਾ ਹੈ ਨਾ ਜੀ ਇਧਰਲੇ ਪਾਸੇ ਮਿਜ਼ੁਰਮ ਦੇ ਨਾਲ ਵੀ ਲੱਗਦਾ ਤੇ ਫਿਰ ਇਹ ਤ੍ਰਿਪੁਰਾ ਦੇ ਨਾਲ ਵੀ ਲੱਗਦਾ ਤੇ ਮਗਾਹਾਲਿਆ ਦੇ ਨਾਲ ਵੀ ਲੱਗਦਾ ਇੰਨੇ ਹੋਗੇ 6 ਹੋਗੇ ਨਾ 1 2 3 4 5 6 6 ਹਾਂ 6 6 ਰਾਜਾਂ ਦੇ ਨਾਲ ਇਹਦਾ ਬਾਰਡਰ ਲੱਗਦਾ ਬਾਈ ਯਾਦ ਰੱਖੋਗੇ ਇਸ ਗੱਲ ਨੂੰ ਠੀਕ ਹੈ ਜੀ ਇੰਟਰਨੈਸ਼ਨਲ ਬਾਰਡਰ ਇਹਦਾ ਲੱਗਦਾ ਪੂਟਾਨ ਦੇ ਨਾਲ ਤੇ ਥੱਲੇ ਥੱਲੇ ਦੇ ਪਾਸੇ ਬੰਗਲਾਦੇਸ਼ ਦੇ ਨਾਲ ਸੋ ਇਸ ਗੱਲ ਨੂੰ ਵੀ ਤੁਸੀਂ ਯਾਦ ਰੱਖੋਗੇ ਇਹ ਮੈਂ ਅੱਗੇ ਵੀ ਥੋੜੀਆਂ ਜਿਹੀਆਂ ਗੱਲਾਂ ਦੱਸਾਂਗਾ ਅਨਾਛਲ ਪ੍ਰਦੇਸ਼ ਹੋ ਗਿਆ ਨਾਗਾਲੈਂਡ ਹੋ ਗਿਆ ਮਨੀਪੁਰ ਹੋ ਗਿਆ ਮਿਜ਼ੋਰਮ ਹੋ ਗਿਆ ਤ੍ਰਿਪੁਰਾ ਹੋ ਗਿਆ ਮੇਘਾਲਾ ਹੋ ਗਿਆ ਵੈਸਟ ਬੰਗਾਲ ਹੋ ਗਿਆ ਹਾਂ ਅੱਛੇ ਬਾ ਠੀਕ ਹੈ ਜੀ ਲੋ ਮਿੱਤਰੋ ਸੋ ਇਹ ਵੀ ਜਿਹੜੀ ਆ ਤੁਹਾਡੀ ਨਿਊਜ਼ ਜਿਹੜੀ ਆ ਸਮਾਪਤ ਹੋ ਜਾਂਦੀ ਹੈ ਬੱਚਿਓ ਲੈਟਸ ਮੂਵ ਫਾਰਵਰਡ ਟੂ ਦ ਨੈਕਸਟ ਨਿਊਜ਼ ਆਰਟੀਕਲ ਜਿਹਦੇ ਵਿੱਚ ਕੀ ਜ਼ਿਕਰ ਹੋ ਰਿਹਾ ਬੱਚਿਓ ਇੱਕ ਜ਼ਬਰਦਸਤ ਗੱਲ ਦਾ ਜ਼ਿਕਰ ਹੋ ਰਿਹਾ ਇੱਕ ਰਿਪੋਰਟ ਕੱਢੀ ਆ ਬੱਚਿਓ ਬ੍ਰਾਂਡ ਫਾਈਨਾਂਸ ਨੇ ਬ੍ਰਾਂਡ ਫਾਈਨਾਂਸ ਨੇ ਇੰਸ਼ੋਰੈਂਸ ਕੰਪਨੀਆਂ ਦੀ ਜਿਹੜੇ ਕਿ 100 ਸਭ ਤੋਂ ਵੱਡੇ ਬ੍ਰਾਂਡ ਨੇ ਇੰਸ਼ੋਰੈਂਸ ਦੇ ਉਹਦਾ ਜ਼ਿਕਰ ਕੀਤਾ ਹੈ ਤੇ ਇਹਦੇ ਵਿੱਚ LIC ਨੰਬਰ 1 ਬ੍ਰਾਂਡ ਹੈ ਜੀ ਇੰਸ਼ੋਰੈਂਸ ਸੈਕਟਰ ਦੇ ਵਿੱਚ ਦੁਨੀਆ ਦਾ ਦੁਨੀਆ ਦਾ ਸਭ ਤੋਂ ਤਕੜਾ ਬ੍ਰਾਂਡ ਇੰਸ਼ੋਰੈਂਸ ਸੈਕਟਰ ਦੇ ਵਿੱਚ ਕੀ ਦਾ ਨਾਮ LIC ਦਾ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਬਹੁਤ ਵੱਡੀ ਗੱਲ ਹੈ ਜੀ LIC ਦੁਨੀਆ ਦਾ ਬਹੁਤ ਸਭ ਤੋਂ ਤਕੜਾ ਇੰਸ਼ੋਰੈਂਸ ਦਾ ਬ੍ਰਾਂਡ ਹੈ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਜਿਹਦੇ ਚੇਅਰਮੈਨ ਕੌਣ ਨੇ ਸਿਧਾਰਥ ਮੋਹਨਤੀ ਜੀ ਕੌਣ ਨੇ ਸਿਧਾਰਥ ਮੋਹਨਤੀ ਸਿਧਾਰਥ ਮੋਹਨਤੀ ਦੇ ਚੇਅਰਮੈਨ ਹੈ ਜੀ ਮਹੰਤੀ ਜ਼ਿੰਦਗੀ ਕੇ ਬਾਦ ਵੀ ਜ਼ਿੰਦਗੀ ਕੇ ਜ਼ਿੰਦਗੀ ਕੇ ਸਾਥ ਵੀ ਜ਼ਿੰਦਗੀ ਕੇ ਬਾਦ ਵੀ ਇਹਨਾਂ ਦੀ ਜਿਹੜੀ ਹੈ ਟੈਗ ਲਾਈਨ ਹੈ ਹਨਾ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਬ੍ਰਾਂਡ ਫਾਈਨਾਂਸ ਕਾਰਪੋਰੇਟ ਇੰਸ਼ੋਰੈਂਸ ਦੀ 100 ਲਿਸਟ ਦੇ ਵਿੱਚ ਨੰਬਰ 1 LIC ਦਾ ਨਾਮ ਹੈ ਲੋ ਜੀ ਬ੍ਰਾਂਡ ਸਟਰੈਂਥ ਦੀ 88.3 ਟ੍ਰਿਪਲ A ਬ੍ਰਾਂਡ ਦੀ ਜਿਹੜੀ ਹੈ ਦੀ ਰੇਟਿੰਗ ਦਿੱਤੀ ਗਈ ਹੈ ਦੂਜੇ ਨੰਬਰ ਤੇ ਹੈ ਕੈਥੇ ਲਾਈਫ ਇੰਸ਼ੋਰੈਂਸ ਦਾ ਨਾਮ ਹੈ ਹੈਣਾ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਐਸੀ ਨੇ ਰੀਸੈਂਟ ਟਾਈਮ ਦੇ ਵਿੱਚ ਗੱਲ ਕੀਤੀ ਸੀ LIC ਦੀ ਵੀ ਇਹ ਚੌਥਾ ਸਭ ਤੋਂ ਵੱਡਾ ਬ੍ਰਾਂਡ ਹੈ ਚੌਥਾ ਸਭ ਤੋਂ ਵੱਡਾ ਬ੍ਰਾਂਡ ਹੈ ਇਨ ਵੈਲਿਊਏਸ਼ਨ ਵੈਲਿਊਏਸ਼ਨ ਦੇ ਵਿੱਚ ਦੇਖਿਆ ਜਾਵੇ ਹੈਨਾ ਜੀ ਪੈਸਿਆਂ ਦਾ ਹਿਸਾਬ ਕਿਤਾਬ ਲਾਇਆ ਜਾਵੇ ਤੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਲਾਈਫ ਇੰਸ਼ੋਰੈਂਸ ਕੰਪਨੀ ਹੈ ਜੇ ਕਹਿੰਦੀ ਬ੍ਰਾਂਡ ਦੀ ਪਾਵਰ ਦੇਖੀ ਜਾਵੇ ਬ੍ਰਾਂਡ ਦੇ ਵਿੱਚ ਕਿੰਨਾ ਪਾਵਰ ਹੈ ਬ੍ਰਾਂਡ ਕਿੰਨਾ ਤਕੜਾ ਹੈ ਦਾ ਤਾਂ ਉਸ ਕੇਸ ਦੇ ਵਿੱਚ ਇਹ ਨੰਬਰ 1 ਹੈ ਡਿਫਰੈਂਸ ਹੈ ਦੋਨਾਂ ਦਾ ਯਾਦ ਰੱਖੋਗੇ ਤੁਸੀਂ ਸਦਾਰਤ ਮਹੌਂਤੀ ਦਾ ਨਾਮ ਯਾਦ ਰੱਖੋਗੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਦਾ ਇਹ ਨਾਮ ਯਾਦ ਰੱਖੋਗੇ 1956 ਚ ਇਹ ਬਣੀ ਸੀ ਤੇ ਜ਼ਿੰਦਗੀ ਕੇ ਸਾਥ ਵੀ ਜ਼ਿੰਦਗੀ ਕੇ ਬਾਅਦ ਵੀ ਇਹਨਾਂ ਦਾ ਟੈਗਲਾਈਨ ਐ ਸਲੋਗਨ ਐ ਯਾਦ ਰੱਖੋਗੇ ਚਲੋ ਜੀ ਡਨ ਐ ਮਾਮਲਾ 让我们 ਮੂ ਫਾਰਵਰਡ ਟੂ ਦ ਨੈਕਸਟ ਨਿਊਜ਼ ਆਰਟੀਕਲ ਛੋਟੇ ਛੋਟੇ ਨਿਊਜ਼ ਰਹਿ ਗਏ ਆ ਫਿਰ ਐਮਸੀਕਿਊ ਰਾਉਂਡ ਚੱਲੂਗਾ ਐਵਰੀ ਡੇ ਐਵਰੀ ਡੇ ਬੱਚਿਓ ਜਿਹੜਾ ਆਪਣਾ ਸੈੱਲ ਐ ਐਵਰੀ ਡੇ ਵਾਲਿਆਂ ਨੇ ਨਵਾਂ ਬ੍ਰਾਂਡ ਮੈਨੇਜਰ ਬਣਾ ਲਿਆ ਨੀਰਤ ਚੋਪੜਾ ਜੀ ਨੂੰ ਸੁਨੀਲ ਚੋਪੜਾ ਜੀ ਬਣ ਚੁੱਕੇ ਨੇ एवरीडे ਦੇ ਨਵੇਂ ਬ੍ਰਾਂਡ ਐਮੈਸਡਰ ਸੈਲਾਂ ਦੇ ਨਵੇਂ ਚਾਰਜਰ ਸੈਲਾਂ ਦੇ ਜਿਹੜੇ ਹਨ ਨਵੇਂ ਚਾਰਜਰ ਹੀ ਹੋ ਗਏ ਵੀ ਹਾਂ ਬ੍ਰਾਂਡ ਐਮੈਸਡਰ ਲੋ ਜੀ ਅੱਗੇ ਚੱਲਦੇ ਹਾਂ ਸਪੋਰਟਸ ਰਿਲੇਟਡ ਕਰੰਟ ਅਫੇਅਰਸ ਦੇ ਵਿੱਚ 14 14ਵਾਂ ਜਿਹੜਾ ਹੈ 14ਵਾਂ ਸੰਸਕਰਣ ਹੋਇਆ ਸੀ ਸੀਨੀਅਰ ਊਮਨਸ ਨੈਸ਼ਨਲ ਚੈਂਪੀਅਨਸ਼ਿਪ ਸੀਨੀਅਰ ਊਮਨਸ ਨੈਸ਼ਨਲ ਚੈਂਪੀਅਨਸ਼ਿਪ ਮਹਿਲਾਵਾਂ ਦਾ ਨੈਸ਼ਨਲ ਚੈਂਪੀਅਨਸ਼ਿਪ ਹੋਇਆ 14ਵਾਂ ਕੀ ਨੇ ਜਿੱਤ ਲਿਆ ਹਰਿਆਣਾ ਦੀ ਕੁੜੀਆਂ ਨੇ ਜਿੱਤ ਲਿਆ हरियाणा ਦੀ ਕੁੜੀਆਂ ਨੇ hockey ਹਰਿਆਣਾ ਨੇ ਬੱਚਿਓ hockey ਹਰਿਆਣਾ ਨੇ 14ਵਾਂ ਸੀਨੀਅਰ ਊਮਨਸ ਨੈਸ਼ਨਲ ਚੈਂਪੀਅਨਸ਼ਿਪ ਟਾਈਟਲ ਜਿੱਤ ਲਿਆ ਹਰਾਇਆ ਕਿਹਨੂੰ ਹੈ hockey ਮਹਾਰਾਸ਼ਟਰ ਨੂੰ ਹਰਾਇਆ ਯਾਦ ਰੱਖੋਗੇ ਜੀ ਹਨਾ ਜੀ 골 স্কোর ਲੀਡਿੰਗ 골 স্কোরਰ ਕੌਣ ਰਹੇ ਨੇ ਇਹਦੇ ਵਿੱਚ ਦੀਪਿਕਾ ਰਹੇ ਨੇ ਤੇ ਕੈਪਟਨ ਸविता ਨੇ ਜਿਹੜੇ ਹਰਿਆਣਾ ਦੇ hockey ਦੇ ਜਿਹੜੇ ਹੈ ਕਪਤਾਨ ਨੇ ਤਿੰਨ ਗੋਲ ਇਹਨਾਂ ਨੇ ਸੇਵ ਕੀਤੇ ਨੇ ਠੀਕ ਹੈ ਜੀ ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਤੇ ਇਹਦਾ ਫਾਈਨਲ ਹੋਇਆ ਸੀ ਮੇਜਰ ਧਿਆਨ ਚੰਦ hockey ਸਟੇਡੀਅਮ ਪਿੰਪਰੀ ਪੂਨੇ ਮਹਾਰਾਸ਼ਟਰ ਦੇ ਵਿੱਚ ਮੇਜਰ ਧਿਆਨ ਚੰਦ ਜੀ ਦੇ ਜਨਮ ਉੱਤੇ ਯਾਨੀ ਕਿ 29 ਅਗਸਤ ਨੂੰ ਜਨਮ ਆਏ ਸੀ ਐਸੀ ਕਿਹੜਾ ਦਿਨ ਮਨਾਉਨੇ ਆ ਇਹ ਤੁਹਾਡੇ ਲਈ ਸਵਾਲ ਹੈ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਨ ਮੌਕੇ ਯਾਨੀ ਕਿ 29 ਅਗਸਤ ਨੂੰ ਅਸੀਂ ਕਿਹੜਾ ਦਿਨ ਮਨਾਉਨੇ ਆ ਇਹ ਤੁਹਾਡੇ ਲਈ ਸਵਾਲ ਹੈ ਇਹ ਤਾਂ ਹੋ ਗਿਆ ਵੀ ਹਾਕੀ ਹਰਿਆਣਾ ਨੇ ਜਿੱਤ ਲਿਆ ਜੀ 13ਵਾਂ ਊਮੈਨਸ ਨੈਸ਼ਨਲ ਚੈਂਪੀਅਨਸ਼ਿਪ ਇਹ ਤਾਂ ਸਿੰਪਲ ਨਿਊਜ਼ ਹੈ ਲਾਓ ਵੀ ਕਿਹੜਾ ਦਿਨ ਹੁੰਦਾ ਜੀ ਹੈਪੀ ਬਰਥਡੇ ਹੁੰਦਾ ਜੀ ਬਿਲਕੁਲ ਜੀ ਨੈਸ਼ਨਲ ਸਪੋਰਟਸ ਦੇ ਸ਼ਾਬਾਸ਼ ਜੀ ਕਿਹੜਾ ਹੁੰਦਾ ਜੀ ਨੈਸ਼ਨਲ ਸਪੋਰਟਸ ਦੇ ਹੁੰਦਾ ਨੈਸ਼ਨਲ ਸਪੋਰਟਸ ਡੇ ਚਲੋ ਜੀ ਡਨ ਹੋ ਗਈ ਨਿਊਜ਼ ਖਤਮ ਹੋ ਗਈ लेट्स ਮੂਵ ਫਾਰਵਰਡ ਟੂ ਦ ਨੈਕਸਟ ਨਿਊਜ਼ ਆਰਟੀਕਲ ਲੋ ਜੀ ਬੱਚੇ ਆਪਾਂ 26 ਤਰੀਕ ਨੂੰ 26 ਮਾਰਚ ਨੂੰ ਆਪਾਂ ਨੇ ਇੱਕ ਦਿਨ ਦਿਨ ਨਹੀਂ 26 ਮਾਰਚ ਨੂੰ ਸੀ ਇੱਕ ਮੁੰਡੇ ਦਾ ਨਾਮ ਦੇਖਿਆ ਸੀਗਾ ਜਿਨੇ ਸਿੰਗਲ ਟਾਈਟਲ ਜਿੱਤਿਆ ਸੀ ਤੇ ਉਹ ਭਾਰਤ ਦਾ ਪਹਿਲਾ ਮੈਂਸ ਸਿੰਗਲ ਟਾਈਟਲ ਸੀ ਟੇਬਲ ਟੈਨਿਸ ਦੀ ਦੁਨੀਆ ਦੇ ਵਿੱਚ ਸੇਮ ਇਵੈਂਟ ਸੀਗਾ ਉਹ ਵਰਲਡ ਟੇਬਲ ਟੈਨਿਸ ਫੀਡਰ ਟੂਰਨਾਮੈਂਟ ਜਿਹੜਾ ਕਿ ਲਿਬਨਨ ਦੇ ਵਿੱਚ ਹੋ ਰਿਹਾ ਸੀ ਤਾਂ ਉਹਦਾ ਇੱਕ ਸਿੰਗਲ ਟਾਈਟਲ ਇੱਕ ਹੋਰ ਸਾਡੀ ਕੁੜੀ ਨੇ ਜਿੱਤ ਲਿਆ ਜੀ ਨਾਮ ਹੈ ਸ਼ਰੀਜਾ ਅਕੂਲਾ ਸ਼ਰੀਜਾ ਅਕੂਲਾ ਨੇ ਬੱਚਿਓ ਊਮਨ ਸਿੰਗਲ ਟਾਈਟਲ ਆਪਣੇ ਨਾਮ ਕਰ ਲਿਆ ਹੈ ਵਰਲਡ ਟੇਬਲ ਟੈਨਿਸ ਫੀਡਰ ਬੈਰੂਤ ਦੇ ਵਿੱਚ ਬੈਰੂਤ ਬੱਚਿਓ ਰਾਜਧਾਨੀ ਹੈ ਕੈਪੀਟਲ ਹੈ ਕਿਦੀ ਇਹ ਆਪਣੀ ਲਿਬਨਨ ਕੰਟਰੀ ਦੀ ਰਾਜਧਾਨੀ ਹੈ ਸੋ ਇਹਦਾ ਤੁਸੀਂ ਨਾਮ ਤੁਸੀਂ ਯਾਦ ਰੱਖਣਾ ਜੀ ਬੱਚਿਓ ਕੀ ਨਾਮ ਹੈ ਜੀ ਸ਼ਰੀਜਾ ਅਕੂਲਾ ਯਾਦ ਰੱਖੋਗੇ ਤੇ ਆਹ ਬੱਚਿਓ ਪਿਆ ਲੈਬਨਨ ਕੰਟਰੀ ਲੈਬਨਨ ਬੱਚਿਓ ਇਧਰਲੇ ਪਾਸੇ ਸੀਰੀਆ ਨਾਲ ਲੱਗਦਾ ਥੱਲੜੇ ਪਾਸੇ ਇਜ਼ਰਾਇਲ ਨਾਲ ਬਾਰਡਰ ਲੱਗਦਾ ਇਧਰਲੇ ਪਾਸੇ ਭੂਮਤ ਸਾਗਰ ਯਾਨਕੀ ਮੈਡੀਟੇਰੇਨੀਅਨ ਓਸ਼ਨ ਨਾਲ ਬਾਰਡਰ ਲੱਗਦਾ ਹੈ ਬੈਰੂਤ ਇਹਦੀ ਕੈਪੀਟਲ ਹੈ ਜੀ ਯਾਦ ਰੱਖਣਾ ਜੀ ਇਸ ਗੱਲ ਨੂੰ ਠੀਕ ਹੈ ਜੀ ਲੋ ਜੀ ਤੇ ਮੈਨੂੰ ਤੁਸੀਂ ਉਸ ਮੁੰਡੇ ਦਾ ਨਾਮ ਦੱਸੋਗੇ ਜਿਹੜਾ ਕਿ ਵਰਲਡ ਟੇਬਲ ਟੈਨਿਸ ਫੀਡਰ ਦੇ ਵਿੱਚ ਜਿਹੜਾ ਜਿੱਤਿਆ ਸੀ ਤੇ ਮੈਂ ਤੁਹਾਨੂੰ 26 ਮਾਰਚ ਨੂੰ ਦਾ ਨਾਮ ਕਰਾਇਆ ਸੀ ਵਾਟ ਇਜ਼ ਦਾ ਨੇਮ ਆਫ ਥੈਟ ਮੁੰਡਾ ਜਿਹੜਾ ਮੁੰਡੇ ਨੇ ਟਾਈਟਲ ਜਿੱਤੇ ਸਿੰਗਲ ਟਾਈਟਲ ਕੀ ਨਾਮ ਸੀ ਉਹ ਕਿਆ ਬਾਤ ਆ ਸੁਨੀਲ ਇਹ ਵੀ ਪੁਆਇੰਟ ਮੈਂ ਲਿਖਾਉਂਗਾ ਤੁਹਾਨੂੰ ਗਣਸ਼ੇਕਰਨ ਗਿਆਨਸ਼ੇਕਰਨ ਹਨਾ ਜੀ ਗਿਆਨਸ਼ੇਕਰਨ ਸੀ ਮੁੰਡੇ ਦਾ ਨਾਮ ਗਿਆਨਸ਼ੇਕਰਨ ਸਾਥੀਆਂ ਆਨ ਵੈਰੀ ਗੁੱਡ ਨਵੀ ਪੁੱਲਰ ਕੀ ਨਾਮ ਸੀ ਉਹਦਾ ਸਾਥੀਆਂ ਸਾਥੀਆਂ ਗਿਆਨ ਸ਼ੇਕਰਨ ਯਾਦ ਰੱਖੋਗੇ ਇਸ ਗੱਲ ਨੂੰ ਠੀਕ ਹੈ ਜੀ ਚਲੋ ਜੀ ਡਨ ਹੋ ਗਿਆ ਬੱਚੇ ਇਹ ਵੀ ਹਾਂ ਲੈਬਨ ਅੱਛਾ ਲੈਬਨਨ ਤੋਂ ਇੱਕ ਬੰਦਾ ਸੀਗਾ ਬੱਚਿਓ ਜਿਹੜਾ ਇੰਡੀਅਨ ਸੌਰੀ ਇੰਡੀਅਨ ਕਹਿੰਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਨਵਾਂ ਪ੍ਰੈਜ਼ੀਡੈਂਟ ਬਣਿਆ ਸੀਗਾ ਤੇ ਉਹਦਾ ਨਾਮ ਕੀ ਹੈ ਤੁਸੀਂ ਦੱਸੋਗੇ ਸੁਨੀਲ ਨੇ ਤਾਂ ਦੱਸਤਾ ਪਰ ਮੈਂ ਤੁਹਾਡੇ ਤੋਂ ਤਾਂ ਪੁੱਛਣਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਿਹਦਾ ਹੈੱਡਕੁਆਟਰ ਹੈਗ ਨੀਦਰਲੈਂਡ ਦੇ ਵਿੱਚ ਹੈ ਨਵਾਂ ਪ੍ਰਧਾਨ ਕੌਣ ਹੈ ਕੌਣ ਹੈ ਨਵਾਂ ਪ੍ਰਧਾਨ ਦੱਸੋ ਜੀ ਵੈਰੀ ਗੁੱਡ ਜੀ ਨਵਾਫ ਸAlam ਸ਼ਾਬਾਹ ਜੀ ਕੌਣ ਸੀ ਉਹ ਨਵਾਫ ਸAlam ਚਲੋ ਜੀ ਦੇਟ ਲੈਟਸ ਮੂਵ ਫਾਰਵਰਡ ਇਹ ਵੀ ਥੋੜੀ ਨਿਊਜ਼ ਜਿਹੜੀ ਸਮਾਪਤ ਹੋ ਜਾਂਦੀ ਹੈ ਬੱਚਿਓ ਅੱਗੇ ਚੱਲਦੇ ਆਂ ਬੱਚਿਓ ਗੱਲ ਕੀਤੀ ਜਾ ਰਹੀ ਹੈ हरियाणा एग्रीकल्चर यूनिवर्सिटी हरियाणा एग्रीकल्चर यूनिवर्सिटी ਜਿਹਨੂੰ ਅਸੀਂ ਚੌਧਰੀ ਚੰਨ ਸਿੰਘ ਦਾ ਨਾਮ ਦਿੱਤਾ ਹੋਇਆ ਚੌਧਰੀ ਚੰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਸੋ ਇਹਨੇ ਦੁਨੀਆ ਦੇ ਵਿੱਚ ਪਹਿਲੀ ਵਾਰੀ ਮਟਰਾਂ ਉੱਤੇ ਇੱਕ ਨਵੀਂ ਡਿਜ਼ੀਜ਼ ਨੂੰ ਫਾਈਂਡ ਆਊਟ ਕੀਤਾ ਉਹਦੀ ਡਿਸਕਵਰੀ ਕੀਤੀ ਹੈ ਮਟਰਾਂ ਦੀ ਖੇਤੀ ਹੁੰਦੀ ਹੈ ਜਿਹਨੂੰ ਅਸੀਂ ਪੀ ਕਹਿੰਦੇ ਆ ਹਨਾ ਜੀ ਸੋ ਇੰਗਲਿਸ਼ ਵਿੱਚ ਪੀ ਕਹਿੰਦੇ ਆ ਸੋ ਉਹਦੀ ਇੱਕ ਨਵੀਂ ਡਿਜ਼ੀਜ਼ ਆਈ ਇੱਕ ਨਵੀਂ ਬਿਮਾਰੀ ਆਈ ਹੈ ਉਹਨੂੰ ਫਾਈਂਡ ਆਊਟ ਕੀਤਾ ਸਭ ਤੋਂ ਪਹਿਲੀ ਵਾਰ ਕਿੰਨਾ ਨੇ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਨੇ ਯਾਦ ਰੱਖਣਾ ਜੀ हिसार ਦੇ ਵਿੱਚ ਪੈਂਦੀ ਹੈ ਇਹ ਤੇ ਇਸ ਯੂਨੀਵਰਸਿਟੀ ਨੇ ਜਿਹੜਾ ਆ ਨਾਮ ਰੱਖਿਆ ਉਹ ਵੀ ਤੁਹਾਨੂੰ ਦੱਸ ਦੂੰਗਾ ਮਟਰਾਂ ਦੀ ਖੇਤੀ ਉੱਤੇ ਇਸ ਤਰੀਕੇ ਦੀ ਜਿਹੜੀ ਹੈ ਇੱਕ ਵਰਮ ਜਾ ਜਾਂਦਾ ਇਹ ਹਨਾ ਇੱਕ ਤਰੀਕੇ ਨਾਲ ਖਰਾਬ ਕਰ ਦਿੰਦਾ ਫਸਲ ਤੇ ਇਹਦਾ ਨਾਮ ਕੀ ਰੱਖਿਆ ਬੱਚੇ ਵਿਚ ਇਸ ਬਰੂਮ ਕੀ ਰੱਖਿਆ ਗਿਆ ਜੀ ਵਿਚ ਇਸ ਬਰੂਮ ਇਹਦਾ ਨਾਮ ਰੱਖਿਆ ਗਿਆ ਕਹਿੰਦੇ ਇਹ ਜਿਹੜੀ ਬਿਮਾਰੀ ਹੈ ਵਿਚ ਇਸ ਬਰੂਮ ਇੱਕ ਪੈਥੋਜਨ ਦੇ ਨਾਲ ਹੁੰਦੀ ਹੈ ਜਿਹਦਾ ਨਾਮ ਹੈ ਕੈਂਡੀਡੇਟਸ ਫਾਈਟੋਪਲਾਸਮਾ ਐਸਟੇਰਸ ਠੀਕ ਹੈ ਜੀ ਭਾਈ ਤੁਹਾਨੂੰ ਪਤਾ ਨਹੀਂ ਮੈਂ ਤੁਹਾਡੇ ਵਾਸਤੇ ਖਬਰਾਂ ਕਿੱਥੋਂ ਕਿੱਥੋਂ ਕੱਢ ਕੇ ਲੈ ਕੇ ਆਉਣਾ ਆਪਾਂ ਕੋਈ ਸੋਰਸ ਛੱਡੀ ਦਾ ਨਹੀਂ ਹੈਗਾ ਸੋ ਇਹ ਕਰੰਟ ਅਫੇਅਰ ਦੀ ਕਲਾਸ ਨੂੰ ਤੁਸੀਂ ਵੱਧੋ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਦਿਖਣੀ ਨਹੀਂ ਕਿਤੇ ਇਹ ਨਿਊਜ਼ ਇਹ ਕਿਤੇ ਦਿਖਣੀ ਨਹੀਂ ਨਹੀਂ ਤੁਹਾਨੂੰ ਐਸ ਯੂ ਐਸ ਯੂ 7 ਵਾਲੀ ਨਿਊਜ਼ ਦੇਖਣੀ ਹੈ ਕਿਤੇ ਕਿੱਥੇ ਦਿਖੂਗੀ ਸਿਰਫ ਇੱਥੇ ਹੀ ਦਿਖਣੀ ਹੈ ਆਪਣੇ ਸਕਸੈਸਟਰੀ ਪੰਜਾਬ ਤੇ ਠੀਕ ਹੈ ਜੀ ਸਿੱਧੂ ਟਾਕਸ ਉੱਤੇ ਲੋ ਜੀ ਸੋ ਯਾਦ ਰੱਖੋਗੇ ਵਿਚ ਇਸ ਬਰੋ ਮੈਂ ਮਟਰਾਂ ਦੀ ਨਵੀਂ ਬਿਮਾਰੀ ਹੈ ਯੂਨੀਵਰਸਿਟੀ ਆਫ ਹਰਿਆਣਾ ਨੇ ਇਹਨੂੰ ਫਾਈਂਡ ਆਊਟ ਕੀਤਾ ਜੀ ਗੱਲ ਨੂੰ ਯਾਦ ਰੱਖੋਗੇ ਤੇ ਇਹਦੇ ਵਾਇਸ ਚਾਂਸਲਰ ਕੌਣ ਨੇ ਜੀ ਹਰਿਆਣਾ ਯੂਨੀਵਰਸਿਟੀ ਦੇ ਐਗਰੀਕਲਚਰ ਯੂਨੀਵਰਸਿਟੀ ਡਾਕਟਰ ਬੀ ਆਰ ਕੰਬੋਜ ਤੇ ਡਾਕਟਰ ਬੀ ਆਰ ਕੰਬੋਜ ਨੂੰ ਇੱਕ ਅਵਾਰਡ ਮਿਲਿਆ ਸੀ ਤੇ ਤੁਸੀਂ ਮੈਨੂੰ ਦੱਸੋਗੇ ਉਸ ਅਵਾਰਡ ਦਾ ਨਾਮ ਕੀ ਹੈ ਲਿੰਕ ਇੰਨਾ ਕਰਾਂਗੇ ਪਰ ਲਿੰਕ ਇੰਨਾ ਕਰਾਂਗੇ ਤੁਹਾਨੂੰ ਪੜਾਵਾਂਗੇ ਯੈਸ ਕਰਾਵਾਂਗੇ ਪੂਰੀ ਹਾਂ ਅੱਛਾ ਸੁਨੀਲ ਨੇ ਪਹਿਲਾਂ ਹੀ ਕਰਤਾ ਯਾਰ ਸੁਨੀਲ ਬੱਚਾ ਘੈਂਟਾ ਪੂਰਾ ਸਿਰ ਬੱਚੇ ਵਧਨ ਆਲੇ ਆ ਥੋੜੇ ਟਾਈਮ ਤੱਕ ਹਨਾ ਅਮਨਦੀਪ ਬਿਲਕੁਲ ਜੀ ਹੈਲੋ ਪਰਵਿੰਦਰ ਲੇਟ ਆਇਆ ਬੱਚੇ ਤੁਸੀਂ ਸੁਆਮੀ ਨਾਥਨ ਅਵਾਰਡ ਸ਼ਾਬਾਸ਼ ਕਿਹੜਾ ਮਿਲਿਆ ਸੀ ਇਹਨਾਂ ਨੂੰ ਐਮ ਐਸ ਸੁਆਮੀ ਨਾਥਨ ਅਵਾਰਡ ਐਮ ਐਸ ਸੁਆਮੀ ਨਾਥਨ ਅਵਾਰਡ ਵੈਰੀ ਗੁੱਡ ਬੱਚਿਓ ਤੁਹਾਨੂੰ ਲਿੰਕ ਕਰ ਕਰਕੇ ਬਣਾਵਾਂਗੇ ਸਿਰਾ ਕਰਾਵਾਂਗੇ ਪੂਰਾ ਲੋ ਜੀ ਅੱਗੇ ਚੱਲਦੇ ਮੱਚਿਓ ਅੱਜ ਦੀ ਥਿਉਰੈਟਿਕਲ ਕਰੰਟ ਅਫੇਅਰਸ ਦੀ ਲਾਸਟ ਨਿਊਜ਼ ਉਸ ਤੋਂ ਬਾਅਦ ਫਿਰ ਐਮ ਸੀ ਕਯੂ ਰਾਉਂਡ ਚੱਲੂਗਾ ਲੋ ਜੀ ਸੋ ਨਿਊਜ਼ ਕੀ ਹੈ ਇੰਡੀਆ ਨੇ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਇੱਕ ਫੈਸਲਾ ਲੈਂਦਾ ਕਹਿੰਦੇ 2025 ਤੱਕ 2025 ਤੱਕ ਅਸੀਂ ਮਿਨੀਮਮ ਵੇਜ ਟੂ ਲਿਵਿੰਗ ਵੇਜ ਦਿਆ ਕਰਾਂਗੇ ਹੁਣ ਮਿਨੀਮਮ ਵੇਜ ਤੇ ਲਿਵਿੰਗ ਵੇਜ ਪਹਿਲਾਂ ਤੁਸੀਂ ਇਹ ਨਿਊਜ਼ ਨੂੰ ਐਂ ਜਾਣਣਾ ਵੀ 2025 ਤੱਕ ਅਸੀਂ ਮਿਨੀਮਮ ਵੇਜ ਟੂ ਲਿਵਿੰਗ ਵੇਜ ਦਵਾਂਗੇ ਇੰਡੀਆ ਨੇ ਦੇਣੀ ਹੈ ਠੀਕ ਹੈ ਜੀ ਲੋ ਜੀ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ سپورਟ ਦੇ ਨਾਲ ਟੈਕਨੀਕਲ سپورਟ ਦੇ ਨਾਲ ਦੇਣਾ ਹੈ ਲੋ ਜੀ ਹੁਣ ਗੱਲ ਆਉਂਦੀ ਹੈ ਜੀ ਮਿਨੀਮਮ ਵੇਜ ਮਿਨੀਮਮ ਦਿਹਾੜੀ ਤੇ ਆਪਣੀ ਜਿਹੜੀ ਹੈ ਲਿਵਿੰਗ ਵੇਜ ਇਹਨਾਂ ਦੋਨਾਂ ਵਿੱਚ ਫਰਕ ਕੀ ਹੈ ਪਹਿਲੀ ਗੱਲ ਦਾ ਤੁਸੀਂ ਪੰਜਾਬੀ ਭਾਸ਼ਾ ਵਿੱਚ ਇਹ ਸਮਝੋਗੇ ਜੇ ਗੱਲ ਕੀਤੀ ਜਾਵੇ ਰੋਟੀ ਕੱਪੜੇ ਮਕਾਨ ਦੀ ਰੋਟੀ ਹੋਵੇ ਕੱਪੜਾ ਹੋਵੇ ਮਕਾਨ ਹੋਵੇ ਦੈਟ ਇਜ਼ ਲਿਵਿੰਗ ਵੇਜ ਵੀ ਜੀਣ ਲਾਇਕ ਤਨਖਾਹ ਰੋਟੀ ਕੱਪੜਾ ਮਕਾਨ ਦੀ ਜੇ ਰੋਟੀ ਕੱਪੜੇ ਮਕਾਨ ਤੋਂ ਇਲਾਵਾ ਤੁਸੀਂ ਫਿਲਮ ਵੀ ਦੇਖਣ ਜਾਣਾ ਤੁਸੀਂ ਇੱਕ ਸੋਹਣੀ ਜੀ ਗੱਡੀ ਵੀ ਰੱਖਣੀ ਹੈ ਇੱਕ ਛੋਟੀ ਜੀ ਆਪਣੇ ਵਾਸਤੇ ਤੁਸੀਂ ਕਦੇ-ਕਦੇ ਮੈਕਡিজ ਵੀ ਖਾਣ ਜਾਣਾ ਤੁਸੀਂ ਕਦੇ-ਕਦੇ ਜਿਹੜਾ ਹੈ ਤੁਸੀਂ KFC ਵੀ ਖਾਣ ਜਾਣਾ ਤੁਸੀਂ ਕਦੇ-ਕਦੇ ਸਾਰਾ ਕੁਝ ਖਾਣ ਜਾਣਾ ਫਿਲਮਾਂ ਦੇਖਣੀਆਂ ਨੇ ਗੱਡੀ ਰੱਖਣੀ ਆ ਥੈਟ ਇਜ਼ ਲਿਵਿੰਗ ਵੇਜ ਸਮਝ ਰਹੇ ਹੋ ਥੋੜੀ ਜੀ ਇਹਦੇ ਵਿੱਚ ਪੈਸੇ ਜ਼ਿਆਦੇ ਹੁੰਦੇ ਨੇ ਥੋੜੀ ਜੀ ਫੈਸਿਲਿਟੀ ਸਹੂਲਤਾ ਜ਼ਿਆਦਾ ਹੁੰਦੀਆਂ ਨੇ ਲਿਵਿੰਗ ਵੇਜ ਦੇ ਵਿੱਚ ਜਿਹੜੀ ਮਿਨਿਮਮ ਹੈ ਵੀ ਤੁਹਾਡਾ ਮੋਟਾ-ਮੋਟਾ ਸਰਜਵੇ ਬਸ ਸਰਜਵੇ ਸਿਰ ਉੱਤੇ ਛੱਤ ਹੋਵੇ ਤਨ ਉੱਤੇ ਕੱਪੜੇ ਹੋਣ ਮੂੰਹ ਵਿੱਚ ਰੋਟੀ ਹੋਵੇ ਥੈਟ ਇਜ਼ ਲਿਵਿੰਗ ਵੇਜ ਤੇ ਮਿਨਿਮਮ ਮਿਨਿਮਮ ਵੇਜ ਤੇ ਉਹਨੂੰ ਅਸੀਂ ਕਨਵਰਟ ਕਰਨਾ ਹੈ ਲਿਵਿੰਗ ਵੇਜ ਦੇ ਵਿੱਚ ਬਾਈ ਦਾ 2000 ਬਾਈ ਦਾ ਈਅਰ 2025 ਥਿਸ ਇਜ਼ ਦਾ ਨਿਊ ਟਾਰਗੇਟ ਬਾਈ ਇੰਡੀਆ ਵਿਦ ਟੈਕਨੀਕਲ ਸਪੋਰਟ ਫਰਮ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਥਿਸ ਇਜ਼ ਦਾ ਨਿਊਜ਼ ਯੂ ਹੈਵ ਟੂ ਰਿਮੈਂਬਰ ਇਹਦੇ ਵਿੱਚ ਆਪਾਂ ਨੇ ਇੱਕ ਤੁਹਾਡੇ ਵਾਸਤੇ ਆ ਵੀ ਪਾਈ ਹੈ ਇੱਕ ਇਮੇਜ ਪਾਈ ਹੋਈ ਹੈ ਤਾਂ ਜਦੋਂ ਤੁਸੀਂ ਇਹਨੂੰ ਡਾਊਨਲੋਡ ਕਰੋਗੇ ਤਾਂ ਇਹਨੂੰ ਪੜ ਲਿਓ ਇੱਕ ਵਾਰ ਜ਼ਰੂਰ ਠੀਕ ਹੈ ਜੀ ਵੈਸੇ ਜੋ ਮੈਂ ਤੁਹਾਨੂੰ ਪੰਜਾਬੀ ਚ ਦੱਸਤੀ ਗੱਲ ਉਹੀ ਹੈ ਥੋੜੀ ਕਮਾ ਕੇ ਅੰਗਰੇਜ਼ੀ ਵਿੱਚ ਇਹ ਦੱਸ ਦੇਣਗੇ ਵੀ ਆ ਆ ਉਹ ਹੈ ਹਨਾ ਜੀ ਸੋ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਲੋ ਜੀ ਗੱਲ ਇੱਥੇ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਹੋਈ ਹੈ ਤਾਂ ਇਹਨੂੰ ਵੀ ਤਾਂ ਕਰਨਾ ਜ਼ਰੂਰੀ ਹੈ ਬੱਚਿਓ ਸਟੈਬਲਿਸ਼ਮੈਂਟ ਹੁੰਦੀ ਹੈ ਬੱਚਿਓ ਇਹਦੀ ਸਾਲ 1900 ਤੇ 19 ਦੇ ਵਿੱਚ ਲੀਗ ਆਫ ਨੇਸ਼ਨਸ ਲੀਗ ਆਫ ਨੇਸ਼ਨਸ ਤੁਹਾਨੂੰ ਸਾਰਿਆਂ ਨੂੰ ਪਤਾ ਹੋਗਾ ਬੱਚਿਓ ਵੀ ਲੀਗ ਆਫ ਨੇਸ਼ਨ ਜਿਹੜੀ ਹੈ ਪਹਿਲਾਂ ਹੁੰਦੀ ਸੀਗੀ ਤੇ ਇਹਦੀ ਜਗ੍ਹਾ ਫਿਰ ਆਪਣੀ ਯੂਨਾਈਟਿਡ ਨੇਸ਼ਨ ਆਇਆ ਸੀ ਤੇ ਸਭ ਤੋਂ ਪੁਰਾਣੀ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਨੇਸ਼ਨ ਦੀ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈੱਡ ਕੁਆਟਰ ਇਹਦਾ ਕਿੱਥੇ ਹੈ ਜੀ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਕਿੱਥੇ ਹੈ ਜਨੀਵਾ ਸਵਿਟਜ਼ਰਲੈਂਡ ਤੇ ਇਹਦਾ ਚੀਫ ਕੌਣ ਹੈ ਚੀਫ ਕਹਿ ਲੋ ਪ੍ਰੈਜ਼ੀਡੈਂਟ ਕਹਿ ਲੋ ਤਾਂ ਤੁਸੀਂ ਕੋਈ ਦੱਸ ਸਕਦਾ ਇੰਟਰਨੈਸ਼ਨਲ ਲੇਬਰ ਦਾ ਕੌਣ ਹੈ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦਾ ਚੀਫ ਕੌਣ ਹੈ ਜੇ ਕੋਈ ਦੱਸ ਸਕਦਾ ਹੋਵੇ ਤਾਂ ਜਰੂਰ ਦੱਸੋ ਜੀ ਕਮਾਹੀ ਲਿਖਦਾ ਲਓ ਜੀ ਗਿਲਬਰਟ ਗਿਲਬਰਟ ਜੀ ਹੋਂਗਬੋ ਇਹ ਇਹਦੇ ਪ੍ਰਧਾਨ ਨੇ ਯਾਦ ਰੱਖੋਗੇ ਲਓ ਮੇਰੇ ਪਿਆਰੇ ਵਿਦਿਆਰਥੀਓ ਸੋ ਇਹਦੇ ਨਾਲ ਤੁਹਾਡਾ ਅੱਜ ਦਾ थ्रेटिकल करंट अफेयर पार्ट नंबर 1 कंप्लीट हो गया सो नाउ इज द टाइम टू डू करंट अफेयर्स एमसीक्यू दूसरा पार्ट थोड़ा स्टार्ट हो रहा है पहला एमसीक्यू थोड़ी स्क्रीन पे आण लग गया है आण तो पहला एमसीक्यू पहला आवे उस तो पहला जिन्होंने हज्तक लाइक नहीं, नहीं किया सेशन नु तो प्लीज एक जेड़ा है ਤੁਸੀਂ ਆਪਣੀ ਉਂਗਲੀ ਲਾਓ ਤੇ सेशन नु लाइक जरूर ਕਰੋ ਜੀ ਆਜੋ ਜੀ ਲੋ ਜੀ ਚਲਦੇ ਆ ਬੱਚੇ ਹੁਣ ਆਪਾਂ एमसीक्यू राउंड्स ਉਤੇ ਪਹਿਲਾ एमसीक्यू ਤੁਹਾਡੀ ਸਕਰੀਨ ਉਤੇ ਆ ਪਿਆ ਲੋ ਜੀ F1 অস্ট্রেলিয়ান ਗ੍ਰੈਂਡ ਪ੍ਰੀਸ ਕਿਨੇ ਜਿੱਤਿਆ ਮੈਕਸ ਪਾਜੀ ਲੁਇਸ ਚਾਰਲਸ ਨੇ ਜਾਂ ਫਿਰ 카를ੋਸ ਨੇ ਆਸਟ੍ਰੇਲੀਅਨ ਗ੍ਰੈਂਡ ਪ੍ਰਿਕਸ ਕਿਹਨੇ ਜਿੱਤੇ ਆ ਸ਼ਾਬਾਸ਼ ਵੈਰੀ ਗੁੱਡ ਜੀ 카를ੋਸ ਸੈਂਸ ਇਸ ਦਾ ਕਰੈਕਟ ਆਪਸ਼ਨ 카를ੋਸ ਸੈਂਸ ਇਸ ਦਾ ਕਰੈਕਟ ਆਪਸ਼ਨ ਅਗਲਾ ਸਵਾਲ ਕਿਹਨਾਂ ਜ਼ੀਓਮੀ ਦੀ ਪਹਿਲੀ ਇਲੈਕਟ੍ਰਿਕ ਵਹੀਕਲ ਕਿਹੜੀ ਹੈ ਜ਼ੀਓਮੀ ਮੋਬਾਈਲ ਕੱਢਦਾ ਹੈ ਇਲੈਕਟ੍ਰਿਕ ਵਹੀਕਲ ਇਹਨਾਂ ਨੇ ਕਿਹੜਾ ਕੱਢਿਆ ਜੀ ਨਵਾਂ ਲਾਓ ਆਨਸਰ ਦਾ ਕੀ ਹੋਗਾ ਐਸ ਯੂ 7 ਸ਼ਾਬਾਸ਼ SCU 7 ਇਸ ਦਾ ਕਰੈਕਟ ਆਪਸ਼ਨ ਅਗਲਾ ਸਵਾਲ ਲੋ ਜੀ ਕਹਿੰਦਾ 3rd ਸਟ੍ਰੇਟ ਵਾਰ ਸਕੇਟਿੰਗ ਦਾ ਵਰਲਡ ਚੈਂਪੀਅਨਸ਼ਿਪ ਕਿਹਨੇ ਜਿੱਤੇ ਜੀ ਸਕੇਟਿੰਗ ਹੁੰਦੀ ਹੈ ਨਾ ਟੈਰਾਂ ਵਾਲੇ ਬੂਟ ਉਹਦੀ ਵਰਲਡ ਚੈਂਪੀਅਨਸ਼ਿਪ ਤੀਜੀ ਵਾਰ ਲਗਾਤਾਰ ਕਿਹਨੇ ਜਿੱਤੀ ਹੈ ਜੀ MCQ ਦੇ ਵਿੱਚ ਹੀ ਕਵਰ ਕਰ ਲਓ ਜਿਆਦਾ ਇੰਪੋਰਟੈਂਟ ਨਹੀਂ ਸੀ ਲਾ ਦਿਓ ਤੁੱਕਾ ਆਨਸਰ ਤੁਹਾਨੂੰ ਲਾ ਦਾਂਗੇ ਆਪਾਂ ਮੈਨੂੰ ਪਤਾ ਤੁੱਕੇ ਲਾਉਣਗੇ ਤੁਸੀਂ ਹੁਣ ਲੋ ਜੀ ਸੋ ਇਹਦਾ ਨਾਮ ਤੁਸੀ ਯਾਦ ਰੱਖਣਾ ਬੱਚਿਓ ਕਕੋਰੀ ਨਹੀਂ ਸੋ ਕਕੋਰੀ ਨਹੀਂ ਹੈਗਾ ਕੌਰੀ ਸਕਾਮੋਟੋ ਸਕਾਮੋਟੋ ਵਜੀ ਤੀਜੀ ਵਾਰ ਲਗਾਤਾਰ ਇਹਨੇ ਵਰਲਡ ਚੈਂਪੀਅਨਸ਼ਿਪ ਜਿੱਤ ਲਈ ਹੈ ਜੀ ਕਾਦੀ ਟੈਰ ਵਾਲੇ ਵੋਟਾਂ ਦੀ ਅਗਲਾ ਸਵਾਲ ਲੋ ਜੀ ਏਸ਼ੀਆ ਦੀ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਮਾਰਚ 2024 ਦੇ ਵਿੱਚ ਜਿਹਦੀ ਅਫੀਸ਼ੀਅਲ ਓਪਨਿੰਗ ਹੋ ਗਈ ਹੈ ਕਿੱਥੇ ਜੰਮੂ ਚ ਉੱਤਰਾਖੰਡ ਸਿੱਕਮ ਹਿਮਾਚਲ ਚ ਕੀਤਾ ਹੋਇਆ ਕੀਤਾ ਹੋਇਆ ਯਾਦ ਰੱਖਿਓ ਇੱਕ ਦੋ ਮਹੀਨੇ ਪਹਿਲਾਂ ਆਪਾਂ ਨੇ ਕੀਤਾ ਹੋਇਆ ਟਿਊਲਿਪ ਗਾਰਡਨ ਖੁੱਲਿਆ ਸੀਗਾ ਕਿਹੜੀ ਸਟੇਟ ਜਾਂ ਫਿਰ ਯੂਟੀ ਦੇ ਵਿੱਚ ਦੱਸਿਓ ਜੀ ਉਹਦੀ ਉਦਘਾਟਨੀ ਕੀਤੀ ਗਈ ਹੈ ਜੀ ਜੰਮੂ ਐਂਡ ਕਸ਼ਮੀਰ ਇਸ ਦਾ ਕਰੈਕਟ ਆਪਸ਼ਨ ਬਹੁਤ ਵਧੀਆ ਆਜੋਗੇ ਚਲਿਏ ਲੋ ਜੀ ਕਹਿੰਦਾ ਫੂਲ ਬਹਾਦਰ origianally ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਇੱਕ ਨੋਵਲ ਹੈ ਜਿਹਨੂੰ ਮਨੋਸ਼ ਇਨਾ ਨੇ ਲਾਂਚ ਕੀਤਾ ਸੀ ਜੰਮੂ ਕਸ਼ਮੀਰ ਦੇ ਲਿਊਟਨੈਂਟ ਗਵਰਨਰ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਜਿਹਨੂੰ ਅਬੇ ਕਮਾਨ ਨੇ ਰੀਸੈਂਟਲੀ ਹੁਣ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਉਹਦਾ origianal ਕਿਹੜੀ ਭਾਸ਼ਾ ਚ ਲਿਖਿਆ ਗਿਆ ਸੀ ਮਗਹੀ ਸ਼ਾਬਾਸ਼ ਮਗਹੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਯਾਦ ਰੱਖੋਗੇ ਅਗਲਾ ਸਵਾਲ ਲੋ ਜੀ ਕਹਿੰਦਾ ਇਜ਼ਰੋ ਦੇ ਨਾਮ ਉੱਤੇ ਇੱਕ ਨਵੇਂ ਆਈਸੋਪੋਡ ਇੱਕ ਨਵਾਂ ਜੀਵ ਹੈ ਉਹਦਾ ਨਾਮ ਰੱਖਿਆ ਗਿਆ ਉਹ ਨਾਮ ਕੀ ਹੈ ਉਹ ਨਾਮ ਕੀ ਹੈ ਆਈਸੋਪੋਡ ਬੱਚਿਓ ਜਿਹਦੀ ਰੀੜ ਦੀ ਹੱਡੀ ਨਹੀਂ ਹੁੰਦੀ ਸਾਇੰਸ ਦੇ ਵਿੱਚ ਆਪਾਂ ਪੜ੍ਹਦੇ ਆਂ ਬਾਇਓਲੋਜੀ ਦੇ ਵਿੱਚ ਉਹ ਜਾਨਵਰ ਉਹ ਜੀਵ ਜਿਨ੍ਹਾਂ ਦੀ ਰੀੜ ਦੀ ਹੱਡੀ ਨਾ ਹੋਵੇ ਉਹਨੂੰ ਆਈਸੋਪੈਡ ਕਹਿੰਦੇ ਆਪਾਂ ਉਹ ਇੱਕ ਨਵਾਂ ਲੱਭਿਆ ਸੀਨੇ ਉਹਦਾ ਨਾਮ ਇਜ਼ਰੋ ਤੇ ਰੱਖਿਆ ਗਿਆ ਇਜ਼ਰੋ ਤੇ ਨਾਮ ਕੀਆ ਬੱਚਿਓ ਦਾ ਬਰੂਚੈਥੋ ਬਰੂਚੈਥੋਆ ਇਜ਼ਰੋ ਅਗਲਾ ਸਵਾਲ ਲੋ ਜੀ ਕਹਿੰਦਾ ਵਰਲਡ ਟੇਬਲ ਟੈਨਿਸ ਫੀਡਰ 베ਰਤ ਦੇ ਵਿੱਚ ਟੇਬਲ ਟੈਨਿਸ ਦੇ ਵਿੱਚ ਊਮਨ ਸਿੰਗਲ ਟਾਈਟਲ ਕਿਨੇ ਜਿੱਤੇ ਆ ਮਨਿਕਾ ਬੱਤਰਾ ਮੀਮਾ ਇਟੋ ਸ੍ਰਿਜਾ ਕੁਲਾ ਲਿਊ ਸ਼ਿਵੈਨ ਕਿਨੇ ਜਿੱਤੇ ਸੀ ਇਹ ਟਾਈਟਲ ਲਾਓ ਵੀ ਆਨਸਰ ਵੈਰੀ ਗੁੱਡ ਕਿਨੇ ਜਿੱਤੇ ਆ ਸ੍ਰਿਜਾ ਅਕੂਲਾ ਨੇ ਜਿੱਤੇ ਆ ਅਗਲਾ ਸਵਾਲ ਸੀ ਵਿਜ਼ੂਅਲ ਐਪ ਦਾ ਮੇਨ ਮਕਸਦ ਕੀ ਹੈ ਪ੍ਰਾਇਮਰੀ ਪਰਪਸ ਕੀ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਾਂਚ ਕੀਤਾ ਸੀ ਟੂ ਮੋਨਿਟਰ ਵੋਟਰ ਟਰਨ ਆਊਟ ਟੂ ਪ੍ਰੋਵਾਈਡ ਰੀਅਲ ਟਾਈਮ ਅਪਡੇਟਸ या फिर टू अलाउ द पब्लिक टू रिपोर्ट इलेक्शन कोड या फिर फैसिलिटेट करना वोटर रजिस्ट्रेशन प्रोसेस की परपस है सी ऐप विजिलेंस पता लगना चाहिए आंसर की होगा बच्चे का टू अलाउ द पब्लिक टू रिपोर्ट इलेक्शन कोड इज द करैक्ट ऑप्शन अगला सवाल रीसेंटली सुप्रीम कोर्ट ने कमेटी बिठाई है बच्चे ग्रेट इंडियन बस्टर्ड उत्ते ਗ੍ਰੇਟ ਇੰਡੀਅਨ ਬਸਟਰ ਨੂੰ ਪ੍ਰੀਜ਼ਰਵ ਕੀਤਾ ਜਾਊਗਾ ਕਹਿੰਦੇ ਉਹਦੇ ਵਾਸਤੇ ਕਮੇਟੀ ਬਠਾਈ ਹੈ ਬਠਾਈ ਹੈ ਤਿੰਨ ਮੈਂਬਰੀ ਜਿਹਨੂੰ ਸੀਜੀਆਈ ਨੇ ਲਾਂਚ ਕਰਨਾ ਹੈ ਸੀਜੀਆਈ ਨੇ ਲੀਡ ਕਰਨਾ ਹੈ ਚੰਦਰ ਚੂੜ ਜੀ ਨੇ ਤੇ ਤੁਸੀਂ ਦੱਸਣਾ ਹੈ ਵੀ ਗ੍ਰੇਟ ਇੰਡੀਅਨ ਬਸਟਰਡ ਇਹਦਾ ਆਈਯੂਸੀਨ ਸਟੇਟਸ ਕੀ ਹੈ ਇੰਟਰਨੈਸ਼ਨਲ ਯੂਨੀਅਨ ਫॉर ਕਨਜ਼ਰਵੇਸ਼ਨ ਆਫ ਨੇਚਰ ਉਹਦਾ ਸਟੇਟਸ ਕੀ ਹੈ ਦਿਸ ਇਜ਼ ਦਾ ਕੁਐਸਚਨ ਵੈਰੀ ਗੁੱਡ ਜੀ ਕੀ ਹੈ ਜੀ ਕ੍ਰਿਟੀਕਲੀ ਇਨਡੇਂਜਰਡ ਹੈ ਕ੍ਰਿਟੀਕਲੀ ਇਨਡੇਂਜਰਡ ਹੈ ਸਟੇਟ ਬर्ड ਹੈ ਇਹ ਕਿਹਦਾ Rajasthan ਦਾ ਅਗਲਾ ਸਵਾਲ ਲੋ ਜੀ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਨੇ ਮਟਰਾਂ ਦੀ ਇੱਕ ਨਵੀਂ ਡਿਜ਼ੀਜ਼ ਲੱਭੀ ਆ ਉਹਦਾ ਨਾਮ ਕੀ ਆ ਵਿਚ ਇਸ ਬਰੂਮ ਹੱਗ ਬਰੂਮ ਬਲੈਕ ਬਰੂਮ ਡੈਵਲ ਬਰੂਮ ਕੀ ਨਾਮ ਹੈ ਉਹਦਾ ਬੱਚਿਓ ਲਾ ਅਨਸਰ ਉਸ ਡਿਜ਼ੀਜ਼ ਦਾ ਨਾਮ ਕੀ ਹੈ ਨਾਮ ਹੈ ਬੱਚੇ ਵਿਚ ਇਸ ਬਰੂਮ ਇਸ ਦਾ ਕਰੈਕਟ ਆਪਸ਼ਨ ਲੋ ਜੀ ਚੜੇਲ ਝਾੜੂ ਮਾਰ ਗਈ ਕਹਿੰਦੇ ਅਗਲਾ ਸਵਾਲ ਕਹਿੰਦਾ ਜੀ 12 ਮਿਲੀਅਨ ਬਿਲੀਅਨ ইयर्स ਅਗੋ ਦੇ ਦੋ ਨਵੇਂ ਸਟਾਰਸ ਦੀ ਸਟ੍ਰੀਮ ਲੱਭੀ ਹੈ ਉਹਨੂੰ ਐਸ ਸੀ ਨੇ ਉਹਨੂੰ ਕਿਹੜੇ ਟੈਲੀਸਕੋਪ ਨੇ ਲੱਭਿਆ ਜਿਹਦਾ ਨਾਮ ਸ਼ਿਵਾ ਤੇ ਸ਼ਕਤੀ ਹੈ ਬੱਚਿਓ ਅਪਨੇ ਤੁਹਾਨੂੰ ਕਰਵਾਇਆ ਹੋਇਆ ਮੈਂ ਇਹ ਸ਼ਿਵਾ ਤੇ ਸ਼ਕਤੀ ਦੋ ਤਾਰਿਆਂ ਦੀ ਤਾਰਾਂ ਦੋ ਮੁਲਕ ਕਲਸਟਰ ਨੇ ਸਟਾਰਸ ਦੇ ਲੱਭੇ ਨੇ ਸ਼ਿਵਾ ਸ਼ਕਤੀ ਨੂੰ ਨਾਮ ਹੈ ਕਿਹੜੇ ਟੈਲੀਸਕੋਪ ਨੇ ਲੱਭਿਆ ਹੈ 12 ਬਿਲੀਅਨ ইয়ারਸ ਗੋ ਪੁਰਾਣੇ ਨੇ ਵਾਟ ਇਜ਼ ਅ ਨੇਮ ਆਫ ਦੈਟ ਟੈਲੀਸਕੋਪ ਨਾਮ ਹੈ ਬੱਚਿਓ ਗਾਇਆ ਗਾਇਆ ਟੈਲੀਸਕੋਪ ਹੈ ਬੱਚਿਓ ਯਾਦ ਰੱਖਣਾ ਯੂਰੋਪੀਅਨ ਸਪੇਸ ਏਜੰਸੀ ਦਾ ਅਗਲਾ ਸਵਾਲ World Kabaddi Day 2000 ਮਾਰਚ 24 ਨੂੰ ਮਨਾਉਂਦੇ ਆ ਤਦੋਂ ਅਸੀਂ ਵਰਲਡ ਕੱਪ ਸੌਰੀ ਇੱਕ ਵਰਲਡ ਰਿਕਾਰਡ ਬਣਾਤਾ ਗਿਨੈਸ ਉਹਦੇ ਵਿੱਚ ਵਰਲਡ ਰਿਕਾਰਡ ਵਿੱਚ ਕਿੰਨੇ ਪਲੇਅਰਾਂ ਨੇ ਪਾਰਟਿਸਿਪੇਟ ਕੀਤਾ 614 128 145 156 ਕਿੰਨੇ ਕਬੱਡੀ ਪਲੇਅਰਸ ਨੇ ਪਾਰਟਿਸਿਪੇਟ ਕੀਤਾ ਇਸ ਕਬੱਡੀ ਦੇ ਵਿੱਚ ਤੇ ਵਰਲਡ ਰਿਕਾਰਡ ਬਣਾ ਦਿੱਤਾ ਹੈ ਤੇ ਹਰਿਆਣਾ ਦੇ ਗਵਰਨਰ ਦੱਤਰੂ ਚੰਦਾਚਾਰਿਆਂ ਨੂੰ ਦੱਤਰੂ ਬੰਦਰੂ ਦੱਤ ਤਾਰਿਆਂ ਨੂੰ ਅਸੀਂ ਨੇ ਪ੍ਰਾਈਜ਼ ਦਿੱਤਾ ਹੈ ਦੱਸੋ ਜੀ ਤੇ ਨਾਮ ਕੀ ਹੈ ਬੱਚਿਓ 128 ਪਲੇਅਰ ਇਸ ਦਾ ਕਰੈਕਟ ਆਪਸ਼ਨ ਲਓ ਮੇਰੇ ਪਿਆਰੇ ਵਿਦਿਆਰਥੀਓ ਸੋ ਇਹਦੇ ਨਾਲ ਤੁਹਾਡਾ ਅੱਜ ਦਾ ਇੱਕ ਹੋਰ ਐਪੀਸੋਡ ਇੱਕ ਹੋਰ ਸੈਸ਼ਨ ਜਿਹੜਾ ਹੈ ਸਿੱਧੂ ਟਾਕਸ ਦਾ ਸਮਾਪਤ ਹੋ ਜਾਂਦਾ ਹੈ ਥੈਂਕ ਯੂ so much for attending this session I hope ਤੁਹਾਨੂੰ ਆਇਆ ਹੋਊਗਾ ਬੜਾ ਹੀ ਜਿਆਦਾ ਮਜ਼ਾ ਸੈਸ਼ਨ ਨੂੰ ਲਾਈਕ ਕਰ ਦਿਓ ਖੜਕਾ ਕੇ ਕਈ ਬੱਚੇ ਨੇ ਜਿਨ੍ਹਾਂ ਨੇ ਅਜੇ ਤੱਕ ਸੈਸ਼ਨ ਨੂੰ ਲਾਈਕ ਨਹੀਂ ਕੀਤਾ ਹੋਇਆ ਬੱਚਿਓ ਤੇ ਆ ਪਿਆ ਸਾਡਾ ਮਾਸਟਰ ਕੋਰਸ ਮਾਸਟਰ ਕੋਰਸ ਚੱਲ ਰਿਹਾ ਹੈ ਬੱਚਿਓ ਅੱਜ ਪੰਜਾਬ ਜੀਕੇ ਦੀ ਤੀਜੀ ਕਲਾਸ ਹੋਊਗੀ ਅੱਜ ਮੇਰੀ ਹੀ ਕਲਾਸ ਚੱਲਣੀ ਹੈ ਬੱਚਿਓ ਇਹਦੇ ਵਿੱਚ 1 ਵਜੇ ਹਜੇ ਤੱਕ ਜਿਨ੍ਹਾਂ ਨੇ ਇਹਨੂੰ ਨਹੀਂ ਲਿੱਤਾ ਬੱਚਿਓ ਜ਼ਰੂਰ ਇਹਨੂੰ ਸਬਸਕ੍ਰਾਈਬ ਕਰ ਲਓ ਆ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋਗੇ ਤੇ ਆ ਸਾਡਾ ਐਡਰੈਸ ਹੈ ਕਵਾਲਿਟੀ ਮਿਲੂਗੀ ਤੁਹਾਨੂੰ ਬੱਚਿਓ ਬਹੁਤ ਹੀ ਜ਼ਿਆਦਾ ਵਧੀਆ ਕਿਤੇ ਤੁਹਾਨੂੰ ਇਸ ਕੁਆਲਿਟੀ ਮਿਲਣੀ ਹੀ ਨਹੀਂ ਮੈਂ ਤੋ ਲਖਾ ਕੇ ਲੈ ਲਿਓ ਬੱਚਿਓ ਕਿਉਂਕਿ ਜਿਹੜੀ ਸਾਡੇ ਟੀਚਰਾਂ ਦੀ ਐਕਸਪਰਟਾਈਜ਼ ਹੈ ਉਹ ਬਹੁਤ ਤਕੜੀ ਹੈ ਯੂਪੀਐਸਸੀ ਹੋਵੇ ਪੀਪੀਐਸਸੀ ਹੋਵੇ ਸਾਰਿਆਂ ਵਿੱਚ ਪੜਾਉਂਦੇ ਨੇ ਸਾਡੇ ਟੀਚਰ ਠੀਕ ਹੈ ਜੀ ਸੋ ਇਸ ਗੱਲ ਨੂੰ ਯਾਦ ਰੱਖਦੇ ਹੋਏ ਅੱਜ ਦੇ ਸੈਸ਼ਨ ਨੂੰ ਮੈਂ ਵਾਈਂਡ ਅਪ ਕਰਦਾ ਹਾਂ ਤੇ ਮਿਲਾਂਗੇ ਕੱਲ ਨੂੰ ਸੇਮ ਟਾਈਮ ਉਤੇ 9:00 a.m. ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ ਨਵੇਂ ਜਵਾਬਕ ਉੱਥੇ ਜਿਹੜੀ ਹੈ ਪੀਡੀਐਫ ਤੁਹਾਨੂੰ ਵਿਦ ਐਨੋਟੇਸ਼ਨ ਸੇਵ ਕਰਕੇ ਪਾ ਦੂੰ ਰਜਨੀ ਉਹ ਵੀ ਪਾਈ ਦੇਵਾਂਗੇ ਆਪਾਂ ਤੁਹਾਨੂੰ ਥੈਂਕ ਯੂ ਬੱਚਿਓ ਬਾਏ ਬਾਏ ਟੇਕ ਕੇਅਰ ਯੂਰਾ ਸਮੇਂ ਉਹਦੇ ਬਾਰੇ ਗੱਲ ਕਰਾਂਗੇ ਕੱਲ ਨੂੰ ਆਪਾਂ ਇਅਰਲੀ ਕਰੰਟ ਅਫੇਅਰਸ ਦੀ ਜਿਹੜੀ ਫਾਈਲ ਹੈ ਬੱਚਿਓ ਆਪਾਂ ਬਣਾਈ ਨਹੀਂ ਹੋਈ ਅਜੇ ਤੁਹਾਨੂੰ ਮਿਲਾ ਦੇ ਦਾਂਗੇ ਸੁਣ ਕੇ ਜਰਾ ਬੋਲੋ ਜੀ ਆਸਾਮ ਨਾਲ ਸੱਤ ਸਟੇਟਾਂ ਲੱਗਦੀਆਂ ਕਹਿੰਦਾ ਆ ਨਾਚਲ ਪ੍ਰਦੇਸ਼ ਨਾਗਾਲੈਂਡ ਮਨੀਪੁਰ ਮੇਸੁਰਮ ਤ੍ਰਿਪੁਰਾ ਵੈਸਟ ਬੰਗਾਲ ਪੰਜਾਬ ਜੀ ਕੇ ਠੀਕ ਹੈ ਜੀ ਸਰ ਮੰਥ ਐਂਡ ਤੇ ਸਾਰੇ ਮੰਥ ਦੀ ਪੀਡੀਐਫ ਦੇ ਦਿਓ ਜੀ ਹਾਂ ਜੀ ਬਿਲਕੁਲ ਅਮਜੀ ਤੇ ਹਣਾ ਜੀ ਸੁਣ ਕੇ ਜਰਾ ਲਖਵਿੰਦਰ ਬੋਲਦਾ ਸਹੀ ਹੋਣਾ ਲਖਵਿੰਦਰ ਚਲੋ ਭਾਈ ਬਾਏ ਬਾਏ ਟੇਕ ਕੇਅਰ ਖੁਦਾ হাফেজ ਲਿਖਦਾ ਤਾਂ ਹੈ ਨਹੀਂ ਮੈਂ ਤਾਂ ਜਾ ਰਹੇ ਹਾਂ